ਕਾਰੀ ਸਲਿਆ ਜਦੋਂ ਵੀ ਤੈਂ ਸਲਾਹ ਦਿੱਤੀ ਆ ਨਾ ਪੁੱਠੀ ਸਲਾਹ ਦਿੱਤੀ ਆ। ਇਹੋ ਜਿਹਾ ਬਿੱਜੂ ਮੈਂ ਜਿਹੜਾ ਤੇਰੀ ਸਲਾਹ ਮੰਨ ਲੈਣਾ, ਉੱਤੋਂ ਸਾਲਾ ਬਿੱਜੂਆਂ ਦਾ ਸਰਦਾਰ ਪਿੰਡ ਦਾ ਸਰਪੰਚ ਜਿਹੜਾ ਸਾਲਾ ਆਪਦੀ ਡਰਾਮ ਵਰਗੀ ਭਾਣਜੀ ਦਾ ਰਿਸ਼ਤਾ ਲੈ ਕੇ ਮੇਰੇ ਅੱਗੇ ਚੋਬਰ ਜਵਾਨ ਲਈ ਆ ਗਿਆ। ਮੈਂ ਤਾਂ ਹੈਰਾਨ ਆ, ਕਿਹੜਾ ਕਰਾਊ ਇਹੋ ਜਿਹੀ ਨਾ ਵਿਆਹ? ਸਾਲੀ ਕਿਹੋ ਜਿਹੀ ਤਾਂ ਪਈ ਆ। ਬੰਬੋਏ ਬੰਬੋਏ ਹਟੋ, ਇਹਨੂੰ ਨਾ ਦੇਖ। ਧਾਰੀ ਤੈਨੂੰ ਸਲਿਆ ਕੀ ਮਿਲਦਾ ਗੂਗਲ ਤੋਂ ਆ ਮਾਸੂਮ ਮਾਸੂਮ ਕੁੜੀਆਂ ਦੀਆਂ ਫੋਟੋਆਂ ਪ੍ਰਿੰਟ ਕਰਕੇ? ਬਈ ਇਹੋ ਜਿਹਾ 5-7 ਫੋਟੋ ਪ੍ਰਿੰਟ ਕਰਕੇ ਜੇਬ 'ਚ ਪਾਈਆਂ ਹੋਣ ਨਾ ਬੰਦੇ ਦਾ ਹੌਸਲਾ ਹੀ ਹੋਰ ਹੁੰਦਾ ਹੈ। ਡੂ ਵਨ ਥਿੰਗ, ਦੋ ਤਿੰਨ ਮੇਰੇ ਲਈ ਵੀ ਪ੍ਰਿੰਟ ਕਰ। ਓ ਕਿਉਂ ਓਏ? ਆਈ ਲਾਈਕ ਹਰ, ਮੇਰਾ ਵੀ ਹੌਸਲਾ ਬੁਲੰਦ ਹੋਵੇ। ਐਂਡ ਵਨ ਮੋਰ ਥਿੰਗ, ਆਪਣੇ ਲਈ ਨਾ ਪ੍ਰਿੰਟ ਕਰੀ। ਓ ਕਿਉਂ? ਸ਼ੀ ਇਜ਼ ਮਾਈ ਪਰਸਨਲ ਰਬੀਨਾ ਟੰਡਨ। ਮਾਰ ਕੇ ਰਹਿ ਬਟਨ ਤੇ ਹੱਥ। ਉਹ ਤਾਰੀ, ਨਾ ਕੋਈ ਭਚਾਲ ਨਾ ਕੋਈ ਹੜ, ਆ ਸਾਲੇ ਪਿੰਡ ਵਾਲੇ ਕਿੱਧਰ ਨੂੰ ਉੱਡੜੇ ਜਾਂਦੇ ਨੇ? ਉੱਜੜੇ ਨੀ ਜਾਂਦੇ ਪੁੱਤ, ਤੇਰੇ ਜੌਂ ਟੰਗਣ ਆਉਂਦੇ ਨੇ। ਲੈ ਦੱਸ ਕਿਹੋ ਜਿਹਾ ਮੁੰਡਾ, ਘੱਟੋ ਘੱਟ ਆਪਣੀ ਵਿਧਵਾ ਮਾਂ ਦੀ ਸ਼ਰਮਤਾ ਕਰਨੀ ਚਾਹੀਦੀ ਹੈ। ਕੀ ਹੋਇਆ? ਤੁਹਾਨੂੰ ਨੀ ਪਤਾ ਕੀ ਹੋਇਆ? ਭੈਣ ਜੀ, ਸਾਰੇ ਪਿੰਡ ਨੇ ਫੈਸਲਾ ਕੀਤਾ ਕਿ ਨਿਹਾਲ ਨੂੰ ਮੇਰੀ ਭਾਣਜੀ ਨਾਲ ਵਿਆਹ ਕਰਾਉਣਾ ਪਊ। ਸਾਨੂੰ ਪਤਾ ਕਿਵੇਂ ਲਾਹ ਟੈਂਕੀ ਤੋਂ ਇਹਨੂੰ, ਸੁਖਰਾ ਸਿਹਤ ਤਾਂ ਦੇਖੋ ਕੰਨਿਆਂ ਦੀ। ਮੇਰੇ ਹੱਥ ਜੋੜ ਕੇ ਬੇਨਤੀ ਆ, ਹੁਣ ਤੁਸੀਂ ਜਾਓ, ਮੈਂ ਆਪੇ ਮੁੰਡੇ ਨੂੰ ਸਮਝਾ ਦੂੰ। ਮੁੰਡੇ ਨੂੰ ਵਿਆਹ ਲਈ ਤਾਂ ਕੀ ਕਹਿਣਾ? ਬੜਾ ਘੱਟ ਹੋਇਆ, ਐਂ ਤਾਂ ਕਿੱਦਾਂ ਜਾਈਏ? ਹੁਣ ਤਾਂ ਫੈਸਲਾ ਕਰਕੇ ਜਾਵਾਂਗੇ। ਤੂੰ ਬੜਾ ਮਾਰ, ਕਮਾਲ ਹੈ। ਵਲਾ 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 ਬੇਬੇ, ਅੱਜ ਤਾਂ ਜੀ ਨਰਾਇਣ ਦੇ ਘਰੇ ਕੀੜੀ ਵਾਲਾ ਕੰਮ ਹੋਇਆ ਪਿਆ ਹਨਾ। ਕੀੜੀ ਵਾਲਾ ਨਹੀਂ, ਕੀੜੀਆਂ ਵਾਲਾ। ਸਮੇਤ ਸਰਪੰਚ ਸਾਹਿਬ, ਰੋਟੀ ਆਪਣੇ ਕਿੰਨੀ ਅੱਜ? ਦੇਖ ਤਾਂ ਕਿਵੇਂ ਭੋਲੇ ਬਣਦੇ ਦੋਨੋਂ, ਜਿਵੇਂ ਕੁਝ ਪਤਾ ਹੀ ਨਹੀਂ ਹੁੰਦਾ। ਆਰਾਮ ਨਾਲ ਬੋਲੋ ਮਾਮਾ ਜੀ, ਤੁਹਾਡਾ ਹੋਣ ਵਾਲਾ ਜਵਾਈ ਹੈ। ਚੁੱਪ ਕਰ, ਤੈਨੂੰ ਮਾਨੀ ਵਨ ਪ੍ਰੀਤਾ ਮਾਨੀ ਬੈਠੀ ਹੈ, ਦੱਸ ਇਹਦਾ ਕੀ ਕਰਾਂ? ਮੇਰੀ ਗੱਲ ਸੁਣ ਲਓ ਜੀ, ਮੈਂ ਪਹਿਲਾਂ ਵੀ ਕਿਹਾ ਮੈਂ ਇਹਦੇ ਨਾਲ ਵਿਆਹ ਨਹੀਂ ਕਰਾਉਣਾ। ਮੇਰੀ ਸੈਟਿੰਗ ਕਿਤੇ ਹੋਰ ਆ। ਕਿਉਂ? ਮੈਂ ਉੱਥੇ ਵਿਆਹ ਕਰਾਉਂ? ਬੇਨਿਹਾਲ, ਕਿਉਂ ਝੂਠ ਬੋਲੀ ਜਾਂਦਾ? ਮੈਨੂੰ ਸਭ ਪਤਾ, ਕੋਈ ਸੈਟਿੰਗ ਸ਼ੂਟਿੰਗ ਨਹੀਂ ਤੇਰੀ। ਤਾਈ ਤੈਨੂੰ ਬੜਾ ਪਤਾ ਸੈਟਿੰਗ ਸ਼ੂਟਿੰਗ ਦਾ, ਕਿਤੇ 1965 ਤੂੰ ਹੀ ਤਾਂ ਨਹੀਂ ਰਾਜਦੂਤ ਤੇ ਗੇੜੇ ਲਾਉਂਦੀ ਰਹੀ ਹੈ? ਗੇੜਾ ਗੂੜਾ ਦਾ ਤਾਂ ਮੈਨੂੰ ਪਤਾ ਨਹੀਂ, ਪਰ ਇਹ ਮੈਨੂੰ ਪਤਾ ਵੀ ਇਹ ਝੂਠ ਬੋਲਦਾ। ਲੈ ਮੈਂ ਕਿਉਂ ਝੂਠ ਬੋਲੂੰਗਾ, ਨਾਲੇ ਮੇਰਾ ਕਿਹੜਾ ਨੌਨ ਮੈਡੀਕਲ ਰੱਖਿਆ ਸੀਗਾ, ਮੈਨੂੰ ਟਾਈਮ ਨਹੀਂ ਲੱਗਿਆ ਕੁੜੀ ਨਾਲ ਸੈਟਿੰਗ ਕਰਨ ਦਾ। ਨਾਲੇ ਗੱਲ ਸੁਣੋ ਤੁਸੀਂ ਮੇਰੀ, ਸਾਰੇ ਜਣੇ ਬਾਹਰ ਨਿਕਲੋ, ਦਫਾ ਹੋ ਜਾਓ, ਮੇਰੀ ਬੇਬੇ ਸਾਹਮਣੇ ਆਲਤੂ ਫਾਲਤੂ ਬਕਵਾਸ ਨਹੀਂ ਕਰਨੀ ਹੈਗੀ। ਉਹ ਬਕਵਾਸ ਕਿਉਂ ਨਾ ਕਰੋ, ਹੈਗੀ ਐ ਤਾਂ ਦੱਸ ਫੇਰ। ਕੌਣ ਆ ਉਹ? ਨਾ ਕੀ ਕਰਦੀ ਹੈ? ਫਿਲਮਾਂ ਚ ਕੰਮ ਕਰਦੀ ਆ, ਰਾਣੀ ਮੁਖਰਜੀ ਆ। ਦੱਸ, ਰਾਣੀ ਮੁਖਰਜੀ ਨਾਲ ਤਾਂ ਤੇਰਾ ਯੋਗ ਹੀ ਬੰਦਾ, ਨਾ ਤੁਹਾਡੀਆਂ ਕੁੰਡਲੀਆਂ ਮਿਲਣ। ਉਹ ਬੰਗਾਲਾ, ਤੂੰ ਪੰਜਾਬੀ? ਸਾਲਿਓ ਤੁਸੀਂ ਕਦੇ ਹਿੰਦੁਸਤਾਨ ਨੂੰ ਇੱਕ ਨਾ ਹੋਣ ਦਿਓ। ਪਹਿਲਾਂ ਜਾਤਾਂ ਪਾਤਾਂ ਚ ਪਾ ਕੇ ਵੜਤਾ, ਹੁਣ ਸੂਬੇ ਨਹੀਂ ਇਕੱਠੇ ਹੋਣ ਦਿੰਦੇ। ਚੱਕ ਲਾ ਬੜਤ ਨੂੰ, ਭੁੱਸਿਆ ਫਿਰਦਾ। ਖੜ, ਬਹੁਤੀਆਂ ਉਰਲੀਆਂ ਪਰਲੀਆਂ ਨਾ ਮਾਰ ਓਏ, ਸਿੱਧਾ ਹੋ ਕੇ ਮੇਰੀ ਭਾਣਜੀ ਨਾਲ ਵਿਆਹ ਕਰਾ ਲੈ। ਪੁੱਤਰ, ਜੇ ਕੋਈ ਕੁੜੀ ਨਹੀਂ ਹੈਗੀ ਤਾਂ ਤੂੰ ਝੂਠ ਕਿਉਂ ਬੋਲੀ ਜਾਂਦਾ? ਹੈ ਬੇਬੇ, ਹੈ। ਜੇ ਤੇਰੀ ਗੱਲ ਬਾਤ ਕੁੜੀ ਨਾਲ ਹੈ ਤੇ ਫੋਟੋ ਇਹਦੇ ਕੋਲ ਕੀ ਕਰਦੀ ਹੈ? ਜੜਾ ਉਹਨੂੰ ਦਿੱਤੀ ਸੀ। ਮੇਰੀ ਸ਼੍ਰੀਮਤੀ ਸਤਿਕਾਰਯੋਗ ਭਾਬੀ ਦੀ ਫੋਟੋ ਹੈ, ਜੜਾਉਣੀ ਹੈ। ਲੈ ਫੋਟੋ ਦਾ ਕੀ ਹੈ, ਜਣਾ ਖਣਾ ਚੱਕੀ ਫਿਰਦਾ? ਤੈਨੂੰ ਬੜਾ ਹਿਸਾਬ ਹੈ ਤਾਈ, ਕਿੱਥੇ ਫੋਟੋ ਖਿਚਾਉਂਦੀ ਤਾਂ ਨਹੀਂ ਰਹੀ ਹੈ? ਮੈਂ ਤੈਨੂੰ ਤਾਂ ਕਹਿ ਰਿਹਾ ਨਿਹਾਲ, ਤੂੰ ਉਹਦੇ ਨਾਲ ਗੱਲ ਕਰਾ ਸਾਡੀ। ਕਹਿੰਦੇ ਜਾਰ ਦਾ ਆਪਰੇਸ਼ਨ ਹੋਇਆ, ਤੂੰ ਤਾਂ ਕਹਿ ਰਿਹਾ। ਅਬੇ ਬਾ, ਕਰਾਉਂ ਕਰਾਉਂ ਤਾਈ ਕਰਾਉਂਗਾ, ਤੇਰੀ ਤਾਂ ਕਦੇ ਲੰਮੀ ਗੱਲ ਕਰਾਉਂਗਾ। ਕਦੇ ਕਿਉਂ, ਹੁਣੇ ਕਰਾ ਨਾ। ਐ ਕਿਵੇਂ ਕਰਾ ਦਿਆ, ਕੈਨੇਡਾ ਚ ਰਹਿੰਦੀ ਆ, ਅਗਲੀ ਅੰਗਰੇਜ਼ੀ ਬੋਲਦੀ ਆ। ਬੋਲਦੀ ਕੀ ਆ, ਅੰਗਰੇਜ਼ੀ ਤਾਂ ਲਾ ਲਾ ਕੇ ਰੱਖਦੀ ਆ। ਆਉਂਦੀ ਆ ਕਿਸੇ ਨੂੰ ਅੰਗਰੇਜ਼ੀ? ਸਾਲੇ ਦੇਸੀ ਇਕੱਠੇ ਹੋਏ ਨੇ, ਦੇਸੀ ਡਿਪਾਰਟਮੈਂਟ। ਓਏ, ਅੰਗਰੇਜ਼ੀ ਤਾਂ ਤੈਨੂੰ ਵੀ ਨਹੀਂ ਆਉਂਦੀ, ਤੂੰ ਕਿਵੇਂ ਗੱਲਾਂ ਕਰਦਾ ਉਹਦੇ ਨਾਲ ਅੰਗਰੇਜ਼ੀ ਚ? ਪਿਆਰ ਕੀਤਾ ਕਦੇ ਵੀਰੇ? ਜੇ ਕੀਤਾ ਹੋਵੇ ਤਾਂ ਤੈਨੂੰ ਪਤਾ ਲੱਗੇ, ਪਿਆਰ ਦੀ ਵੀ ਇੱਕ ਭਾਸ਼ਾ ਹੁੰਦੀ ਆ। ਇੱਥੋਂ ਕੀਤਾ ਜਾਂਦਾ ਪਿਆਰ ਇੱਥੋਂ, ਦਿਲੋਂ ਕੀਤਾ ਜਾਂਦਾ ਪਿਆਰ ਜਜ਼ਬਾਤਾਂ ਦੇ ਨਾਲ। ਇਨਕਲਾਬ, ਜਜ਼ਬਾਤਾਂ ਤੇ ਕਾਬੂ ਰੱਖ ਤਾਰੀ। ਗੱਲ ਸੁਣ ਓਏ ਨਿਹਾਲ, ਓਏ ਸੁਣ ਓਏ ਮੁੰਡਿਆ, ਹੁਣ ਸਾਰੇ ਪਿੰਡ ਦੇ ਸਾਹਮਣੇ ਮੇਰੇ ਕੋਲੋਂ ਹੋਰ ਬੇਇੱਜ਼ਤੀ ਨਹੀਂ ਕਰਵਾਈ ਜਾਂਦੀ।
जे तेरा किसी कुड़ी दे नाल चक्कर है तो उन्हों एक महीने दे अंदर अंदर सारे पिंड दे सामने इत्थे लैके आई, नहीं तो मेरी पांजी सपना ना चुप चाप व्याह कराई। और इस गल का गवाह सारा पिंड है। क्यों भाई ठीक है ना? बिल्कुल ठीक है, बिल्कुल ठीक है, बिल्कुल ठीक है। यूं काका इत्थे आउणे फिर इस गल ते। चलो 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 भाई चलो, देखते हैं कि मेरे दिल में जेहे जी मां ओह जा पुत, तुसी दोवें मां पुत्तां ने सारे पिंड च साडी नक्क वड़ा के रखती। शुक्र है बेबे सती पई है, नहीं तो सारी पीती लै जानी थी। निहाल। हाँ जी बेबे। और की लुकोएगा तू मेथो? बेबे तारी दे रिश्तेदार आए थे, तारी ने पीनी नहीं थी, मैनू सारे धक्के ना पला दी। पुत तू गल गल ते झूठ बोलदा, किन्ने झूठ बोलेगा मेरे कोले? है कोई कुड़ी है तेरी जिंदगी च? सच दस दे पुत। बेबे तेनू मेरे ते यकीन नहीं हैगा। नहीं हैगा? बेबे उस पुत दी की जिंदगी है जिदी मां नू उस ते यकीन ही नहीं हैगा। मैं कल ही जाके कुड़ी लेके आऊंगा, सब तो पहला तेनु ही दिखाऊंगा, पिंड वाले तो साले नु बाद च दिखाऊंगा। सवेरे उठ के तेनु याद भी रहूगा? नहीं तो पूरे पिंड वाले मैनू ताने मार मार के मार देंगे। याद रहूगा बेबे, तू प्लीज सो जा। रख सिर ते हाथ। ले बेबे। आवदे नहीं मेरे। ले बेबे हुण ठीक है, बस खा सो के कल कुड़ी नु लेके आएगा। लेके आऊंगा बेबे, तू सो जा। वाहिगुरु जी का खालसा, वाहिगुरु जी की फतेह। समूह पिंड वालिया नूं सूचित कीता जांदा है कि सब चपकीट वाले निहाल दे घर पहुंचाउण दी कृपालता करन। उन्हां दी माता सारिआं नूं दसणा चाहुंदी है कि मेरा पुत झूठा नहीं, ओह उन्हां दी नूंह नूं लैण लई कनेडा जा रिहा है। निहाल कुड़ी जरूर लेके आऊगा, राती ओने मेरे सिर ते हाथ रख के सौ खादी है। रब करे तेरी गल सच्ची होवे। निहाल वे आ गई तेनू जाग, गुड मॉर्निंग। ਪੁੱਤ ਮਾੜਾ ਜਿਹਾ ਦੱਸੀ ਇਹਨਾਂ ਨੂੰ ਜਿਨ੍ਹਾਂ ਨੇ ਮੈਨੂੰ ਤੇਰੇ ਨਾਲ ਝੂਠੀ ਬਣਾਤਾ ਸੀ ਕਿ ਤੂੰ ਮੇਰੀ ਨੂੰਹ ਨੂੰ ਲੈ ਕੇ ਆਏਗਾ। ਸਾਲੇ ਪਿੰਡ ਵਾਲੇ ਮੇਰੀ ਹਰ ਗੱਲ ਨੂੰ ਪਤਾ ਨਹੀਂ ਕਿਉਂ ਸੀਰੀਅਸਲੀ ਲੈ ਜਾਂਦੇ ਨੇ। ਨਿਹਾਲ ਪੁੱਤ ਤੂੰ ਚੁੱਪ ਕਿਉਂ ਆ? ਦੱਸ ਨਾ ਇਹਨਾਂ ਨੂੰ ਕਿ ਤੂੰ ਮੇਰੀ ਨੂੰਹ ਜ਼ਰੂਰ ਲੈ ਕੇ ਆਏਗਾ। ਉਹ ਨਿਆਣੇ ਬੋਲਦਾ ਕਿਉਂ ਨਹੀਂ? ਬੋਲਦਾ ਸਹੀ, ਵੱਟਾ ਬਣ ਗਿਆ। ਹਾਂ ਹਾਂ ਲੈ ਕੇ ਆਊਂਗਾ। ਸੁਣ ਲਿਆ ਸਾਰੇ ਪਿੰਡ ਨੇ, ਮੇਰਾ ਪੁੱਤ ਨੂੰ ਜਰੂਰ ਲੈ ਕੇ ਆਊਗਾ। ਨਾਲੇ ਜਾ ਕੇ ਸਰਪੰਚ ਨੂੰ ਕਹਿ ਦੋ ਕਿ ਆਪਦੀ ਭਾਣਜੀ ਵਾਸਤੇ ਕੋਈ ਹੋਰ ਮੁੰਡਾ ਲੱਭ ਲਵੇ। ਜਿਉਂਦਾ ਰਹਿ ਪੁੱਤ, ਜਿਉਂਦਾ ਰਹਿ। ਆਪਣੇ ਹੱਥੀ ਮਾਰ ਕੇ ਬੇਬੇ ਕਹਿ ਦਿਆ ਜਿਉਂਦਾ ਰਹਿ। ਧਾਰੀ ਕਿੱਥੇ ਆ ਤੂੰ ਸਾਲਿਆ? ਉਹ ਸਾਲਿਆ ਤੈਨੂੰ ਕੋਈ ਆਸੇ ਪਾਸੇ ਦੀ ਕੁੜੀ ਨੀ ਲੱਭੀ? ਸਾਲਿਆ ਜੇ ਆਸੇ ਪਾਸੇ ਵਾਲੇ ਕਿਸੇ ਕੁੜੀ ਤੇ ਅੱਖ ਰੱਖ ਲਈ ਨਾ, ਪਿੰਡ ਵਾਲਿਆਂ ਨੇ ਮਾਰ ਮਾਰ ਕੇ ਆਪਣੇ ਪਾਸੇ ਬਿਠਾ ਦੇਣੇ ਨੇ। ਹਮੇਸ਼ਾ ਦੂਰ ਦੂਰ ਦੀ ਸੋਚੋ। ਮੈਂ ਬੇਬੇ ਜੀ ਸਹੁੰ ਖਾਲੀ ਆ, ਉੱਤੋਂ ਤੂੰ ਸਾਲਿਆ ਪਿੰਡ ਵਾਲਿਆਂ ਨੂੰ ਕੁੜੀ ਦੀ ਇਹੋ ਜਿਹੀ ਫੋਟੋ ਦਿਖਾਈ ਆ ਜਿਹਦਾ ਨਾ ਕੋਈ ਅਤਾ ਨਾ ਕੋਈ ਪਤਾ। ਹੁਣ ਇੱਥੇ ਬੈਠਾ ਚਵਲ ਮਾਰੀ ਜਾਂਦਾ ਵਾ, ਕੁੜੀ ਲੱਭ, ਕੁੜੀ ਜਸਨੀਤ। ਉਹ ਕਰਦਾ ਆ ਲੈ JASNEET ਜਸਨੀਤ। ਓਏ ਕੀ ਪਾ? ਓਏ ਆ ਲੈ ਖਸਮਾ, ਇੱਕ ਹੀ ਟੀ ਇਹ ਆ ਲੈ। ਆ ਤਾਂ ਧੋਖਾ ਹੋ ਗਿਆ ਓਏ, ਸਾਰੀ ਸਰਦਾਰ ਨਿਕਲ ਜਾਂਦੇ ਨੇ। ਉਹ ਸਾਲਿਆ ਸਿੰਘ ਨੀ ਕੌਰ ਪਾ। ਆ ਲੈ KAUR ਆ ਲੈ। ਆ ਗਈ ਓਏ,
ਨਿਕਲੇ ਤੇਰੀ ਭਰਜਾਈ ਮੈਂ ਮੇਰੇ ਮਤਲਬ ਮੇਰੀ ਭਰਜਾਈ ਸਟੇਟਸ ਸਿੰਗਲ ਜਸਮੀਤ ਕੌਰ ਯੂਬੀਸੀ ਦੀ ਪੜ੍ਹੀ ਹੋਈ ਮਿਲੀਨੀਅਰ ਦੀ ਕੁੜੀ ਮਿਲੀਨੀਅਰ ਸਲਮ ਡੌਗ ਮਿਲੀਨੀਅਰ ਦੀ ਭਤੀਜੀ ਅੱਛਾ ਆਏ ਹਾਏ ਬੰਬ ਪਟਾਕਾ ਮੇਰਾ ਮਤਲਬ ਦੀਵਾਲੀ ਨੂੰ ਚਲਾਉਣਾ ਪਸੰਦ ਕਰਦੀ ਹੈ ਲਿਖਿਆ ਹੋਇਆ ਅਗਲੀ ਨੇ ਪਰ ਤਾਰੀ ਮੈਂ ਕੈਨੇਡਾ ਕਿਵੇਂ ਜਾਊਂਗਾ ਯਾਰ ਸਮੁੰਦਰ ਚ ਟਿਊਬ ਸਿੱਟ ਕੇ ਸਾਲਿਆ 50 ਏਜੰਟ ਜਾਣਦੇ ਨੇ ਮੈਨੂੰ ਉਹ ਕੀ ਰਗੜੇ ਕੇ ਗੋਡਿਆਂ ਤੇ ਲਾਉਣੇ ਨੇ ਤੂੰ ਬਸ ਪੈਸਾ ਇਕੱਠਾ ਕਰ 7.5 ਲੱਖ ਰੁਪਇਆ ਹੈਗਾ ਪੈਸੇ ਤਾਂ 8 ਲੱਖ ਹੈਗੇ ਯਾਰ ਪਰ ਉਹ ਤਾਂ ਮੈਂ ਜੌਂਡੀਅਰ ਲਈ ਰੱਖੇ ਫਿਰ ਜੌਂਡੀਅਰ ਤੇ ਚਲਾ ਜਾਈ 10,000 ਸਾਲਿਆ ਪੈਸੇ ਤਾਂ ਆ ਗਿਆ ਫਿਰ ਚਲ ਜੂੰਗਾ ਬਸ ਪਰ ਪੈਸਾ ਤੇ ਬੜਾ ਨਾਲ ਦੀ ਨਾਲ ਸਮਝ ਲੈ ਜਹਾਜ਼ ਤੇ ਕੱਪੜਾ ਵੱਜ ਗਿਆ ਜਸਨੀਤ ਕੌਰ ਨਿਹਾਲ ਸਿੰਘ ਆ ਰਿਹਾ ਹੁਣ ਲਓ ਜੀ ਸਰਪੰਚ ਸਾਹਿਬ ਤੁਹਾਨੂੰ ਜਾਣ ਕੇ ਖੁਸ਼ੀ ਹੋਊਗੀ ਕਿ ਜੱਟ ਚੱਲਿਆ ਕੈਨੇਡਾ ਪਿੰਡ ਦੀ ਨੂੰਹ ਲੈਣ ਪਿੰਡ ਦੀ ਨੀ ਮੇਰਾ ਮਤਲਬ ਘਰ ਦੀ ਨੂੰਹ ਨੂੰ ਘਰ ਦੀ ਨੂੰਹ ਲੈਣ ਮੇਰਾ ਮਤਲਬ ਬੇ ਪੁੱਤ ਹਾਲੇ ਵੀ ਹੈਗਾ ਟਾਈਮ ਮੇਰੀ ਮੰਨੇ ਤਾਂ ਮੰਗ ਲੈ ਪਿੰਡ ਵਾਲਾ ਤੋਂ ਮਾਫੀ ਮਾਫੀਆਂ ਤਾਂ ਸਾਰੇ ਪਿੰਡ ਵਾਲੇ ਮੈਥੋਂ ਮੰਗਣਗੇ ਕਹਿਣਗੇ ਵੀ ਨਿਹਾਲ ਸਿਆ ਤੂੰ ਸੱਚਾ ਸੀ ਤੇ ਅਸੀਂ ਝੂਠੇ ਉਹ ਤੇਰੀ ਕੁੰਡਲੀ ਵਿੱਚ ਤਾਂ ਮਾਦਾ ਪੰਜ ਛੇ ਵੀ ਨਹੀਂ ਆਉਂਦੀ ਕੁਲੀ ਕਿੱਥੋਂ ਆਜੂ ਸ਼ੁਕਰ ਦਾ ਤਾਂ ਨੀਚੇ ਬੈਠਾ ਸ਼ੁਕਰ ਬਿਠਾਵਾਂਗੀ ਥੱਲੇ ਹੋਰ ਉੱਤੇ ਕਿਵੇਂ ਬਹਿਜੂ ਪਰਸੋਂ ਆਏ ਸੋਫੇ ਤੇ ਕੱਪੜਾ ਚੜਿਆ ਐਂ ਕਿਵੇਂ ਬਹਿਜੂਗਾ ਐਂਡ ਯੂ ਮਿਸਟਰ ਅਨਮੋਲ ਸਿੰਘ ਲਿਸਨ ਆਈ ਗੋ ਕੈਨੇਡਾ ਐਂਡ ਬ੍ਰਿੰਗ ਯੂਰ ਪਾਬੀ ਨਾਲੇ ਤੂੰ ਉਹ ਪੜਤਾ ਜੇ ਤੈਨੂੰ ਤੇ ਤੇਰੇ ਸ਼ੁਕਰ ਨੂੰ ਨਾ ਮੂਰੇ ਲਾਇਆ ਨਾ ਜੱਟ ਨੇ ਤਾਂ ਮੈਨੂੰ ਨਿਹਾਲ ਸਿੰਘ ਨਾ ਆਖੀ ਪੰਥ ਤੈਨੂੰ ਮੰਦਾ ਨਹੀਂ ਬੋਲੀਦਾ ਇੱਥੇ ਭਸਮ ਹੋ ਜਾਏਗਾ ਪੰਚਾਇਤ ਚੱਲ ਫੇੜੇ ਨਾ ਖਾਲੀ ਮੈਥੋਂ ਚਲੋ ਤਾਰੀ ਚੱਲੀਏ ਖੋਲ ਘੋੜੀ ਤੇ ਚੱਕ ਬਦੂਖ ਚੱਲੀ ਜਾਣੇ ਮੋੜ ਤਿਆਰੀ ਅੱਡੀ ਝੜਦੇ ਜੱਟ ਨੇ ਮਾਰੀ ਧਮਕ ਪੈਂਦੀ ਪੌੜ ਦੀ ਉੜਕੀ ਵਿੱਚ ਹਵਾ ਦੇ ਯਾਰੋ ਘੋੜੀ ਜਾਣੇ ਮੋੜ ਦੀ ਨਿਹਾਲ ਸਿੰਘ ਜੀ ਵੈਲਕਮ ਟੂ ਕੈਨੇਡਾ ਜੀ ਓਏ ਹੋਏ ਕਿੰਨੀ ਸਫਾਈ ਆ ਆਹ ਤਾਂ ਸਾਲਾ ਮੈਨੂੰ ਕੈਨੇਡਾ ਦਾ ਤਿਰੰਗਾ ਲੱਗਦਾ ਹੈ ਬਈ ਭੀੜ ਵੀ ਬਹੁਤ ਹੈ ਪਰ ਕਮਾਲ ਦੀ ਗੱਲ ਯਾਰ ਇੰਨੀਆਂ ਗੋਰੀਆਂ ਚਿੱਟੀਆਂ ਮੇਮਾਂ ਦੇ ਵਿੱਚ ਮੈਨੂੰ ਮੇਰੇ ਵਾਲੀ ਮੇਮ ਕਿਵੇਂ ਲੱਭੂਗੀ ਆਈ ਮੀਨ ਟੂ ਸੇ ਮੇਰੀ ਗੂਗਲ ਵਾਲੀ ਜਸਨੀਤ ਕੌਰ ਉਹ ਲੱਭ ਜਾ ਮੇਰਿਆ ਪਟੋਲਿਆ ਗੱਲ ਯਾਦ ਰੱਖਿਓ ਐਤਕੀ ਤਾਂ ਤੁਸੀਂ ਲਾ ਕੇ ਮੈਨੂੰ ਮੁੜ ਜਾਣਾ ਪਰ ਥੋੜੇ ਦਿਨਾਂ ਤੱਕ ਮੈਨੂੰ ਵਾਪਸ ਛੱਡ ਕੇ ਆਉਣਾ ਏਅਰਪੋਰਟ ਤੇ ਪਰ ਉਸ ਟਾਈਮ ਮੈਂ ਇਕੱਲਾ ਨਹੀਂ ਦੁਕੱਲਾ ਦੁਕੱਲਾ ਮਤਲਬ ਦੋ ਜਣੇ ਹੋਵਾਂਗੇ ਅਸੀਂ ਯਾਰ ਤਾਰੀ ਨੇ ਆਪਦੇ ਚਾਚੇ ਢੀਂਡਸਾ ਸਾਹਿਬ ਦਾ ਐਡਰੈਸ ਦੇ ਕੇ ਭੇਜ ਤਾਂ ਦਿੱਤਾ ਪਰ ਹੈ ਤਾਂ ਸਾਲਾ ਤਾਰੀ ਵੀ ਮੇਰੇ ਵਰਗਾ ਝੂਠਾ ਹੀ ਕਿਤੇ ਐਡਰੈਸ ਗਲਤ ਨਾ ਨਿਕਲ ਜੇ ਬਈ ਆਹ ਕੌਣ ਪਟੋਲਾ ਜਾ ਤੁਰਿਆ ਫਿਰਦਾ ਕਿਤੇ ਤਾਰੀ ਦੀ ਭੈਣ ਭੂਣ ਨਾ ਨਿਕਲਿਆ ਵੇ ਚਲੋ ਗੱਲ ਕਰਕੇ ਦੇਖਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਢੀਂਡਸਾ ਸਾਹਿਬ ਦਾ ਘਰੇ ਹੀ ਹੈ ਜੀ ਹਾਂਜੀ ਇਹੀ ਆ ਪਰ ਤੁਸੀਂ ਕੌਣ ਮਾਈ ਸੈਲਫ ਨਿਹਾਲ ਸਿੰਘ ਗਰੇਵਾਲ ਜੀ ਪਾਰਟੀ ਪ੍ਰੈਜ਼ੀਡੈਂਟ ਰਿਪੂ ਦਮਨ ਕਾਲਜ ਨਾਭਾ ਘਰ ਫੇਰ ਲੱਭ ਲਾਂਗੇ ਪਹਿਲਾਂ ਤੇਰੇ ਜੁੱਡੋ ਕਰਾਟੇ ਦੇਖ ਲਈਏ ਐ ਤੂੰ ਲੰਘ ਜਾਗੀ ਐ ਨੀ ਲੰਘਣ ਦਿੰਦਾ ਮੈਂ ਅੱਜ ਤੱਕ ਤਾਂ ਕਿਸੇ ਨੂੰ ਲੰਘਣ ਨਹੀਂ ਦਿੱਤਾ ਮੈਂ ਹਾਂ ਤੈਨੂੰ ਪਤਾ ਨਹੀਂ ਹਾਂ ਮੈਂ ਵੱਡੇ ਵੱਡੇ ਨਾਡੂ ਖਾਂ ਨਹੀਂ ਲੰਘਣ ਦਿੱਤੇ ਤੂੰ ਤਾਂ ਚੀਜ਼ ਹੀ ਕੀ ਹੈ ਕਮਾਲ ਦੀ ਗੱਲ ਜਿਹੋ ਜਿਹੀ ਆਪ ਉਹੋ ਜਿਹੀ ਗੱਡੀ ਚੱਕੀ ਫਿਰਦੀ ਆ ਸਟੇਅਰਿੰਗ ਪੁੱਠੇ ਪਾਸੇ ਲਵਾਇਆ ਐਂ ਦੀ ਲੰਘ ਕੇ ਦਿਖਾਉਂਦੀ ਤਾਂ ਚਾਚੇ ਕਿੱਥੇ ਆ ਤੂੰ ਗਰੋਸਰੀ ਸਟੋਰ ਬਲਾ 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 ਐਡਾ ਜਗਾੜ ਤਾਰੀ ਦੇ ਚਾਚੇ ਦਾ ਤਾਂ ਨਹੀਂ ਹੋ ਸਕਦਾ ਸਾਲਾ ਕੰਮ ਕੰਮ ਕਰਦਾ ਹੋਣਾ ਇੱਥੇ ਐਪਲ
ਬੜੇ ਸਲੇ ਰਜਾਈਆਂ ਚ ਲਪੇਟ ਲਪੇਟ ਰੱਖਿਆ। ਵਾਹ, ਨਿਕਲੋ ਜਨਾਬ ਰਜਾਈ ਚੋਂ। ਓ ਗੋਡ, ਇਹ ਤੇ ਇੱਥੇ ਵੀ ਆ ਗਿਆ। ਚੱਕ ਅੰਬਾ, ਤੂੰ ਵੀ ਲੁੱਟ ਰਜਾਈ ਦੀ ਮੌਜ, ਬੇਚਾਰਾ ਕਮਜ਼ੋਰ ਹੈ। ਲੱਗਦਾ ਨੀ ਮੰਮਾ ਪਾਪਾ ਨੇ ਨਾ ਮੇਰਾ ਪਤਾ ਕਰਾਉਣ ਲਈ ਭੇਜਿਆ ਹੋਣਾ। ਇਹ ਸਾਲੀ ਉਰੇ ਕੀ ਕਰਦੀ ਆ? ਓ ਮਾਈ ਗੋਡ, ਇਹ ਤੇ ਮੇਰੇ ਵਾਲੀ ਆ ਰਿਹਾ। ਓ ਮਾਈ ਗੋਡ, ਤੂੰ ਇੱਥੇ ਕੀ ਕਰਦਾ? ਇਹੀ ਤਾਂ ਮੈਂ ਪੁੱਛਦਾ ਵੀ ਤੂੰ ਇੱਥੇ ਕੀ ਕਰ ਰਹੀ ਆ? ਇਹ ਸਟੋਰ ਮੇਰਾ ਹੈ। ਅੱਛਾ ਜੀ, ਇਹ ਸਟੋਰ ਤਾਰੀ ਦੇ ਚਾਚੇ ਦਾ, ਢੀਂਡਸਾ ਸਾਹਿਬ ਦਾ। ਓਏ, ਸਟੋਰ ਵੇਚ ਕੇ ਇੱਥੋਂ ਜਾ ਚੁੱਕੇ। ਓਏ, ਸ਼ਕਲ ਤਾਂ ਤੇਰੀ ਲੱਗਦੀ ਨੀਗੀ ਹੈ, ਟੁੱਟੀ ਜੀ ਕਾਰ ਰੱਖੀ ਆ, ਸੈਂਟਰ ਓਖੇ ਸਟੋਰ ਤੇਰਾ। ਤੂੰ ਮੇਰੀ ਕਾਰ ਤੋਂ ਕੀ ਲੈਣਾ? ਚੱਲ ਅਖਬਾਰ ਤੇ ਆ ਕਿਤੇ ਪੁੱਛ ਕੇ ਚੱਕਿਆ। ਅੱਛਾ, ਬੜੇ ਅਮੀਰ ਦੇਖੇ ਜ਼ਿੰਦਗੀ ਚ, ਪਰ ਐਸਾ ਘਟੀਆ ਅਮੀਰ ਨਹੀਂ ਦੇਖਿਆ ਵੀ ਇੱਕ ਭੁੱਖੇ ਦੇ ਹੱਥੋਂ ਸਿਓ ਖੋਲਵੇ। ਮਾਤੜ ਨਾ ਜਾਣੀ ਮੈਨੂੰ, ਸੰਨ 82 ਦੇ ਵਿੱਚ ਡੈਡੀ ਕੋਲੇ ਫੇਟ ਕਰ ਹੁੰਦੀ ਸੀਗੀ। 3600 ਫੋੜ ਖੜਾ ਕਰੇ, ਜੌਂਡੀਅਰ ਲੈਣ ਦੀਆਂ ਸਲਾਹਾਂ ਬਣਦੀਆਂ। 60 ਕਿੱਲੇ ਆਪਦੇ ਨੇ, 18 ਠੇਕੇ ਤੇ ਨੇ, ਸੰਦ ਸਾਰੇ ਨੇ। ਹਾਂ, $632 ਲੈ ਕੇ ਆਇਆ ਸੀਗਾ, ਭਾਨ ਲੈਦਾ ਵਾ। ਵਰਦੀ ਰੂਬੀਨਾ ਟੰਡਨ, ਲੋਕ ਉਹ ਇਟਾਲੀਅਨ ਸੀਟਾਂ ਲਵਾਈ ਫਿਰਦੇ ਨੇ। ਜੋ ਸਾਲਾ ਖੇਤਾਂ 'ਚ ਨਜ਼ਾਰਾ ਆਉਂਦਾ ਨਾ, ਉਹ ਨਜ਼ਾਰਾ ਹੀ ਲੈ ਵੀ ਤਾਰੀ ਸਾਹ ਹੋ ਲੈ ਢਿੱਲਾ ਕਰਾਂ। ਹਾਏ ਵੇ ਰੱਬਾ, ਸਾਲਾ ਲੋਕਾਂ ਨੂੰ ਪਤਾ ਨਹੀਂ ਕਿਵੇਂ ਪਤਾ ਲੱਗ ਜਾਂਦਾ ਵੀ ਤਾਰੀ ਜ਼ਰੂਰੀ ਕੰਮ ਚੱਲਿਆ। ਹੈਲੋ ਉਹ ਤਾਰੀ, ਆਹ ਕੀ ਕਰਤਾ ਤੂੰ? ਸਾਲਿਆ ਮੈਨੂੰ ਆਪਦੇ ਚਾਚੇ ਦਾ ਐਡਰੈਸ ਗਲਤ ਦਿੱਤਾ। ਉਹ ਐਡਰੈਸ ਜਮਾ ਸਹੀ ਹੈ ਯਾਰ, ਐਤਕੀ ਦਾ ਕਾਰਡ ਆਇਆ ਚਾਚੇ ਦਾ ਨਵੇਂ ਸਾਲ ਤੇ। ਉਹ ਮੈਂ ਸਾਲਿਆ ਉੱਥੇ ਜਾ ਕੇ ਆਇਆ ਵਾਂ, ਕੋਈ ਤੇਰਾ ਚਾਚਾ ਚੂਚਾ ਨਹੀਂ ਰਹਿੰਦਾ ਉੱਥੇ। ਤੂੰ ਸਟੋਰ ਤੇ ਨਹੀਂ ਕਿਹੜਾ ਮਾਰਿਆ ਹੋਏ? ਉਹ ਸਟੋਰ ਤੇ ਵੀ ਜਾ ਕੇ ਆਇਆ, ਤੇਰਾ ਚਾਚਾ ਸਟੋਰ ਤੇ ਘਰ ਇੱਕ ਝੱਲੀ ਜੀ ਕੁੜੀ ਨੂੰ ਵੇਚ ਗਿਆ ਵਾ, ਉਹਨੇ ਸਾਲੀ ਨੇ ਮੈਨੂੰ ਧੱਕੇ ਮਾਰ ਕੇ ਬਾਹਰ ਕੱਢਤਾ। ਮੈਨੂੰ ਤਾਂ ਹੁਣ ਇਹ ਨਹੀਂ ਸਮਝ ਲੱਗਦੀ ਮੈਂ ਉਹਦੇ ਸਾਲੇ ਆਪਣੇ ਰਹਿਣ ਨੂੰ ਜਗ੍ਹਾ ਲੱਭਾਂ ਜਾਂ ਜਸਨੀਤ ਨੂੰ ਲੱਭਾਂ। ਚੰਗੇ ਭਲੇ ਨੂੰ ਬਣਵਾਸ ਕਰਾ ਕੇ ਧਰਤਾ। ਕਮਾਲ ਕਰਦਾ ਯਾਰ ਤੂੰ, ਤੂੰ ਤਾਂ ਕੀਤੀ ਕਰਾਈ ਖੂਹ ਚ ਪਾਈ ਜਾਂਦਾ। ਮੈਂ ਦੱਸ ਕਿੱਥੇ ਨਹੀਂ ਖੜਿਆ ਤੇਰੇ ਨਾਲ? ਉਹ ਰਹਿਣ ਦੇ, ਰਹਿਣ ਦੇ, ਰਹਿਣ ਦੇ, ਸਾਲਿਆ ਖੜਿਆ ਕਿੱਥੇ ਆ ਤੂੰ? ਪੰਗਾ ਬਾਅਦ ਚ ਪੈਂਦਾ ਸੀ, ਪਹਿਲਾਂ ਮੋਕ ਮਾਰ ਜਾਂਦਾ ਸੀ ਸਾਲਾ ਹੋਇਆ। ਉਹ ਮੋਕ ਮੈਂ ਜਾਣ ਕੇ ਮਾਰਦਾ ਸੀ ਯਾਰ, ਉਹ ਤਾਂ ਕਈ ਵਾਰ ਬੰਦੇ ਦਾ ਪ੍ਰੈਸ਼ਰ ਬਣਾ ਹੁੰਦਾ, ਬਸ ਸਮਝਦਾ ਹੁੰਦਾ ਹਾਂ। ਨਾਲੇ ਮੇਰੇ ਤੇ ਕੋਈ ਔਖੇ ਹੋਣ ਦਾ ਫਾਇਦਾ ਹੈ? ਜਿਹੜਾ ਕੁਛ ਹੋਣਾ ਸੀ ਉਹ ਤਾਂ ਹੋ ਗਿਆ, ਹੁਣ ਤੂੰ ਐਂ ਕਰ, ਨੇੜੇ ਤੇੜੇ ਗੁਰਦੁਆਰਾ ਦੇਖ, ਉੱਥੇ ਜਾ ਵੜ। ਜਿਹਦਾ ਵੀਰ ਕੋਈ ਨਹੀਂ ਹੁੰਦਾ ਨਾ, ਉਹਦਾ ਰੱਬ ਹੁੰਦਾ। ਗੋਰਿਆਂ ਦਾ ਗੁਰਦੁਆਰਾ ਚੱਲੂ। ਬਾਬਾ ਜੀ, ਇੱਕ ਤੁਹਾਡੇ ਨਾਲ ਜ਼ਰੂਰੀ ਗੱਲ ਕਰਨੀ ਸੀ, ਪਰ ਹਿਸਾਬ ਜਿਹਾ ਨਹੀਂ ਆ ਰਿਹਾ ਜੀ ਤੁਸੀਂ ਹੈ ਕਿਹੜੇ ਪਾਸੇ ਹੋ। ਮੈਂ ਸਾਹਮਣੇ ਦੇਖ ਕੇ ਗੱਲ ਕਰ ਲੈਣਾ। ਬਾਬਾ ਜੀ ਨੇ ਇੱਕ ਸਾਡੇ ਵਾਲੇ ਬਾਬਾ ਜੀ ਨੂੰ ਸੁਨੇਹਾ ਲਾ ਦਿਓ ਜੀ ਕਿ ਜੀ ਨਿਹਾਲ ਕੈਨੇਡਾ ਪਹੁੰਚ ਗਿਆ ਅਤੇ ਛੋਟੀ ਜਿਹੀ ਪ੍ਰੋਬਲਮ 'ਚ ਫਸ ਗਿਆ। ਬਾਬਾ ਜੀ ਤੁਹਾਨੂੰ ਸੱਚ ਬੋਲਦਾ, ਦੇਖੋ ਥੋਤੋਂ ਕਾਹਦਾ ਲੁਕੋਆ, ਤੁਹਾਨੂੰ ਤਾਂ ਪਤਾ ਹੀ ਲੱਗ ਜਾਣਾ ਵੀ ਸੱਚ ਕੀ ਆ। ਬਸ ਕੈਨੇਡਾ 'ਚ ਪ੍ਰੋਬਲਮ ਆ ਜੀ, ਦੇਖੋ ਇੰਡੀਆ ਤਾਂ ਤੁਹਾਨੂੰ ਪਤਾ ਸੂਤੇ ਆ। ਤੁਹਾਡੀ ਮਿਹਰਬਾਨੀ ਦੇ ਨਾਲ ਜੀ 82 ਦੇ ਵਿੱਚ ਡੈਡੀ ਕੋਲ ਫੀਐਟ ਕਾਰ ਹੁੰਦੀ ਸੀ, 3600 ਘਰੇ ਖੜਾ ਜੀ, ਜੌਂਡੀਅਰ ਲੈਣ ਦੀਆਂ ਸਲਾਹਾਂ ਬਣਦੀਆਂ। 60 ਕਿੱਲੇ ਪੈਲੀ ਆ ਜੀ, 18 ਕਿੱਲੇ ਤਾਂ ਐਤਕੀ ਠੇਕੇ 'ਤੇ ਲਏ ਨੇ। ਪਰ ਬਾਬਾ ਜੀ ਦੇਖੋ, ਸੋਚਣ ਵਾਲੀ ਗੱਲ ਤਾਂ ਇਹੀ ਹੈ ਨਾ ਜੀ, ਹੁਣ ਬੇਬੇ ਇਕੱਲੀ ਥੋ ਨਾ ਪਾਊਗੀ ਉਹਨੂੰ, ਮੈਨੂੰ ਇਹ ਚਾਹੀਦਾ ਨਾ ਜੀ ਮੈਂ ਉੱਥੇ ਹੋਵਾਂ। ਪਰ ਬਾਬਾ ਜੀ ਜੇ ਤੁਸੀਂ ਮੇਰੀ ਮਦਦ ਕਰ ਦੋਗੇ ਨਾ, ਸਾਰੇ ਦਾ ਸਾਰਾ ਕੰਮ ਸੂਤ ਆਜੂ। ਬਾਬਾ ਜੀ ਬਸ ਐਤਕੀ ਬਚਾ ਲਓ, ਮਿਹਰਬਾਨੀ ਬਾਬਾ ਜੀ, ਸਤਿ ਸ਼੍ਰੀ ਅਕਾਲ ਜੀ। ਬਾਬਾ ਜੀ ਉਹ ਕੜਾਹ ਪ੍ਰਸ਼ਾਦ ਦਾ ਇੰਤਜ਼ਾਮ ਜੀ, ਤੁਸੀਂ ਵੀ ਕਹੋਗੇ ਕਿਹੋ ਜਿਹਾ ਬੰਦਾ ਜੀ। ਬਾਬਾ ਜੀ ਭੁੱਖ ਬਹੁਤ ਲੱਗੀ ਆ, ਸਵੇਰ ਦੇ ਨੇ ਚਾਹ ਦਾ ਕੱਪ ਨਹੀਂ ਪੀਤਾ ਜੀ, ਇੱਕ ਪੁੜੀ ਭੁੱਕੀ ਦੀ ਸੀਗੀ ਜੀ, ਉਹ ਵੀ ਦਿੱਲੀ ਕਸਟਮ ਵਾਲਿਆਂ ਨੇ ਆਉਣ ਵੇਲੇ ਕੱਢ ਲਈ। ਮੈਂ ਤਾਂ ਜੀ ਬਸ ਬੁਰੇ ਹਾਲ ਨੇ। ਤੂੰ ਤੂੰ ਇੱਥੇ ਕਰਦੀ ਆ? ਹੁਣ ਕਿਤੇ ਇਹ ਨਾ ਕਹਿ ਜੀ ਵੀ ਢੀਂਡਸਾ ਸਾਹਿਬ ਤੈਨੂੰ ਆ ਜਗ੍ਹਾ ਵੀ ਵੇਚ ਕੇ। ਓਏ ਸਿਰ ਨੰਗਾ, ਪੈਰਾਂ 'ਚ ਜੁੱਤੀ, ਮਾਰਾਂ ਤੇਰੇ ਚੱਕ ਕੇ ਮੋਮਬੱਤੀ ਮੈਂ, ਤੇਰਾ ਦਿਮਾਗ ਠੀਕ ਹੈ? ਓਕੇ, ਇਹ ਚਰਚ ਹੈ, ਇੱਥੇ ਇਦਾਂ ਹੀ ਹੁੰਦਾ ਹੈ। ਹਾਂ ਚਰਚ ਹੋਵੇ ਚਾਹੇ ਜੋ ਮਰਜ਼ੀ ਹੋਵੇ, ਸਾਡੇ ਮਾਂ ਪਿਓ ਨੇ ਇਹੀ ਸਿਖਾਇਆ ਵੀ ਬੰਦੇ ਦਾ ਸਿਰ ਟਕਿਆ ਹੋਣਾ ਚਾਹੀਦਾ ਤੇ ਪੈਰ ਨੰਗੇ ਹੋਣੇ ਚਾਹੀਦੇ ਆ, ਤੂੰ ਤਾਂ ਲੱਤਾਂ ਵੀ ਨੰਗੀਆਂ ਲਈ ਫਿਰਦੀ ਆ। ਓਕੇ, ਆਈ ਐਮ ਸੌਰੀ, ਮੇਰੇ ਤੋਂ ਗਲਤੀ ਹੋ ਗਈ ਨਾ, ਤੇਰੇ ਤੋਂ ਗਲਤੀ ਨਹੀਂ ਹੁੰਦੀ। ਮੇਰੇ ਤੋਂ ਗਲਤੀ? ਹਾਂ ਮੇਰੇ ਤੋਂ ਗਲਤੀ। ਯੈਸ ਮੇਰੇ ਤੋਂ ਗਲਤੀ ਹੋਈ ਆ ਯਾਰ, ਗਲਤੀ ਹੋਈ ਆ। ਮੈਂ ਤਾਂ ਬੈਠ ਤਾਂ ਸਕਦਾ ਨਾ ਚਰਚ 'ਚ? ਹਾਂ ਹਾਂ। ਲੰਡੂ ਜੇ ਬੰਦਿਆਂ ਪਿੱਛੇ ਲੱਗ ਕੇ ਮੈਂ ਕੈਨੇਡਾ ਆ ਗਿਆ, ਆਹ ਦੇਖ ਲੈ ਸਵੇਰ ਦਾ ਚਾਚੇ ਲੱਭਦਾ ਫਿਰਦਾ ਵਾਂ। ਕਿੱਥੇ ਆ ਢੀਂਡਸਾ ਸਾਹਿਬ? ਕਿੱਥੇ ਆ ਢੀਂਡਸਾ ਸਾਹਿਬ? ਹੈਗੇ ਨੇ ਢੀਂਡਸਾ ਸਾਹਿਬ। ਹੈਂ? ਹੈਗੇ ਨੇ? ਪਹਿਲਾਂ ਇਹ ਦੱਸ, ਕਾਫੀ ਪੀਏਂਗਾ? ਕਿਹਦੇ ਨਾਲ? ਮੇਰੇ ਨਾਲ। ਕੁੜੀ ਨਾਲ ਕਾਫੀ? ਹਾਂ ਬਈ, ਸਿਰਾ ਹੀ ਹੈ ਬਾਬਾ ਜੀ ਤੁਹਾਡਾ ਤਾਂ। ਅੱਜ ਪਤਾ ਲੱਗਿਆ ਵੀ ਕੈਨੇਡਾ ਕਿੰਨਾ ਫਾਸਟ ਆ। ਅਜੇ 2 ਮਿੰਟ ਪਹਿਲਾਂ ਮੈਂ ਸੁਨੇਹਾ ਲਾਇਆ, ਤੁਸੀਂ ਸਾਡੇ ਬਾਬੇ ਤੱਕ ਪਹੁੰਚਾ ਵੀ ਦਿੱਤਾ। ਸਲਿਊਟ ਆ ਬਾਬਾ ਜੀ, ਲਵ ਯੂ।
ਕਮਾਲ ਹੈ, ਕਿਸੇ ਕੁੜੀ ਦੀ ਫੋਟੋ ਨੂੰ ਫੇਸਬੁੱਕ ਤੇ ਦੇਖਿਆ ਤੇ ਉਹਨੂੰ ਮਿਲਣ ਲਈ ਇੰਨੀ ਦੂਰ ਆ ਗਿਆ। ਓਏ ਜੀ, ਤਾਂ ਮੈਂ ਫੋਟੋ ਦੇਖ ਕੇ ਆਇਆ ਜੀ, ਦੋ ਤਿੰਨ ਕੁੜੀਆਂ ਪਿੱਛੇ ਤਾਂ ਮੈਂ ਇਹੀ ਚਲੇ ਗਿਆ, ਮੇਰੇ ਯਾਰਾਂ ਦੋਸਤਾਂ ਨੇ ਕਿਹਾ ਤਾਂ ਬਾਹਲੀ ਓ ਕੁਆਟਰ ਕੁੜੀ ਹੈ। ਹੈਲੋ, ਉਹ ਸ਼ਹਿਰ ਦੀ ਸਭ ਤੋਂ ਰਿਚ ਕੁੜੀ ਹੈ, ਸਮਝ ਆਈ? ਦੋ ਮਹੀਨੇ ਕੀ, ਦੋ ਜਨਮ ਵੀ ਉਹਦੇ ਪਿੱਛੇ ਲਾ ਦੇ ਨਾ ਤਾਂ ਵੀ ਨੀ ਤੇਰੀ ਗੱਲ ਬਣਨੀ। ਨਹੀਂ ਤਾਂ ਮੈਂ ਮਾਤੜਾ ਆ ਸਨ ਪਿਆ ਸੀ ਜੀ ਮੇਰੇ ਡੈਡੀ ਕੋਲੇ, ਦੱਸਿਆ ਸੀ ਮੈਨੂੰ ਨਾ, ਹੁਣ ਮੈਨੂੰ ਢੀਂਡਸਾ ਸਾਹਿਬ ਦੇ ਘਰੇ ਲੈ ਕੇ ਜਾਣਾ ਜਾਂ ਇੱਥੇ ਠੰਡ ਚ ਮਾਰਨਾ। ਤੈਨੂੰ ਇੱਕ ਗੱਲ ਦੱਸਾਂ, ਉਹ ਜਿਹੜਾ ਘਰ ਸੀ ਨਾ ਜਿੱਥੇ ਤੂੰ ਮੈਨੂੰ ਪਹਿਲੀ ਵਾਰੀ ਮਿਲਿਆ ਸੀ, ਉਹ ਢੀਂਡਸਾ ਅੰਕਲ ਦਾ ਹੀ ਹੈ। ਹਾਂ, ਤੇ ਉਹ ਜਿਹੜਾ ਗ੍ਰੋਸਰੀ ਸਟੋਰ ਹੈ ਨਾ, ਉਹ ਵੀ ਢੀਂਡਸਾ ਅੰਕਲ ਦਾ ਹੀ ਹੈ। ਤੂੰ ਝੂਠ ਕਿਉਂ ਬੋਲਿਆ ਮੈਨੂੰ? ਐਕਚੁਅਲੀ ਮੈਂ ਵੀ ਨਾਭੇ ਤੋਂ ਹੀ ਹਾਂ। ਨਾਭੇ ਤੋਂ? ਤੂੰ? ਹਾਂ। ਉਹ ਸਹੀ ਬਲਾਗੀ। ਹਾਂ, ਇੱਕ ਮਿੰਟ ਗੱਲ ਤਾਂ ਸੁਣ ਲਾ। ਪਰ ਨਾ, ਨਾਭੇ ਤੋਂ 2 ਸਾਲ ਪਹਿਲਾਂ ਨਾ ਮੈਂ ਇੱਕ ਬੇਵਕੂਫੀ ਕੀਤੀ ਸੀ। ਅੱਛਾ। ਪਰ ਮੈਂ ਨਾ ਇੱਕ ਮੁੰਡੇ ਨੂੰ ਇੰਟਰਨੈਟ ਤੇ ਲਾਈਕ ਕਰਦੀ ਸੀ। ਇੰਟਰਨੈਟ ਤੇ? ਫੇਰ ਉਹਦੇ ਨਾਲ ਵਿਆਹ ਕਰਾਉਣ ਲਈ ਮੈਂ ਇੱਥੇ ਆ ਗਈ, ਆਪਣੇ ਮੰਮਾ ਪਾਪਾ ਦੀ ਮਰਜ਼ੀ ਦੇ ਅਗੇਂਸਟ। ਇੱਥੇ ਆ ਕੇ ਮੈਨੂੰ ਪਤਾ ਲੱਗਿਆ ਕਿ ਉਹ ਇੱਕ ਨੰਬਰ ਦਾ ਧੋਖੇਬਾਜ਼ ਹੈ। ਕਹਿੰਦਾ ਕਿ ਜੇ ਤੂੰ ਆਪਣੇ ਪੇਰੈਂਟਸ ਨੂੰ ਛੱਡਤਾ ਤੇ ਇਹਦਾ ਮਤਲਬ ਤੇਰੇ ਕੋਲ ਹੁਣ ਪ੍ਰਾਪਰਟੀ ਰਹੀ ਨਹੀਂ ਤੇ ਮੈਨੂੰ ਤੇਰੇ 'ਚ ਕੋਈ ਇੰਟਰਸਟ ਨਹੀਂ ਰਿਹਾ। ਮੈਨੂੰ ਦੱਸ ਸਾਲਾ, ਕਿੱਥੇ ਨਾਸਣਾ ਪਾਉਂਦੀਆਂ ਮੈਂ ਸਾਲੇ ਦੀਆਂ? ਮੈਨੂੰ ਕੀ ਪਤਾ ਕਿੱਥੇ ਹੈ। ਮੰਮੀ ਪਾਪਾ ਤੇ ਇਹੀ ਸਮਝਦੇ ਆ ਨਾ ਕਿ ਮੇਰਾ ਉਹਦੇ ਨਾਲ ਵਿਆਹ ਹੋ ਗਿਆ ਤੇ ਮੈਂ ਬਹੁਤ ਖੁਸ਼ ਹਾਂ। ਹਮੇਸ਼ਾ ਕਹਿੰਦੇ ਰਹਿੰਦੇ ਕਿ ਮੈਂ ਫੋਨ ਤੇ ਉਹਨਾਂ ਦੀ ਗੱਲ ਕਰਾਵਾਂ ਉਹਨਾਂ ਦੇ ਜਵਾਈ ਦੇ ਨਾਲ, ਪਰ ਮੈਂ ਹੀ ਹਾਂ, ਹਮੇਸ਼ਾ ਟਾਲਦੀ ਰਹਿੰਦੀ ਹਾਂ। ਇਸੇ ਕਰਕੇ ਮੈਂ ਡਰ ਗਈ ਸੀ ਜਦ ਤੂੰ ਕਿਹਾ ਨਾ ਕਿ ਤੂੰ ਨਾਭੇ ਤੋਂ ਹੈ। ਮੈਨੂੰ ਲੱਗਿਆ ਕਿ ਸ਼ਾਇਦ ਮੰਮਾ ਪਾਪਾ ਨੇ ਤੈਨੂੰ ਮੇਰੇ ਪਿੱਛੇ ਭੇਜਿਆ ਮੇਰੀ ਜਾਸੂਸੀ ਕਰਨ ਵਾਸਤੇ। ਚੱਲ ਹੁਣ ਮੈਨੂੰ ਠੰਡ 'ਚ ਮਾਰੇਂਗੀ ਜਾਂ ਔਰ ਢੀਂਡਸਾ ਸਾਹਿਬ ਨੂੰ ਵੀ ਮਿਲਾਏਂਗੀ? ਉੱਥੇ ਵੀ ਇੱਕ ਪੰਗਾ ਹੈ ਨਾ, ਪਿਓ ਮੰਨਦਾ ਤੇ ਪੁੱਤ ਨਹੀਂ ਮੰਨਦਾ, ਜੇ ਪੁੱਤ ਮੰਨਦਾ ਤੇ ਪਿਓ ਨਹੀਂ ਮੰਨਦਾ। ਔਰ ਨਿਹਾਲ ਸਿੰਘ ਤਾਂ ਸਾਰੇ ਪਿੰਡ ਨੂੰ ਮਨਾਈ ਫਿਰਦਾ, ਇਹਦਾ ਬੰਦੇ ਹੀ ਦੋ ਨੇ। ਚੱਲ ਡੈਡ ਪਲੀਜ਼, ਤੁਸੀਂ ਮੇਰੀ ਗੱਲ ਮੰਨੋ ਪਲੀਜ਼। ਓ ਨਹੀਂ, ਮੈਂ ਆਪਣਾ ਗ੍ਰੋਸਰੀ ਸਟੋਰ ਬੰਦ ਨਹੀਂ ਕਰ ਸਕਦਾ। ਓਏ ਅਕਲ ਨੂੰ ਹੱਥ ਮਾਰ, ਖੋਤੇ ਅਕਲ ਨੂੰ ਹੱਥ ਮਾਰ, ਅਸੂਲ ਦੀ ਗੱਲ ਕਰ। ਮੈਂ ਆਪਣਾ ਗ੍ਰੋਸਰੀ ਸਟੋਰ ਕਿਵੇਂ ਬੰਦ ਕਰਦਾ ਵਾਂ, ਖੋਤੇ ਦਾ ਪੁੱਤ ਨਾ ਹੋਵੇ ਤਾਂ। ਓ ਗੋਡ, ਡੈਡ ਬੰਦ ਕਰਨ ਦੀ ਕੌਣ ਗੱਲ ਕਰਦਾ? ਤੁਸੀਂ ਮੇਰੀ ਗੱਲਾਂ ਨੂੰ ਅੰਡਰਸਟੈਂਡ ਨਹੀਂ ਕਰਦੇ। ਮੈਂ ਤਾਂ ਸਿਰਫ ਤੁਹਾਨੂੰ ਇਹੀ ਕਹਿਣਾ ਕਿ ਉਹਦੀ ਜਗ੍ਹਾ ਆਪਾਂ ਕਲੱਬ ਖੋਲਾਂਗੇ ਜਿੱਥੇ ਡਾਂਸ ਹੋਊਗਾ। ਤੇਰਾ ਮਤਲਬ ਹੈ ਖੋਤਿਆ, ਮੈਂ ਆਪਣਾ 25 ਸਾਲ ਪੁਰਾਣਾ ਸਟੋਰ ਬੰਦ ਕਰਕੇ ਸ਼ਕੀਲਾ ਦੀ ਤਰ੍ਹਾਂ ਕੱਛਾ ਪਾ ਕੇ ਉੱਥੇ ਡਾਂਸ ਕਰਾਂ? ਓ ਗੋਡ ਡੈਡ, ਮੈਂ ਤੁਹਾਡੀ ਗੱਲ ਥੋੜੀ ਕਰਦਾ, ਤੁਸੀਂ ਥੋੜੀ ਡਾਂਸ ਵੈਂਸ ਕਰਨਾ ਹੈ। ਡੈਡ ਜ਼ਰਾ ਸੋਚ, ਆਪਣੇ ਢੀਂਡਸਾ ਗ੍ਰੋਸਰੀ ਸਟੋਰ। ਢੀਂਡਸਾ ਨਹੀਂ, ਢੀਂਡਸਾ, ਉਹ ਬੋਲਣਾ ਤਾਂ ਸਿੱਖ ਲੈ। ਓ ਡੈਡ ਜ਼ਰਾ ਸੋਚ, ਆਪਣੇ ਗ੍ਰੋਸਰੀ ਸਟੋਰ ਦੀ ਜਗ੍ਹਾ ਡੀ ਕਲੱਬ ਹੋਊਗਾ। ਹੈ, ਲਿਮੋਜ਼ਿਨ ਵਿੱਚੋਂ ਤੁਸੀਂ ਉਤਰੋਗੇ, ਚਾਰੋਂ ਪਾਸੇ ਟੀਵੀ ਰਿਪੋਰਟਰ ਹੋਣਗੇ, ਸੋਹਣੀ ਸੋਹਣੀ ਕੁੜੀਆਂ ਆਲੇ ਦੁਆਲੇ ਡਾਂਸ ਕਰਨਗੀਆਂ। ਕੁੜੀਆਂ ਦੀਆਂ ਮੰਮੀਆਂ ਵੀ ਹੋਣਗੀਆਂ। ਓਹ ਗੋਡ ਡੈਡ, ਮੰਮੀ ਡੈਡੀ ਥੋੜੀ ਆਉਂਦੇ ਆ, ਪੇਰੈਂਟਸ ਆਰ ਨਾਟ ਅਲਾਊਡ। ਡੈਡ ਨਹੀਂ, ਪਰ ਗੱਲੇ ਤੇ ਤਾਂ ਮੈਂ ਹੀ ਬੈਠੂੰਗਾ ਨਾ। ਓ ਡੈਡ, ਗੱਲਾਂ ਵੀ ਨਹੀਂ ਹੁੰਦਾ। ਫਿਰ ਮੈਂ ਕਲੱਬ ਖੋਲ ਕੇ ਕੀ ਕਰਨਾ ਜਦੋਂ ਉੱਥੇ ਮੇਰਾ ਕੋਈ ਕੰਮ ਹੀ ਨਹੀਂ ਹੈ? ਨਾਲੇ ਸਾਡੇ ਕਲਚਰ ਦੇ ਖਿਲਾਫ ਹੈ, ਅਸੂਲ ਦੀ ਗੱਲ ਕਰ ਤੂੰ। ਨਿਹਾਲ, ਮੈਨੂੰ ਲੱਗਦਾ ਕਿ ਆਪਾਂ ਗਲਤ ਟਾਈਮ ਤੇ ਆ ਗਏ। ਓ ਨਿਹਾਲ ਲਈ ਵੀ ਕਦੇ ਕੋਈ ਟਾਈਮ ਗਲਤ ਜਾਂ ਠੀਕ ਹੋਇਆ? ਪੁਰਾਣੀਆਂ ਚੀਜ਼ਾਂ ਨੂੰ ਸਾਂਭ ਕੇ ਰੱਖਣ ਨੂੰ ਹੀ ਕਲਚਰ ਕਹਿੰਦੇ ਆ। ਕੱਲ ਨੂੰ ਤੂੰ ਬੁੱਢੇ ਮਾਂ ਬਾਪ ਨੂੰ ਕਹੇਗਾ ਬਈ ਪੁਰਾਣੇ ਪੈ ਗਏ, ਇਹਨਾਂ ਨੂੰ ਬਾਹਰ ਸਿੱਟ ਦੋ, ਇਹ ਹੈ ਕਲਚਰ ਤੁਹਾਡਾ, ਲਾਣਤ ਇਹ ਜੇ ਕਲਚਰ ਦੇ ਉੱਤੇ। ਬਿਲਕੁਲ ਸਹੀ ਗੱਲ ਆ ਚਾਚਾ ਜੀ, ਆਪਣੇ ਵਰਕ ਬੈਠਾ। ਓਏ, ਜੇ ਆਪਾਂ ਆਪਦੀਆਂ ਜੜਾਂ ਭੁੱਲ ਕੇ ਤਾਂ ਆਪਾਂ ਥੱਲੇ ਨਹੀਂ ਡਿੱਗਾਂਗੇ। ਬਿਲਕੁਲ, ਅਸੂਲ ਦੀ ਗੱਲ ਕੀਤੀ ਹੈ, ਇਹੀ ਕਲਚਰ ਹੈ ਗੋਰਿਆਂ ਦਾ, ਆਪਣੇ ਬੱਚਿਆਂ ਨੂੰ ਪੂਰੀ ਫ੍ਰੀਡਮ ਦਿੰਦੇ। ਇਹ ਵੀ ਗੱਲ ਆ, ਦੇਖੋ ਜੀ, ਇੱਕ ਗੱਲ ਤਾਂ ਮੰਨਣੇ ਵਾਲੀ ਆ, ਗੋਰੇ ਘੱਟੋ ਘੱਟ ਆਪਣੇ ਬੱਚਿਆਂ ਨੂੰ ਕੁੱਕੜੀ ਵਾਂਗੂ ਤਾੜ ਕੇ ਨਹੀਂ ਰੱਖਦੇ ਹੈਗੇ। ਨਹੀਂ, ਪਰ ਜੇ ਪਤੰਗ ਦੀ ਡੋਰੀ ਕੱਟ ਗਈ ਫਿਰ ਤਾਂ ਜ਼ਮੀਨ ਤੇ ਡਿੱਗੂਗੀ। ਵਾਹ ਚਾਚਾ ਜੀ ਵਾਹ, ਕੀ ਬਾਤ ਹੈ ਚਾਚਾ ਜੀ, ਆਏ ਹਾਏ, ਧੰਨ ਭਾਗ ਮੇਰੇ ਕਿ ਮੈਨੂੰ ਐਡੀ ਮਹਾਨ ਸ਼ਖਸੀਅਤ ਦੇ ਘਰੇ ਰਹਿਣ ਦਾ ਮੌਕਾ ਮਿਲਿਆ। ਚਾਚਾ ਜੀ, ਗ੍ਰੇਟ ਹੋ ਤੁਸੀਂ, ਗ੍ਰੇਟ। ਪਰ ਮੁੰਡੇ, ਇੰਨਾ ਗ੍ਰੇਟ ਵੀ ਨਹੀਂ ਹੈ ਮੈਂ, ਬਸ ਜੀ ਸਕ ਕੇ ਤੇਰਾ ਆਪਣਾ ਘਰ ਹੈ, ਤੂੰ ਰਹਿ ਸਕਦਾ। ਇੱਕ ਮਿੰਟ ਫੜੀ, ਮੈਂ ਤੈਨੂੰ ਪਛਾਣਿਆ ਨੀ, ਤੂੰ ਹੈ ਕੌਣ? ਮੈਨੂੰ ਨੀ ਪਛਾਣਿਆ ਚਾਚਾ ਜੀ, ਕਮਾਲ ਦੀ ਗੱਲ ਆ, ਉਹ ਮੈਂ ਤੁਹਾਡਾ ਆਪਣਾ ਨਿਹਾਲ ਚਾਚਾ ਜੀ, ਛੋਟਾ ਨਿਹਾਲ। ਕਿਹੜਾ ਨਿਹਾਲ? ਉਹ ਚਾਚਾ ਜੀ ਪਿੰਡੋਂ ਨਾਭੇ ਤੋਂ, ਤਾਰੀ ਦਾ ਦੋਸਤ ਨਿਹਾਲ ਸਿੰਘ ਗਰੇਆ। ਤਾਰੀ ਤਾਂ ਨਹੀਂ ਆਇਆ ਕਿਤੇ? ਉਹਨੂੰ ਕਿਹਨੇ ਵੀਜ਼ਾ ਦੇਣਾ ਜੀ ਕੈਨੇਡਾ ਦਾ? ਤਾਰੀ ਕਿੱਥੇ, ਮੈਂ ਇਕੱਲਾ ਹੀ ਆਇਆ।
ਬੜਾ ਕਰੈਕਟਰਲੈਸ ਜਿਹਾ ਮੁੰਡਾ ਹੈ ਉਹ। ਜਮਾਂ ਹੀ ਟੁੱਟ ਤੇ ਜੀ। ਹਾਂ ਗਿਆ ਹੀ ਨਹੀਂ ਗਾ ਤੁਹਾਡੇ ਤੇ, ਦੇਖੋ ਬਿਲਕੁਲ ਹੀ ਨਹੀਂ ਗਿਆ ਹੈਗਾ। ਕਿੱਥੇ ਧਾਰੀ, ਕਿੱਥੇ ਤੁਸੀਂ, ਕਿਆ ਗ੍ਰੇਟ ਪਰਸਨੈਲਿਟੀ ਜੀ, ਚਾਚਾ ਜੀ ਸਵਾਦ ਆ ਗਿਆ, ਸਿਰਾ ਲੱਗ ਗਿਆ। ਬੇਟਾ ਤੂੰ ਅੱਜ ਤੋਂ ਇੱਥੇ ਰਹੇ ਜੀ, ਅੱਜ ਤੋਂ ਇਹ ਮੇਰਾ ਪਤੀ ਸਾਡੇ ਘਰ ਦੇ ਵਿੱਚ ਸਾਡੇ ਨਾਲ ਹੀ ਰਹੂਗਾ। ਤੇਰੀ ਬਿਲਕੁਲ ਦਖਲ ਅੰਦਾਜ਼ੀ ਨਹੀਂ ਹੋਣੀ ਚਾਹੀਦੀ। ਸੋਰੀ ਚਾਚਾ ਜੀ, ਆ ਮੇਰਾ ਰੂਮ ਕਿੱਥੇ ਜੀ? ਆਪਣਾ ਉੱਪਰ ਚੜ ਕੇ ਨਾ ਖੱਬੇ ਹੱਥ ਨੂੰ ਦੂਜਾ ਕਮਰਾ। ਥੈਂਕ ਯੂ ਚਾਚਾ ਜੀ, ਚਾਹ ਤੇ ਮਿਲ ਗਿਆ। ਦਈ ਵੀਰੇ ਸੁਣਿਆ ਤੂੰ, ਹੁਣ ਖਿਆਲ ਰੱਖੀ। ਮੈਡਮ ਜੀ, ਬੇਬੇ ਨੇ ਨਿਹਾਲ ਨਾ ਐਂ ਨਹੀਂ ਸੀ ਰੱਖਿਆ, ਜਿੱਥੇ ਜਾਈਦਾ ਜਨਤਾ ਨਿਹਾਲ ਕਰ ਦੇਦੀ ਆ। ਮਿਲਦੇ ਆ ਜੀ। ਓ ਨਹੀਂ, ਕਮਾਲ ਦੀ ਗੱਲ ਆ ਨਿਹਾਲ ਸਿਆ, ਮੈਂ ਆਪਣੇ ਦੁੱਖੜੇ ਸੁਣਾਉਣਾ, ਜਿਹੜਾ ਸੁਣਦਾ ਉਹ ਪਤੰਦਰ ਹੱਸਣ ਲੱਗ ਜਾਂਦਾ। ਉਹ ਸੱਚੀ ਸਵਾਦ ਆ ਗਿਆ ਸਾ। ਆ ਕੀਤੀ ਆ ਜੱਟਾਂ ਵਾਲੀ ਗੱਲ, ਪੰਗਾ ਪਿਆ, ਘਬਰਿਆ ਘੁਬਰਿਆ ਨਹੀਂ, ਐਕਸ਼ਨ ਲਿੱਤਾ, ਐਕਸ਼ਨ। ਐਕਸ਼ਨ ਤਾਂ ਲੈ ਲਿਆ, ਪਰ ਕੀ ਹੁਣ ਇਹ ਸੋਚਿਆ ਕਿ ਅੱਗੇ ਕੀ ਕਰਨਾ ਹੈ? ਉਹ ਕੁੜੀ ਇਹੋ ਜਿਹੇ ਕੰਮ ਦੇ ਵਿੱਚ ਅੱਗੇ ਪਿੱਛੇ ਨਹੀਂ ਦੇਖੀਦਾ ਹੁੰਦਾ, ਇਹ ਬਿਨਾਂ ਸੋਚੇ ਇੱਥੇ ਆਇਆ, ਹੁਣ ਬਿਨਾਂ ਸੋਚੇ ਅੱਗੇ ਤੁਰੂ। ਉਹ ਪਰ ਚਾਚਾ ਜੀ, ਮੇਰੀ ਘੱਟੋ ਘੱਟ ਇੱਕ ਕੁੜੀ ਨਾਲ ਫੋਟੋ ਤੱਕ ਚਾ ਦੋ। ਉਹ ਪਿੰਡਤਾ ਤਾਈ ਨੇ ਮੇਰੀ ਬੇਬੇ ਦਾ ਗੱਲਾਂ ਸੁਣਾ ਸੁਣਾ ਬਲੱਡ ਪ੍ਰੈਸ਼ਰ ਵਧਾਇਆ ਪਿਆ ਹੋਣਾ, ਉਹਨਾਂ ਨੂੰ ਪਤਾ ਤਾਂ ਲੱਗ ਜਾਵੇ ਵੀ ਨਿਹਾਲ ਕੈਨੇਡਾ ਪਹੁੰਚ ਗਿਆ। ਠੀਕ ਹੈ, ਚਲੋ ਫਿਰ ਫੋਟੋ ਖਿਚਾਈਏ। ਡੈਡ, ਫੋਟੋ ਕਰਨ ਦੀ ਗੱਲ ਛੱਡੋ, ਪਹਿਲਾਂ ਤੁਸੀਂ ਮੈਨੂੰ ਇਹ ਦੱਸੋ, ਤੁਹਾਨੂੰ ਪਤਾ ਵੀ ਉਹ ਰਹਿੰਦੀ ਕਿੱਥੇ? ਉਹ ਮੂਰਖਾ, ਸਾਰੀ ਦੁਨੀਆ ਨੂੰ ਪਤਾ ਉਹ ਕਿੱਥੇ ਰਹਿੰਦੀ ਹੈ, ਕਦੇ ਅਖਬਾਰ ਵੀ ਪੜ੍ਹ ਲਿਆ ਕਰ, ਸ਼ਹਿਰ ਦੀ ਸਭ ਤੋਂ ਅਮੀਰ ਫੈਮਿਲੀ ਨੂੰ ਬਿਲੋਂਗ ਕਰਦੀ ਹੈ ਉਹ। ਚਾਚਾ ਜੀ, ਜ਼ਿੰਦਗੀ 'ਚ ਪਹਿਲੀ ਵਾਰੀ ਕਿਸੇ ਕੁੜੀ ਦੀ ਵੇਟ ਕਰ ਰਿਹਾ, ਸਾਲਾ ਓਪਰਾ ਓਪਰਾ ਜਿਹਾ ਫੀਲ ਹੋ ਰਿਹਾ, ਪਤਾ ਨਹੀਂ ਕਦੋਂ ਆਊਗੀ। ਚਾਚਾ ਜੀ, ਸਾਲੀ ਬਾਲੀ ਕੈਮਰਾ ਸਿਰਾ ਹੀ ਲਾਈ ਜਾਂਦੀ ਆ, ਉਹ ਫੋਟੋ ਵੀ ਟਪਾ ਦਈਏ ਨੇ ਤਾਂ। ਚਾਚਾ ਜੀ, ਤੁਹਾਨੂੰ ਪਤਾ ਦੀਵਾਲੀ ਵੇਲੇ ਇੱਕ ਪਟਾਕਾ ਹੁੰਦਾ ਜਿਹੜਾ ਬਿਲਕੁਲ ਐਂਡ ਤੇ ਚਲਾਈਦਾ, ਜਿਹਦੇ ਵਿੱਚ ਚੱਕਰੀਆਂ, ਅਨਾਰ, ਫੁੱਲਝੜੀਆਂ, ਬੰਬ, ਗੋਲੇ, ਉਹ ਪਟਾਕਾ ਹੈ। ਓਏ ਹੋਏ ਹੋਏ, ਸਾਉਣ ਦਾ ਮਹੀਨਾ ਹੋਵੇ, ਮਿੰਨੀ ਮਿੰਨੀ ਕਣੀ ਪੈਂਦੀ ਹੋਵੇ, ਤੇ ਜੱਟ ਬੈਠਾ ਹੋਵੇ ਜੌਂਡੀਅਰ ਤੇ ਸੁਹਾਗਾ ਫੇਰਦਾ, ਤੇ ਮੇਰੀ ਰਵੀਨਾ ਟੰਡਨ ਪਾ ਕੇ ਖੱਬੇ ਪੈਰ 'ਚ ਝਾਂਜਰ ਛਣ ਛਣ ਕਰਦੀ ਜੱਟ ਦਾ ਪੱਤਾ ਲੈ ਕੇ ਆਉਂਦੀ ਹੋਵੇ, ਸਵਾਦ ਹੀ ਆ ਜਾਵੇ। ਪਰ ਬੇਟਾ ਜੀ, ਤੂੰ ਤਾਂ ਕਹਿੰਦਾ ਸੀਗਾ ਬਈ ਜੌਂਡੀਅਰ ਲੈਣ ਦੀਆਂ ਹਲੇ ਸਲਾਹਾਂ ਹੀ ਬਣ ਰਹੀਆਂ। ਉਹ ਚਾਚਾ ਜੀ, ਆ ਵੀ ਤਾਂ ਸਲਾਹਾਂ ਹੀ ਬਣਦੀਆਂ ਨੇ, ਪਰ ਆ ਸਾਲੇ ਕਾਲੇ ਪੀਲੇ ਜਿਹੇ ਕੌਣ ਹੈ ਚਾਚਾ ਜੀ? ਇਹਦਾ ਪਾਪਾ ਐਮ ਪੀ ਯੂ ਪੀ ਆ। ਉਹ ਯਾਰ, ਛੱਡ ਐਮ ਪੀ ਯੂ ਪੀ ਨੂੰ, ਆਪਾਂ ਇਹਦੇ ਨਾਲ ਫੋਟੋ ਖਿਚਾਈਏ, ਚੱਲ ਬੈਠ ਗੱਡੀ 'ਚ। ਨਿਹਾਲ ਬੇਟਾ ਜੀ, ਇਹ ਹੈ ਆਪਣਾ ਵੈਂਕੂਵਰ ਦਾ ਡਾਊਨ ਟਾਊਨ। ਕੀ ਹੈ ਜੀ? ਜਾਣੀ ਕਿ ਆਪਣੇ ਪਿੰਡ ਦੀ ਜਿਵੇਂ ਸੱਥ ਹੁੰਦੀ ਹੈ ਨਾ, ਇਹ ਸੱਥ ਹੈ। ਅੱਛਾ ਜੀ, ਨਹੀਂ ਸਮਝਿਆ? ਨਹੀਂ, ਐ ਸਮਝ ਲੈ ਬਈ ਜਿਵੇਂ ਚੰਡੀਗੜ੍ਹ ਦਾ 17 ਸੈਕਟਰ, ਇਹ 17 ਸੈਕਟਰ ਹੈ। ਇਹਦਾ ਮਤਲਬ ਅੱਗੇ ਮੁੜ ਕੇ ਫੁਹਾਰਾ ਜੀ? ਫਵਾਰਾ ਫੁਵਰਾ ਕੁਛ ਨਹੀਂ ਹੈ ਇੱਥੇ, ਬਸ ਤੂੰ ਰੌਣਕ ਮੇਲਾ ਦੇਖ ਚਾਰੇ ਪਾਸੇ। ਪਰ ਆਪਣੀ ਰਵੀਨਾ ਟੰਡਨ ਤਾਂ ਕਿਤੇ ਦੇਖਦੀ ਨਹੀਂ ਜੀ। ਉਹ ਵੀ ਦਿਖ ਜਾਓ ਕਿਤੇ ਨਾ ਕਿਤੇ। ਆਹੋ ਖੜੀ ਆ ਸਾਹਮਣੇ, ਬਸ ਹੁਣ ਤੁਸੀਂ ਮਾੜਾ ਜਿਹਾ ਤਰੀਕੇ ਨਾਲ ਕਿਤੇ ਉਹੀ ਨਾ ਊਟ ਪਟਾਂਗ। ਹਾਂ, ਤੂੰ ਘਬਰਾ ਨਾ। ਅੱਜ ਤੂੰ ਦੇਖੀ ਇਹ ਜੀ ਮੈਂ ਕਮਾਲ ਦੀ ਫੋਟੋ ਖਿੱਚਣ ਲੱਗਿਆ ਨਾ, ਮਨ ਜਾਏਗੀ ਤੂੰ ਵੀ, ਹਾਏ ਕੁੜੀ ਐਡੀ ਸੋਹਣੀ ਲੱਗ ਰਹੀ ਨਾ ਕੈਮਰੇ। ਅੰਕਲ ਫੋਟੋ ਖਿੱਚੋ। ਬੇਟਾ ਖਿੱਚ ਰਿਹਾ, ਮੇਰੀ ਗੱਲ ਤਾਂ ਪੂਰੀ ਹੋ ਲੈਣ ਦੇ। ਆ ਦੇਖੀ ਕਿਆ ਵਧੀਆ ਫੋਟੋ ਖਿੱਚਾਂਗਾ ਮੈਂ, ਖਿੱਚਦੇ ਖਿੱਚਦੇ ਖਿੱਚਦੇ। ਸਤਿ ਸ਼੍ਰੀ ਅਕਾਲ ਜੀ। ਦੇਖੀ ਫੋਟੋ? ਮੈਨੂੰ ਦਿਖਾਓ। ਦੇਖ ਲੈ ਕਿਆ ਕਮਾਲ ਦੀ ਫੋਟੋ ਖਿੱਚੀ ਹੈ, ਮੰਨਦਾ ਹੁਣ? ਆਈ ਕਿਤਾ? ਕਿਉਂ, ਇਹ ਤੇਰੀ ਫੋਟੋ ਹੈ? ਉਹ ਕਾਲੇ ਨੇ ਫੋਟੋ ਖਿੱਚੀ ਮੇਰੀ। ਯਾਰ ਤੂੰ ਕਾਲੇ ਨੂੰ ਕਿਉਂ ਦੇਖ ਰਿਹਾ, ਤੂੰ ਆਪਣੀ ਫੋਟੋ ਦੇਖ, ਐ ਲੱਗਦਾ ਜਿਵੇਂ ਜਵਾਨੀ ਦਾ ਧਰਮਿੰਦਰ ਹੋਵੇ, ਮੰਨਦਾ ਹੁਣ ਆਪਣੇ ਚਾਚੇ ਨੂੰ? ਕੁੜੀ ਕਿੱਥੇ ਆ? ਓਹੋ, ਤੂੰ ਟੈਨਸ਼ਨ ਕਿਉਂ ਲੈਂਦਾ, ਤੇਰੀ ਫੋਟੋ ਖਿੱਚੀ ਜਾਣੀ ਹੈ। ਫੋਟੋ ਤਾਂ ਖਿੱਚੂਗੀ ਜੇ ਕੁੜੀ ਲੱਭੂਗੀ। ਓਹੋ, ਕੁੜੀ ਵੀ ਲੱਭ ਜੂਗੀ। ਉਹ ਖੜੀ ਹੈ ਤੇਰੀ ਰਵੀਨਾ ਟੰਡਨ। ਗੀਤਕਾਰ ਪਲੀਜ਼।
ਹੁਣ ਤੂੰ ਫੋਟੋ ਚਾਜਰਾ ਖਿੱਚਦੀ ਬੇਬੀ ਦੀ ਤਾਂ ਤਾਂ ਹੋ ਜਵੇ ਪਿੰਡ ਚ ਉਹ ਹੋ ਜੂ ਤਾਂ ਤਾਂ ਨੇ ਹੁਣ ਤੂੰ ਜਾ ਵਾਟ ਆਰ ਯੂ ਸੇਇੰਗ ਥੈਂਕ ਗੋਡ ਫॉर दैट ਨੋ ਜੋ ਨਿਹਾਲ ਕੁੜੀ ਦੇ ਕੋਲ ਨੂੰ ਹੋਏ ਨਾ ਉਦੋਂ ਕਲਿੱਕ ਕਰੀ ਵਨ ਸੈਕ ਅਜੇ ਨਾ ਕਰੀ ਠਹਿਰ ਥੋੜਾ ਜਾ ਯਾ ਲਾਈਕ ਦੈਟ ਮੈਂ ਕਹਾਂਗਾ 1 2 3 ਓ ਡੈਮ ਆਈ ਮਿਸਡ ਹਰ ਹਲੇ ਮੈਂ ਤੈਨੂੰ ਕਹੇ ਨਹੀਂ ਤੂੰ ਪਹਿਲਾਂ ਹੀ ਕੋੜਾ ਦੱਬਤਾ ਬਣ ਗਈ ਵੱਡੀ ਫੋਟੋਗ੍ਰਾਫਰ ਦੇਖ ਲੈ ਆ ਕੀ ਸੋਣੀ ਹੈ ਮੈਂ ਤਾਂ ਫੇਰ ਵੀ ਬੰਦੇ ਨਾਲ ਫੋਟੋ ਖਿੱਚੀ ਸੀਗੀ ਇਹ ਤਾਂ ਇਹਨੇ ਖਿੱਚੀ ਹੈ ਬੁੱਤ ਨਾਲ ਤੇਰੇ ਕੁਛ ਨਾ ਕੁਛ ਤਾਂ ਕਰਨਾ ਹੀ ਪੈਣਾ ਮੈਨੂੰ ਤਾਰੀ ਨੇ ਸੜੇ ਨੇ ਫੋਟੋ ਤਾਂ ਸਿਰੇ ਦੇ ਪੁਰਜੇ ਦੀ ਵਿਖਾਈ ਆ ਬੇਬੇ ਤੈਨੂੰ ਕੱਚ ਦੇ ਸਮਾਨ ਅੱਗੋਂ ਰੱਖੂਗੀ ਸਾਂਭ ਸਾਂਭ ਕੇ ਜੀ ਕਰਦਾ ਇਹਦੇ ਮੂਹਰੇ ਬੈਠ ਕੇ ਨਾ ਬਸ ਦੇਖੀ ਜਾਵਾਂ ਲੱਗਦਾ ਐ ਨਹੀਂ ਬਣਨੀ ਗੱਲ ਜਗਾੜ ਤਾਂ ਲਾਉਣਾ ਹੀ ਪੈਣਾ ਭੋਲੂ ਜੀ ਸਤਿ ਸ੍ਰੀ ਅਕਾਲ ਯਾਰ ਆ ਕੀ ਕੀਤਾ ਆਵਾਜ਼ ਵੀ ਨਹੀਂ ਆਈ ਦੱਸਦਾ
5 ਹੀ ਆ, 6ਵਾਂ ਕਿੱਥੇ? ਵਾਹਿਗੁਰੂ ਤੇਰੀ ਆਤਮਾ ਨੂੰ ਸ਼ਾਂਤੀ ਬਖਸ਼ੇ। ਹੋਰ ਇੰਨਾ ਟੱਡਾ ਚੱਲੀ ਓਏ ਮੈਡਮ, ਉਹ ਨਿਕਲ ਗਏ ਜੀ। ਉਹ ਮੈਂ ਕੋਸ਼ਿਸ਼ ਤਾਂ ਬੜੀ ਕੀਤੀ, ਫੜੇ ਨਹੀਂ ਗਏ ਜੀ। ਪਰ ਐਕਸਕਿਊਜ਼ ਮੀ, ਹੂ ਆਰ ਯੂ? ਮਾਈਂਡ ਯੂਰ ਓਨ ਬਿਜ਼ਨਸ, ਆਲਰਾਈਟ? ਟਾਕਿੰਗ ਟੂ ਹਰ ਯਾਰ। ਮੈਡਮ ਵੈਰੀ ਗੁੱਡ ਇੰਗਲਿਸ਼ ਜੀ, ਬਟ ਮਾਈਸੈਲਫ ਨਿਹਾਲ ਸਿੰਘ ਰਿਆਲ ਜੀ, ਪਾਰਟੀ ਪ੍ਰੈਜ਼ੀਡੈਂਟ ਰਪਦਮਣ ਕਾਲਜ ਨਾਭਾ। ਆਲਰਾਈਟ 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 ਆਲਰਾਈਟ, ਹੂਐਵਰ ਯੂ ਆਰ, ਤੁਸੀਂ ਜੋ ਵੀ ਹੋਗੇ ਇੱਥੇ ਸੀਨ ਨਾ ਕ੍ਰੀਏਟ ਕਰੋ ਪਲੀਜ਼। ਪਰ ਮੈਂ ਤੁਹਾਡੇ ਲਈ ਜੀ ਉਹ। ਪਰ ਮੈਡਮ ਮੇਰੀ ਗੱਲ ਤਾਂ ਸੁਣ। ਹੈਲੋ, ਤੂੰ ਆਈ ਕਦੇ ਨਾ ਪੇ ਠੋਲੇ ਮਾਰ ਮਾਰ ਪੋਪੜ ਪਹਾੜ ਨੂੰ ਸਲਦਾ। ਹੁਣ ਪੈਰ ਮਿਧ ਦੋ ਗਰੀਬ ਦਾ। ਚਾਚਾ ਜੀ ਆਪਣੇ ਆਪ ਨੂੰ ਸਮਝਦੇ ਕੀ ਆ? ਭੈਣ ਫੁਖਰੀ ਸਾਲੀ, ਕਿਵੇਂ ਕਾਟ ਕਰ ਕੁੱਤੀ ਸਾਲੀ। ਸਵਾਦ ਆ ਗਿਆ ਗੱਲ ਦਾ, ਤਾਂ ਸੱਚੀ ਸਵਾਦ ਆ ਗਿਆ। ਕਿਹੜਾ ਪੰਜਾਬ ਦਾ ਚੇਤਾ ਕਰਾ ਦਿੱਤਾ ਤੂੰ, ਇੱਕ ਵਾਰ ਫਿਰ ਗਾਲ ਕੱਢ। ਚਾਚਾ ਜੀ ਮੈਂ ਕਹੀ ਜਾਂਦਾ ਮੇਰੀ ਸਾਲੀ ਬੇਇੱਜ਼ਤੀ ਹੋ ਗਈ ਭੈਣ ਫੁਖਰੀ ਸਾਲੀ। ਫਿਰ ਗੱਲ ਦਾ ਸਵਾਦ ਹੈ, ਕੱਢ ਇੱਕ ਵਾਰੀ ਫਿਰ। ਮੈਂ ਕਹਿ ਜਾਣਾ ਮੇਰੀ ਬੇਇੱਜ਼ਤੀ ਹੋ ਗਈ ਭੈਣ, ਚਾਰ ਬੰਦੇ ਸਾਲ ਕਹਿੰਦੀ ਹੂ ਆਰ ਯੂ। ਯਾਰ ਫਿਰ ਕੀ ਹੋ ਗਿਆ ਜੇ ਕਹਿਤਾ ਹੂ ਆਰ ਯੂ? ਪਹਿਲਾਂ ਕਦੇ ਨੀ ਕਿਸੇ ਨੇ ਤੈਨੂੰ ਕਿਹਾ ਹੂ ਆਰ ਯੂ? ਮੈਨੂੰ ਰਾਮਗੜ ਵਾਲੀ ਰਿੰਪੀ ਨੇ ਕਿਹਾ ਸੀ। ਦੱਸਦਾ ਕੀ ਕਿਹਾ ਸੀ ਰਾਮਗੜ ਵਾਲੀ ਨੇ? ਚਾਚਾ ਦਾਰੂ ਪੀ ਕੇ ਮੈਂ ਠਰਕੀ ਜਿਹਾ ਹੋ ਜਾਂਦਾ। ਤੂੰ ਮੈਂ ਕੱਲਾ ਥੋੜੇ ਹੋ ਜਾਂਦਾ, ਸਾਰੀ ਦੁਨੀਆ ਦਾਰੂ ਪੀ ਕੇ ਠਰਕੀ ਹੋ ਜਾਂਦੀ ਹੈ। ਸੁਣਾ ਕੀ ਕਿਹਾ ਸੀ ਉਹਨੇ? ਬਸ ਐਵੇਂ ਚਾਚਾ, ਮੈਨੂੰ ਸਾਲੀ ਕਹਿੰਦੀ ਹੂ ਆਰ ਯੂ। ਬਸ ਜੱਟ ਨੇ ਚਲਾਇਆ ਜਾਦੂ, ਫਿਰ ਦੋ ਚਾਰ ਦਿਨਾਂ ਮਗਰੋਂ ਜੱਟ ਦੇ ਜਿੰਦ ਵਾਰਦੀ ਫਿਰਦੀ ਸੀ। ਐਵੇਂ ਪੀਤੀ ਖਾਧੀ ਜੀ ਚਾਚਾ, ਫੋਨ ਲਾ ਲਿਆ ਮੈਂ। ਉਹ ਜਿਹਾ ਨੰਬਰ ਪਤਾ ਨਹੀਂ ਸਾਲਾ 9815 5705 ਸੀ, ਪਤਾ ਨੀ ਸਾਲਾ 9534 ਸੀ। ਕੋਈ ਨੀ ਤੂੰ ਗੱਲ ਸੁਣਾ। ਕੀ ਕਹਿੰਦੇ ਚਾਚਾ? ਬੈਲ ਵੱਜਦੀ ਆ ਹਲੇ ਗੱਲ। ਅੱਛਾ, ਹੈਲੋ ਰਿੰਪੀ, ਮੈਂ ਬੋਲਦਾ। ਕੀ ਕਹਿੰਦੇ ਚਾਚਾ? ਗੱਲ ਕਰਨ ਤੋਂ ਪਹਿਲਾਂ ਕੀ ਕਹਿੰਦੀ ਦੱਸ? ਵੇ ਪਿੰਡ ਮਾਸੀ ਦੇ ਗਈ। 1 2 3 ਹੋ ਮੈਂ ਕਿਹਾ ਕਿੱਥੇ ਆ? ਵੇ ਪਿੰਡ ਮਾਸੀ ਦੇ ਗਈ ਸੀ, ਕੀ ਕਰਦੀ ਸੀ? ਕਹਿੰਦੀ ਭਾਬੀ ਨਾ ਬਈ ਸੀ। ਹੋ ਮੈਂ ਕਿਹਾ ਕਿੱਥੇ ਆ? ਕਿੱਥੇ ਤੁਰ ਕੇ ਦੱਸੇ ਨੀ?
ਸਸਰੀਕਾਲ ਬੇਬੇ। ਸਸਰੀਕਾਲ ਪੁੱਤ, ਸਸਰੀਕਾਲ। ਕਿਉਂ ਨੋ ਕੋਲੇ ਜਾ ਕੇ ਬੇਬੇ ਨੂੰ ਭੁੱਲ ਗਿਆ? ਕਿੱਦਾਂ ਦੀਆਂ ਗੱਲਾਂ ਕਰਦੀ ਆ ਬੇਬੇ? ਕਿੱਥੇ ਆ ਪੁੱਤ ਨੋ ਰਾਣੀ ਸਾਡੀ? ਮੇਰੇ ਨਾਲ, ਮਤਲਬ ਮੈਨੂੰ ਡਾਊਨ ਟਾਊਨ ਘੁਮਾਉਣ ਲਿਆਈ ਆ। ਕਿੱਥੇ? ਡਾਊਨ ਟਾਊਨ ਸ਼ਹਿਰ ਹੁੰਦਾ ਬੇਬੇ, ਸ਼ਹਿਰ। ਹਾਂ ਬੇਬੇ, ਬਸ ਮੈਨੂੰ ਤਾਂ ਸਕੂਟਰ ਵਾਂਗੂ ਭਜਾਈ ਫਿਰਦੀ ਆ, ਕਦੇ ਰਿਸ਼ਤੇਦਾਰੀਆਂ ਕਦੇ ਸਾਲੀਆਂ, ਬਸ ਗੱਲਾਂ ਹੀ ਛੱਡਦੇ, ਚਾਰੇ ਪਾਸੇ ਜੀਜਾ ਜੀ ਜੀਜਾ ਜੀ ਹੁੰਦੀ ਆ। ਅੱਜ ਤਾਂ ਸੇਵੀਆਂ ਖਵਾਈਆਂ ਮੈਨੂੰ ਆਪਦੇ ਹੱਥੀ ਬਣਾਈਆਂ ਸੀ ਤੇਰੀ ਨੂੰਹ ਨੇ। ਸੇਵੀਆਂ ਬਣਾ ਕੇ ਖਵਾਈਆਂ ਹੱਥਾਂ ਨਾਲ? ਮੇਰਾ ਹੀ ਝੂਠ, ਭਲਾ ਕੈਨੇਡਾ ਵਾਲੀ ਨੂੰ ਵੀ ਸੇਵੀਆਂ ਬਣਾਉਣੀਆਂ ਆਉਂਦੀਆਂ ਹੋਣੀਆਂ। ਕਹਿਤਾ ਉਹਨੂੰ ਗੱਲ ਕਰਾਵੇ ਮੇਰੀ ਨੂੰਹ ਰਾਣੀ ਨਾਲ। ਆ ਲੈ, ਤੇਰੀ ਤਾਈ ਗੱਲ ਕਰਨਾ ਚਾਹੁੰਦੀ ਆ ਨੂੰਹ ਰਾਣੀ ਦੇ ਨਾਲ। ਗੱਲ ਕਰਨੀ ਆ ਤਾਈ ਨੇ, ਕਦੇ ਆਪਦੀ ਨੂੰਹ ਨਾਲ ਗੱਲ ਨਹੀਂ ਕੀਤੀ ਹੈਗੀ, ਦੂਜਿਆਂ ਦੀਆਂ ਨੂੰਹਾਂ ਨਾਲ ਗੱਲਾਂ ਕਰਨੀਆਂ ਨੇ। ਫੱਫੇ ਕੁੱਟਣੀ ਤਾਈ, ਮੈਂ ਨਹੀਂ ਕਰਾਉਂਦਾ। ਬਹੁਤੀਆਂ ਗੱਲਾਂ ਨਾ ਕਰ, ਮੇਰਾ ਵੀ ਜੀ ਕਰਦਾ, ਗੱਲ ਕਰਵਾ। ਬੇਬੇ ਤੇਰੀ ਨੂੰਹ ਹੈ, ਤੂੰ ਜੀ ਸਦ ਕੇ ਗੱਲ ਕਰ। ਪਰ ਉਹ ਆਪਣੇ, ਹੈਲੋ ਬੇਬੇ, ਹੈਲੋ ਹੈਲੋ ਨਿਹਾਲ, ਹੈਲੋ। ਲੱਗਦਾ ਫੋਨ ਕੱਟਿਆ ਗਿਆ। ਕੀ ਪਤਾ ਕੱਟਿਆ ਗਿਆ ਕਿ ਕੱਟਤਾ, ਇਹ ਤਾਂ ਹੁਣ ਪਰਮਾਤਮਾ ਹੀ ਜਾਣਦਾ। ਲੈ ਆ ਗਿਆ। ਹੈਲੋ ਨਿਹਾਲ। ਹੈਲੋ, ਸਤਿ ਸ੍ਰੀ ਅਕਾਲ ਬੇਬੇ, ਜਸਨੀਤ ਬੋਲ ਰਹੀ ਹਾਂ, ਕੀ ਹਾਲ ਹੈ ਤੁਹਾਡਾ? ਸਤਿ ਸ੍ਰੀ ਅਕਾਲ ਧੀਏ, ਜਿਉਂਦੀ ਰਹਿ, ਬੁੱਢ ਸੁਹਾਗਣ ਹੋਵੇ, ਅਸੀਂ ਤਾਂ ਕਦੋਂ ਦੇ ਤੈਨੂੰ ਉਡੀਕਦੇ ਆ। ਓ ਰੀਅਲੀ ਬੇਬੇ, ਮੈਂ ਵੀ ਤੁਹਾਨੂੰ ਬਹੁਤ ਮਿਸ ਕਰਦੀ ਹਾਂ, ਪਰ ਤੁਸੀਂ ਚਿੰਤਾ ਨਾ ਕਰੋ, ਅਸੀਂ ਜਲਦੀ ਤੁਹਾਨੂੰ ਮਿਲਣ ਆ ਰਹੇ ਹਾਂ। ਆ ਬੇਟਾ, ਆਪਦੀ ਤਾਈ ਨਾਲ ਗੱਲ ਕਰ ਲੈ, ਮੈਂ ਫੋਨ ਸਪੀਕਰ ਤੇ ਲਾਉਣ ਲੱਗੀ ਹਾਂ। ਤਾਈ ਸਪੀਕਰ ਤੇ? ਹੈਲੋ ਤਾਈ। ਹਾਂ ਕੁੜੇ, ਕੀ ਹਾਲ ਹੈ ਨੂੰਹ ਰਾਣੀਏ? ਹਾਂ ਫੋਨ ਸਪੀਕਰ ਤੇ ਕਿਉਂ ਲਵਾਇਆ? ਗੁਰਦੁਆਰੇ ਵਾਲੇ ਸਪੀਕਰ ਤੇ ਲਵਾਉਣਾ ਸੀ। ਸਾਰੇ ਪਿੰਡ ਨੂੰ ਸੁਣਾ ਦੇ ਤਾਈ, ਸੂਹਾ ਲੈਂਦੀ ਫਿਰਦੀਆਂ ਤੂੰ ਲੋਕਾਂ ਦੇ ਘਰਾਂ ਦੀਆਂ। ਸਭ ਪਤਾ ਮੈਨੂੰ, ਤਾਈ ਨੂੰ ਕਰਕੇ ਫੋਤਰਾ ਸਪੀਕਰ ਬੰਦ ਕਰਾਉਣਾ ਹੀ ਪੈਣਾ ਮੈਨੂੰ। ਹਾਂ ਕੁੜੇ, ਬੰਦ ਕਰ ਇਹਨੂੰ ਫੂਕਣਾ ਨੂੰ, ਇਹ ਤਾਂ ਭੌਂਕਣ ਲੱਗਿਆ ਵਾਲਾ ਦਾਲਾ ਨਹੀਂ ਵੇਖਦਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਹੈਲੋ ਨਿਹਾਲ। ਹਾਂ ਤੂੰ ਤਾਈ ਨੂੰ ਇਹਨਾਂ ਉੱਖ ਕੇ ਬੋਲਿਆ? ਉਹ ਇਹਨਾਂ ਕਰਕੇ ਤਾਂ ਸਾਰੇ ਪੰਗੇ ਪਏ ਨੇ। ਮੈਨੂੰ ਕਹਿੰਦੇ ਫੋਟੋ ਨੀ ਕੁੜੀ ਲੈ ਕੇ ਆ, ਕੁੜੀ ਗਾਂਸ ਵਾਲੀ ਸਮਾਨ ਪੈਕ ਕਰੀ ਬੈਠੀ ਆ ਵੀ ਜਿਹੜੀ ਮੈਂ ਕਹੂੰਗਾ ਚੱਲ ਤੇ ਚੱਲ ਪੂਗੀ। ਫੋਟੋ ਨੇ ਪੰਗੇ ਪਾ ਕੇ ਰੱਖਤੇ। ਚੰਗਾ ਹੁੰਦਾ ਨਾ ਜੇ ਬੇਬੇ ਨੂੰ ਮੇਰੀ ਫੋਟੋ ਦਿਖਾਈ ਹੁੰਦੀ। ਅੱਛਾ, ਫਿਰ ਤਾਂ ਬੇਬੇ ਨੇ ਮੈਨੂੰ ਆਉਣ ਹੀ ਨਹੀਂ ਸੀ ਦੇਣਾ। ਨਿਹਾਲ
चो आशकी कर दिए तो फट बाकी, बंदे चो डर कर दिए तो चट बाकी। ਕੀ ਨਾਂ ਦੱਸਿਆ ਆਪਣਾ? ਨਿਹਾਲ। ਵੈਰੀ ਗੁੱਡ। ਨਾ ਸਾਡੀ ਕਿਸੇ ਨਾਲ ਕੋਈ ਲਾਗ ਡਾਟਾ ਹੈ, ਨਾ ਕਿਸੇ ਨਾਲ ਕੋਈ ਦੁਸ਼ਮਣੀ ਹੈ। ਫਿਰ ਪਤਾ ਨਹੀਂ ਮੇਰੀ ਭਤੀਜੀ ਤੇ ਅਟੈਕ ਕੌਣ ਕਰਵਾ ਰਿਹਾ, ਕੌਣ ਬਣਿਆ ਮੇਰੀ ਬੱਚੀ ਦੀ ਜਾਨ ਦਾ ਦੁਸ਼ਮਣ। ਸਿੱਧੂ ਸਾਹਿਬ, ਮੈਂ ਪੱਕਾ ਤਾਂ ਨਹੀਂ ਕਹਿ ਸਕਦਾ, ਪਰ ਪਿਛਲੇ ਮਹੀਨੇ ਦੀ 20 ਤਰੀਕ ਨੂੰ ਕਿਸੇ ਨੇ ਜਸਨੀਤ ਦੇ ਫਾਦਰ ਦੀ ਵਸੀਅਤ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਦੇ ਅਨੁਸਾਰ ਜੇ 21 ਸਾਲ ਦੀ ਹੋਣ ਤੋਂ ਪਹਿਲਾਂ ਜਸਨੀਤ ਨੂੰ ਕੁਝ ਹੋ ਜਾਏ ਤਾਂ ਸਾਰੀ ਦੀ ਸਾਰੀ ਪ੍ਰੋਪਰਟੀ ਰਿਸ਼ਤੇਦਾਰਾਂ ਦੇ ਬਰਾਬਰ ਵੰਡੀ ਜਾਏਗੀ। ਤੁਸੀਂ ਕਹਿਣਾ ਕੀ ਚਾਹੁੰਦੇ ਹੋ? ਦੇਖੋ, ਮੈਨੂੰ ਗਲਤ ਨਾ ਸਮਝੋ, 1 ਮਹੀਨਾ ਪਹਿਲਾਂ ਹੀ ਡਾਕੂਮੈਂਟ ਲੀਕ ਆਊਟ ਹੋਏ ਨੇ ਤੇ ਉਦੋਂ ਤੋਂ ਹੀ ਜਸਨੀਤ ਤੇ ਅਟੈਕ ਹੋ ਰਹੇ ਨੇ। ਮੈਨੂੰ ਲੱਗਦਾ ਇਹਨਾਂ ਦੋਨਾਂ ਗੱਲਾਂ ਦਾ ਆਪਸ ਵਿੱਚ ਕੋਈ ਨਾ ਕੋਈ ਕਨੈਕਸ਼ਨ ਜ਼ਰੂਰ ਹੈ। ਹੋ ਸਕਦਾ ਹੈ। ਤੂੰ ਇੱਕ ਕੰਮ ਕਰ ਬੇਟੀ, ਮੈਂ ਤਾਂ ਕਹਿੰਦਾ 2 ਮਹੀਨੇ ਘਰੋਂ ਬਾਹਰ ਹੀ ਨਾ ਨਿਕਲ। ਤੇ ਜੇ ਦੁਸ਼ਮਣ ਘਰ 'ਚ ਹੀ ਬੈਠਾ ਹੋਵੇ ਫਿਰ? ਤੇਰਾ ਕੀ ਮਤਲਬ ਹੈ? ਮੈਂ ਆਪਣੀ ਭਤੀਜੀ ਤੇ ਅਟੈਕ ਕਰਵਾ ਰਿਹਾ? ਤੁਹਾਨੂੰ ਤੇ ਆਪਣਾ ਹੀ ਪਾਲਾ ਖਾ ਰਿਹਾ, ਮੈਂ ਕਿਸੇ ਤੇ ਉਂਗਲ ਨਹੀਂ ਚੁੱਕੀ। ਮੇਰੀ ਭਤੀਜੀ ਹੈ ਉਹ, ਮੇਰਾ ਆਪਣਾ ਖੂਨ, ਤੇਰੇ ਵਾਂਗੂ ਮਤਲਬ ਹੀ ਨਹੀਂ ਜੋ ਆਉਂਦੇ ਹੀ ਮੇਰੇ ਭਰਾ ਨੂੰ ਖਾ ਲਏ। 1 ਮਹੀਨਾ ਹੋਇਆ ਸੀ ਵਿਆਹ ਹੋਇਆ, ਮੇਰਾ ਭਰਾ ਐਕਸੀਡੈਂਟ 'ਚ ਮਾਰਿਆ ਗਿਆ। ਮੈਨੂੰ ਤਾਂ ਉਹ ਵੀ ਤੇਰੇ 'ਤੇ ਸ਼ੱਕ ਹੈ, ਤੂੰ ਹੀ ਕੀਤਾ ਸ਼ਿਕਾਰਾ, ਹੁਣ ਚਲਿੱਤਰ ਕਰਦੀ ਹੈ ਸਾਡੇ ਸਾਹਮਣੇ। ਬੇਟਾ ਤੂੰ ਮੇਰੇ ਕੋਲ ਰਹਿ, ਮੈਂ ਦੇਖਦਾ ਤੇਰੇ 'ਤੇ ਕੌਣ ਕਰਦਾ ਅਟੈਕ। ਹਾਂ ਹਾਂ, ਲੈ ਜਾ ਮੇਰੀ ਬੇਟੀ ਨੂੰ ਆਪਣੇ ਨਾਲ ਤਾਂ ਕਿ ਉਹਦੀ ਕੋਈ ਹੁੱਕ ਸੁੱਕੀ ਨਾ ਲੱਗੇ। ਇੱਕ ਮਿੰਟ ਮੋਮ, ਕੈਨ ਯੂ ਗਾਇਸ ਪਲੀਜ਼ ਸਟਾਪ ਫਾਈਟਿੰਗ? ਅੰਕਲ, ਇਫ ਯੂ ਰੀਅਲੀ ਕੇਅਰ ਫਾਰ ਮੀ, ਨਿਹਾਲ ਨੂੰ ਮੇਰੇ ਬੋਡੀਗਾਰਡ ਲਈ ਹਾਇਰ ਕਰ ਲਿਆ। ਐਜ਼ ਯੂ ਵਿਸ਼ ਬੇਟਾ। ਬੇਟਾ, ਕੀ ਤੁਸੀਂ ਜਸਨੀਤ ਦੇ ਬੋਡੀਗਾਰਡ ਦੀ ਜੌਬ ਲੈਣ ਲਈ ਤਿਆਰ ਹੋ? ਫੁੱਲ ਤਿਆਰ ਹੈ ਜੀ। ਸੋਚ ਲਓ ਬੇਟਾ, ਤੁਹਾਨੂੰ ਹਰ ਟਾਈਮ ਜਸਨੀਤ ਦੇ ਨਾਲ ਰਹਿਣਾ ਪੈਣਾ। ਸੋਚਣ ਵਾਲੀ ਕੀ ਗੱਲ ਹੈ ਜੀ, 24 hour ਸਰਵਿਸ ਹੈ ਜੀ, ਡੈਡੀਕੇਸ਼ਨ ਨਾਲ ਜੌਬ ਕਰੀ ਦੀ ਹੈ ਜੀ। ਗੁੱਡ, ਬਸ ਫਿਰ ਠੀਕ ਹੈ। ਜਦੋਂ ਤੱਕ ਜਸਨੀਤ ਪੂਰੇ 21 ਸਾਲਾਂ ਦੀ ਨਹੀਂ ਹੋ ਜਾਂਦੀ ਉਦੋਂ ਤੱਕ ਉਹਦੀ ਜਾਨ ਦੀ ਰਖਵਾਲੀ ਕਰਨ ਦੀ ਜ਼ਿੰਮੇਵਾਰੀ ਤੁਹਾਡੀ। ਤੁਸੀਂ ਚਿੰਤਾ ਹੀ ਨਾ ਕਰੋ ਜੀ, ਡੋਂਟ ਟੇਕ ਚਿੰਤਾ। ਮੈਂ ਕਿਹਾ ਜੀ, 21 ਸਾਲ ਛੱਡੋ, 99 ਸਾਲਾਂ ਤੱਕ ਜ਼ਿੰਮੇਵਾਰੀ ਮੇਰੀ ਜੀ। ਦੈਟਸ ਗੁੱਡ ਬੇਟਾ, ਥੈਂਕ ਯੂ, ਥੈਂਕ ਯੂ। ਕਮਾਲ ਹੈ, ਪਿੰਡ ਲੋਕ ਨਿਹਾਲ ਸਿੰਘ ਤੋਂ ਆਪਣੀਆਂ ਕੁੜੀਆਂ ਬਚਾਉਂਦੇ ਸੀ, ਇੱਥੇ ਕੁੜੀ ਬਚਾਉਣ ਲਈ ਨਿਹਾਲ ਸਿੰਘ ਨੂੰ ਰੱਖਿਆ ਜਾ ਰਿਹਾ। ਸਮਾਰਟ ਲੋਕ ਨੇ ਕੈਨੇਡੇ ਦੇ ਨਿਹਾਲ ਸਿੰਘ ਦਾ ਟੈਲੈਂਟ ਸਮਝ ਕੇ।
Nihal, what do you want to have? Nah, ji, bas ye kuch nahi peena pona ji. Matlab, kuch ta le le. Coffee, cold drink, something. Aas time ji coffee, cold drink. Kyun? Aas time matlab? Aas time nu ta jadd dost ne peg la ke satte pe hunde ji. Ta fir la le. Peg la la. Ha, have one. Acha ji. Par dekho ji, main duty de time ch dar peene de haq ch hai nahi. Baadi gada ni, main kada police wala vi jada tonaya farunga. Par tusi kehne ho ta ਇੱਕ ਲਾਲ ਨਾ ਜੀ ਬਟ ਮੈਨੂੰ ਰੋਕ ਦਿਓ ਜੀ ਦੇਖੋ ਮੈਂ ਨਾ ਇੱਕ ਪੈਗ ਤੋਂ ਬਾਅਦ ਫਿਰ ਮੈਂ ਥੋੜਾ ਜਿਹਾ ਤਾਂ ਵੀ ਡੱਫ ਜਾਣਾ ਕਈ ਵਾਰੀ ਹਾਂਜੀ ਚੱਲ ਲਾਲ ਜੀ ਰੋਕ ਲੈਂਗੇ ਮੈਡਮ ਜੀ ਉਦਾਂ ਤਾਂ ਗੱਲ ਕੋਈ ਨੀ ਆ ਸਲੀ ਨਾ ਦਾਰੂ ਪੀ ਕੇ ਨਾ ਜੀ ਸਾਡੇ ਸਾਡਾ ਪਿਆਰ ਜਾਗ ਜਾਂਦਾ ਦਿਲ ਦੀ ਗੱਲ ਕਹਿਣ ਨੂੰ ਜੀ ਕਰੇ ਆਉਂਦਾ ਵੀ ਜਿਵੇਂ ਹੁਣ ਤੁਸੀਂ ਮੇਰੇ ਸਾਹਮਣੇ ਬੈਠੇ ਹੋ ਮਤਲਬ ਕਹਿ ਦੇ ਵੀ ਜਿਵੇਂ ਆਈ ਲਵ ਯੂ ਮੈਡਮ ਜੀ ਨਹੀਂ ਨਹੀਂ ਮਤਲਬ ਐ ਨਹੀਂ ਵੀ ਜੇ ਬੰਦਾ ਪਿਆਰ ਕਰਦਾ ਹੋਵੇ ਤੇ ਉਹਦੀ ਗਰਲਫ੍ਰੈਂਡ ਸਾਹਮਣੇ ਬੈਠੀ ਹੋਵੇ ਉਹਦੇ ਕਹਿਣ ਨੂੰ ਮਤਲਬ ਜੀ ਕਰੇ ਆਉਂਦਾ ਸਾਲੀ ਦਲੇਰੀ ਰਹਿ ਜਾਂਦੀ ਹੈ ਨਾ ਉਦਾਂ ਮੈਡਮ ਅੱਜ ਹੁਣ ਜਦੋਂ ਸਾਲੀ ਪੀ ਲਈ ਆ ਮੈਂ ਤੁਹਾਨੂੰ ਦੱਸ ਦਿੰਦਾ ਬਈ ਤੁਸੀਂ ਸੋਹਣੇ ਬਹੁਤ ਮੈਡਮ ਕੰਮ ਸਾਲਾ ਤੇਰਾ ਹੀ ਆ ਮੈਂ ਜਦੋਂ ਪਹਿਲੀ ਵਾਰੀ ਦੇਖਿਆ ਨਾ ਤੁਹਾਨੂੰ ਮਤਲਬ ਦਿਲੋਂ ਆਵਾਜ਼ ਨਿਕਲੀ ਦਿਲੋਂ ਅੰਦਰ ਤੇ ਬੇਸਾਲੀ ਚੋਬਰ ਪਈ ਆ ਜਮਾਈ ਚੋਬਰ 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 ਮਤਲਬ ਜੀ ਜਿਵੇਂ ਗੁੰਦਮਾ ਜਿਹਾ ਮਾਲ ਮੈਡਮ ਜੀ ਤੁਸੀਂ ਮੈਨੂੰ ਲੱਗਦਾ ਗੱਲ ਸਮਝ ਗਏ ਬਈ ਯੂ ਆਰ ਵੈਰੀ ਬਿਊਟੀਫੁਲ ਥੈਂਕ ਯੂ ਨਿਹਾਲ ਅੰਗਰੇਜ਼ੀ ਫਿਲਮ ਦੀ ਹੀਰੋਇਨ ਹੁੰਦੀ ਨਾ ਸੇਮ ਟੂ ਸੇਮ ਡਿੱਟੋ ਹੀ ਬਸ ਤੂੰ ਅੰਗਰੇਜ਼ੀ ਫਿਲਮਾਂ ਵੇਖਦਾ ਹਾਂ ਜੀ ਆ ਸਾਲੇ ਤਾਰੀ ਦੀ ਮੋਟਰ ਤੇ ਹੋਰ ਕੀ ਕਰੀਦੇ ਜੀ ਆਹੀ ਗੱਲ ਦੱਸਵਾ ਕੇ ਦੇ ਤਾਰੀ ਦੀ ਮੋਟਰ ਤੇ ਕੀ ਕਿਹੜੀ ਫਿਲਮ ਵੇਖੀ ਤੂੰ ਤਾਰੀ ਦੀ ਮੋਟਰ ਤੇ ਤੁਸੀਂ ਛੱਡੋ ਜੀ ਉਹ ਤਾਂ ਬਸ ਪਰ ਉਹਦਾ ਮੈਂ ਟਿਟੈਨਿਕ ਵੀ ਦੇਖੀ ਜੀ ਮੋਬਾਈਲ ਚ ਮੋਬਾਈਲ ਤੇ ਕਿਉਂ ਵੇਖੀ ਕਾਰ ਟੀਵੀ ਤੇ ਕਿਉਂ ਨਹੀਂ ਵੇਖੀ ਮੈਡਮ ਇਹ ਜੀ ਫਿਲਮ ਘਰੇ ਤੋਂ ਨਾ ਦੇਖੀਆਂ ਨੇ ਜੀ ਅਰੇ ਸਾਫ ਸੁਥਰੀ ਤਾਂ ਫਿਲਮ ਹੈ ਟਿਟੈਨਿਕ ਕਿਰਦਾ ਦੀ ਗੱਲ ਕਰਦੇ ਜੀ ਉਹ ਤਾਂ ਸਾਲਾ ਜਹਾਜ਼ ਟਾਈਮ ਸਿਰ ਡੁੱਬ ਗਿਆ ਉਹਨਾਂ ਨੇ ਤਾਂ ਗੰਦ ਪਾਉਣ ਦੀ ਪੂਰੀ ਤਿਆਰੀ ਕਰ ਲਈ ਸੀ ਹਾਂਜੀ ਸਾਰੇ ਪਿੰਡਕਾਂ ਪੁੰਡਕਾਂ ਬਣਾਈ ਗਏ ਜੀ ਸਾਰੇ ਪਿੰਡ ਦੇ ਮੋਬਾਈਲ ਵਾਲੇ ਮੁੰਡਿਆਂ ਕੋਲੇ ਮੋਬਾਈਲ ਦੇ ਵਿੱਚ ਆਓ ਫਿਲਮ ਕਈਆਂ ਨੇ ਤਾਂ ਸਾਲਿਆਂ ਨੇ ਸੀਲ ਹੀ ਕੱਟ ਕੱਟ ਉਹ ਪਾਇਆ ਹੋਇਆ ਤੁਸੀਂ ਵੀ ਕਹਿੰਦੇ ਹੋਵੋਗੇ ਮੈਡਮ ਕਿਹੜੇ ਸਾਲੇ ਮਹਾਤੜ ਨਾਲ ਪੰਗਾ ਪੈ ਗਿਆ ਮੈਡਮ ਕਹਿਣ ਦਾ ਮਤਲਬ ਇਹ ਵੀ ਇਹ ਸਾਲੀ ਅਮੀਰੀ ਗਰੀਬੀ ਹੈ ਨਾ ਮੈਡਮ ਇਹ ਕੁਛ ਨੀ ਇਹ ਸਮਾਂ ਹੈ ਬੰਦੇ ਦੇ ਦਿਲ ਮਾ ਪਿਆਰ ਹੋਣਾ ਚਾਹੀਦਾ ਇੱਕ ਅਮੀਰ ਗਰੀਬ ਨੂੰ ਪਿਆਰ ਕਰ ਸਕਦਾ ਹੈ ਗਰੀਬ ਅਮੀਰ ਨੂੰ ਪਿਆਰ ਕਰ ਸਕਦਾ ਸਹੀ ਗੱਲ ਹੈ ਨਿਹਾਲ ਪਿਆਰ ਚ ਕਦੇ ਕੋਈ ਅਮੀਰੀ ਗਰੀਬੀ ਨਹੀਂ ਹੁੰਦੀ ਸਹੀ ਗੱਲ ਪਿਆਰ ਬਸ ਪਿਆਰ ਹੀ ਹੁੰਦਾ ਹੈ ਜੇ ਅਮੀਰੀ ਗਰੀਬੀ ਦਾ ਕੋਈ ਫਰਕ ਹੁੰਦਾ ਸ਼ਾਇਦ ਮੇਰੀ ਜ਼ਿੰਦਗੀ ਚ ਰੂਪ ਨਹੀਂ ਹੁੰਦਾ ਰੂਪ ਅਮਰੀਕਾ ਬੈਠਾ ਰੂਪ ਨੂੰ ਪਤਾ ਹੀ ਨਹੀਂ ਹੈ ਨਿਹਾਲ ਕਿਉਂਕਿ ਮੈਂ ਉਹਨੂੰ ਦੱਸਿਆ ਹੀ ਨਹੀਂ ਇਹੀ ਸੱਚਾ ਪਿਆਰ ਹੈ ਜੇ ਮੈਂ ਉਹਨੂੰ ਇੱਕ ਵਾਰੀ ਦੱਸ ਦਿੰਦੀ ਉਹ ਭਜਿਆ ਇੱਥੇ ਆਉਂਦਾ ਤੇ ਮੈਂ ਨਹੀਂ ਚਾਹੁੰਦੀ ਸੀ ਕਿ ਮੈਂ ਆਪ ਰੂਪ ਨੂੰ ਡੇਂਜਰ ਚ ਪਾਵਾਂ ਉਹਦੀ ਜਾਨ ਨੂੰ ਵੀ ਤਾਂ ਖਤਰਾ ਹੋ ਸਕਦਾ ਸੱਚਾ ਪਿਆਰ ਇਹਨੂੰ ਕਹਿੰਦਾ ਮੈਂ ਫੋਨ ਕਰਕੇ ਆਇਆ ਸ਼ੋ
ਹੈਲੋ ਓ ਤਾਰੀ ਤੈਨੂੰ ਸਲਾਹ ਇਹੀ ਕੁੜੀ ਲੱਭੀ ਸੀ ਇੱਕ ਤਾਂ ਪੰਜਾਬੀ ਨਹੀਂ ਬੋਲਦੀ ਉੱਤੋਂ ਸਲਾਹ ਇਹਨੇ ਅਮੀਰ ਖਾਨਦਾਨ ਦੀ ਕੁੜੀ ਆ ਉੱਤੋਂ ਪੰਜ ਪੰਜ ਬਾਡੀਗਾਰਡ ਉੱਤੋਂ ਸਾਲੀ ਨੇ ਬੁਆਏਫ੍ਰੈਂਡ ਵੀ ਰੱਖਿਆ ਹੋਇਆ ਉੱਤੋਂ ਬੇਬੇ ਨੇ ਖੁਸ਼ੀ ਚ ਖੰਡ ਪਾਠ ਰਖਾ ਲਿਆ ਗੁਰਦੁਆਰੇ ਉੱਤੋਂ ਬੇਬੇ ਨੇ ਸਾਰੇ ਪਿੰਡ ਨੂੰ ਫੋਟੋ ਦਿਖਾਤੀ ਉੱਤੋਂ ਖੁਸਰੇ ਤੁਹਾਡੇ ਘਰੇ ਨੱਚ ਕੇ 21,000 ਰੁਪਇਆ ਲੈ ਗਏ ਨਾਲੇ ਗੱਲ ਸੁਣ ਸ਼ੇਰਾ ਹੁਣ ਤਾਂ ਜਿਹੜਾ ਗੱਲ ਚ ਢੋਲ ਪਿਆ ਨਾ ਬਸ ਇਹਨੂੰ ਚੁੱਪ ਕਰਕੇ ਬਜਾਈ ਚੱਲ ਹਾਂ ਉਹ ਨਹੀਂ ਹੁਣ ਕੁਛ ਨਹੀਂ ਹੋ ਸਕਦਾ ਕੁਛ ਨਹੀਂ ਹੋ ਸਕਦਾ ਹਾਂ ਸੱਚ ਇੱਕ ਆਈਡੀਆ ਆਇਆ ਤੂੰ ਐ ਕਰ ਨਾਭੇ ਵਾਪਸ ਚਲਾ ਜਾ ਤੇ ਜਾਂਦੇ ਸਾਰੀ ਪਿੰਡ ਵਾਲਿਆਂ ਦੇ ਨਾ ਪੈਰੀ ਪੈ ਜਾ ਕਹਿੰਦੀ ਮੈਥੋਂ ਗਲਤੀ ਹੋ ਗਈ ਭਤੀਜ ਜਵਾਨੀ ਚ ਗਲਤੀ ਹੋ ਜਾਂਦੀ ਨਿਹਾਲ ਤੂੰ ਇੰਨਾ ਸੈਡ ਕੇ ਬੈਠਾ ਹੈ ਫਿਰ ਕੀ ਹੋਇਆ ਜੇ ਉਹਦਾ ਬੁਆਏਫ੍ਰੈਂਡ ਹੈਗਾ ਤੂੰ ਉਹਨੂੰ ਇੱਥੇ ਆਪਣੀ ਗਰਲਫ੍ਰੈਂਡ ਤਾਂ ਬਣਾਉਣ ਆਇਆ ਨਹੀਂ ਸੀ ਹੈ ਨਾ ਦੇਖ ਤੂੰ ਉਹਦੇ ਡਰ ਨੂੰ ਆਪਣੀ ਤਾਕਤ ਬਣਾ ਵੈਸੇ ਵੀ ਉਹ ਤੇਰੇ ਤੇ ਵਿਸ਼ਵਾਸ ਤਾਂ ਕਰਦੀ ਹੈ ਨਹੀਂ ਤੇ ਤੈਨੂੰ ਰੂਪ ਬਾਰੇ ਕਿਉਂ ਦੱਸਦੀ ਸ਼ੀ ਫੀਲ ਸੇਫ ਵਿਦ ਯੂ ਨਿਹਾਲ ਮੈਨੂੰ ਇੱਕ ਆਈਡੀਆ ਆਇਆ ਯਾਰ ਕਿਉਂ ਨਾ ਆਪਾਂ ਮਿਲ ਕੇ ਉਹਨੂੰ ਇੰਨਾ ਡਰਾਈਏ ਕਿ ਉਹਨੂੰ ਲੱਗੇ ਕਿ ਉਹ ਸਿਰਫ ਨਿਹਾਲ ਦੇ ਨਾਲ ਸੇਫ ਫੀਲ ਕਰਦੀ ਹੈ ਚਾਹੇ ਉਹ ਇੰਡੀਆ ਹੋਵੇ ਚਾਹੇ ਕੈਨੇਡਾ ਬਾਈ ਦ ਵੇ ਕੱਲ ਦਾ ਉਹਦਾ ਕੀ ਪਲਾਨ ਹੈ ਸਕ੍ਰੈਪਯਾਰਡ ਕਿੱਥੇ ਮਰ ਗਿਆ ਬਈ ਕੁੜੀ ਨੂੰ ਡਰਾਉਣ ਦੇ ਚੱਕਰ 'ਚ ਕਿਤੇ ਆਪ ਇੰਨਾ ਡਰ ਗਿਆ ਹੋਵੇ ਪਤੰਦਰ ਸੜਕਾਰਾਂ ਦੇ ਕਬਰਸਤਾਨ 'ਚ ਛੱਡ ਗਿਆ ਟਾਈਮ ਵੀ ਬਹੁਤ ਹੋ ਗਿਆ ਯਾਰ ਇਟਸ ਸੌਰਟਡ ਥੈਂਕ ਯੂ ਥੈਂਕ ਯੂ ਪਸਤਾਲ ਦਿਖਾਉਂਦਾ ਗੋਲੀ ਮਾਰੇ ਕਹਿੰਦੇ ਡਰੋ ਨਾ ਜੀ ਗੱਲੇ ਕੋਈ ਨੀ ਇੱਥੇ ਮਾਰ ਜੱਟ ਦੇ ਟਕਾ ਕੇ ਮੱਥੇ ਚ ਜੇ ਤੇਰੀ ਗੋਲੀ ਚ ਦਾਮਾ ਇੱਥੇ ਪ੍ਰੋਪਰ ਮਾਰ ਦੇਖਦਾ ਗਿਆ ਜੱਟ ਖੜਾ ਗੋਲੀ ਖਾ ਕੇ ਲੰਘੀ ਜੇ ਬੇਬੇ ਕੋਲੇ ਜਿਉਂਦੀ ਲਿਜਾਣੀ ਆ ਨਾ ਕੁੜੀ ਤਾਂ ਕਨੇਡਾ ਛੱਡਣਾ ਹੀ ਪੈਣਾ ਸਾਲੇ ਚੱਲ ਚੱਲ ਬੈਠ ਫਿਰ ਸੋਕੇ 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 ਗੱਡੀ ਚ ਬੈਠ ਨਿਹਾਲੇ ਹੋ ਕੀ ਰਿਹਾ ਮੇਰੀ ਤਾਂ ਕੁਛ ਸਮਝ ਨਹੀਂ ਆ ਰਿਹਾ
ਕੌਣ ਹੈ ਜੋ ਸਭ ਕੁਝ ਛੱਡ ਕੇ ਮੇਰੀ ਜਾਨ ਦੇ ਪਿੱਛੇ ਪਿਆ ਹੋਇਆ? ਮੈਂ ਕਿਸੇ ਦਾ ਕੀ ਵਿਗਾੜਿਆ? ਸਿੱਧੀ ਜੀ ਗੱਲ ਹੈ ਮੈਡਮ, ਦੋ ਹਫ਼ਤਿਆਂ ਤੱਕ ਤੁਸੀਂ 21 ਸਾਲਾਂ ਦੇ ਹੋ ਜਾਣਾ ਤੇ ਤੁਹਾਡੀ ਸਾਰੀ ਪ੍ਰੋਪਰਟੀ ਤੁਹਾਡੇ ਕੋਲ ਆ ਜਾਣੀ ਆ। ਪਰ ਮੈਨੂੰ ਲੱਗਦਾ ਕਿ ਤੁਹਾਡਾ ਆਪਣਾ ਹੀ ਕੋਈ ਇਹ ਗੱਲ ਚਾਹੁੰਦਾ ਨੀਗਾ ਕਿ ਤੁਸੀਂ ਆਪਣੀ ਪ੍ਰੋਪਰਟੀ ਦੇ ਮਾਲਕ ਬਣੋ। ਆਪਣੇ? What do you mean? ਮੰਮੀ, ਚਾਚਾ ਜੀ? No, this is hard to believe. ਪਰ ਜੋ ਕੋਈ ਵੀ ਹੈ, ਪਤਾ ਤਾਂ ਮੈਂ ਕਰਕੇ ਹੀ ਛੱਡੂੰਗੀ। ਪਤਾ ਕਰਾਉਣ ਦੇ ਲਈ ਮੈਡਮ ਪਹਿਲਾਂ ਬੰਦੇ ਨੂੰ ਜਿਉਂਦਾ ਰਹਿਣਾ ਪੈਣਾ, ਤੇ ਜਿਹੜੇ ਹਾਲਾਤ ਚੱਲ ਰਹੇ ਨੇ ਨਾ, ਨਾ ਬਹੁਤਾ ਚਿਰ ਤੁਸੀਂ ਜਿਉਂਦੇ ਰਹਿਣਾ ਤੇ ਨਾ ਮੈਂ। ਨਾਲੇ ਇਸ ਬਗਾਨੇ ਮੁਲਕ ਦੇ ਵਿੱਚ ਮੈਂ ਕਿੰਨਾ ਕੁ ਚਿਰ ਤੁਹਾਡਾ ਬਚਾਅ ਕਰ ਸਕਦਾ ਹੈ? ਮੇਰੀ ਮੰਨੋ, ਆਹ ਦੋ ਹਫ਼ਤੇ ਜਦ ਤੱਕ ਤੁਸੀਂ 21 ਸਾਲਾਂ ਦੇ ਨਹੀਂ ਹੋ ਜਾਂਦੇ, ਬਿਨਾਂ ਕਿਸੇ ਨੂੰ ਦੱਸੇ ਤੋਂ ਮੇਰੇ ਨਾਲ ਪੰਜਾਬ ਚੱਲੋ। ਪੰਜਾਬ? ਪੰਜਾਬ? ਪਰ ਮੇਰਾ ਕੌਣ ਹੈ ਪੰਜਾਬ 'ਚ? ਹਲੇ ਵੀ ਪੁੱਛਦੇ ਹੋ ਕਿ ਤੁਹਾਡਾ ਕੌਣ ਹੈ ਪੰਜਾਬ 'ਚ? ਨਿਹਾਲ ਸਿੰਘ ਮਰਦਾ ਮਰ ਜੂਗਾ, ਪਰ ਜਸਨੀਤ ਕੌਰ ਨੂੰ ਤਾਂ ਤੀਵਾਂ ਨਹੀਂ ਲੱਗਣ ਦਿੰਦਾ। ਪਰ ਰੂਪ ਨੂੰ ਬਿਨਾਂ ਦੱਸੇ ਮੈਂ ਨਹੀਂ ਜਾ ਸਕਦੀ, ਉਹਨੂੰ ਤਾਂ ਮੈਨੂੰ ਦੱਸਣਾ ਹੀ ਪੈਣਾ। ਉਹ ਵਿਚਾਰਾ ਖਾਮਖਾ। ਆਪਾਂ ਛਪਾਰ ਦੇ ਮੇਲੇ ਨਹੀਂ ਚੱਲੇ ਮੈਡਮ, ਇਹ ਮੌਤ ਦਾ ਖੇਡ ਹੈ। ਤੁਹਾਨੂੰ ਤਾਂ ਮੈਂ ਬਚਾ ਲੂੰਗਾ, ਪਰ ਤੁਹਾਡੇ ਰੂਪ ਨੂੰ ਕੌਣ ਬਚਾਊਗਾ? ਬਥੇਰੇ ਲੋਕਾਂ 'ਤੇ ਭਰੋਸਾ ਕਰਕੇ ਦੇਖ ਲਿਆ ਤੁਸੀਂ, ਇੱਕ ਵਾਰੀ ਨਿਹਾਲ ਸਿੰਘ 'ਤੇ ਵੀ ਭਰੋਸਾ ਕਰਕੇ ਦੇਖ ਲਓ। ਵੇਖੀ, ਮੇਰਾ ਭਰੋਸਾ ਤੋੜੀ ਨਹੀਂ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੂਹ ਪਿੰਡ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫੀਟ ਵਾਲਾ ਨਿਹਾਲ ਆਪਣੀ ਹੋਣ ਵਾਲੀ ਵਹੁਟੀ ਜਸਨੀਤ ਨੂੰ ਕੈਨੇਡਾ ਤੋਂ ਲੈ ਕੇ ਆ ਰਿਹਾ ਹੈ। ਉਹ ਕੀ ਹੋ ਗਿਆ ਤੈਨੂੰ? ਓਏ ਕਿਉਂ ਰੋਈ ਜਾਨੀ, ਦੱਸ ਤਾਂ ਸਹੀ। ਮਾਮਾ ਜੀ, ਮੈਂ ਬਰਬਾਦ ਹੋ ਗਈ, ਮੇਰੇ ਦਿਲ ਦੇ ਬਾਗ ਹੀ ਉਜੜ ਗਏ। ਮੈਂ ਤਾਂ ਆਪ ਹੈਰਾਨ ਹਾਂ, ਇਸ ਮਲੰਗ ਨੂੰ ਕੁੜੀ ਦੇ ਕੀ ਨਾ ਦਿੱਤੀ। ਤੁਸੀਂ ਤਾਂ ਕਹਿੰਦੇ ਸੀ ਉਹਦੇ ਕਰਮਾਂ 'ਚ ਕੋਈ ਮਾਤਾ ਪੰਛੀ ਵੀ ਨਹੀਂ ਹੈ। ਮਹਾਰਾਜ ਤਾਂ ਪੂਰੀ ਦੀ ਪੂਰੀ ਤੀਵੀਂ ਲੈ ਕੇ ਆ ਗਿਆ। ਉਹ ਪਤਾ ਨਹੀਂ ਨਿਹਾਲ ਕਿਸ ਮਿੱਤੀ ਦਾ ਬਣਿਆ ਹੋਇਆ, ਉਹ ਤਾਂ ਮੇਰੇ ਨਾਲ ਦਾ ਗ੍ਰਹਿ ਵੀ ਚੱਕ। ਮੈਂ ਹੈਰਾਨ ਹੈ, ਉਹ ਸਾਲਾ 9ਵੀਂ ਫੇਲ ਤੇ ਮੈਂ ਬੀਐਡ ਪਾਸ, ਉਹਨੂੰ ਕੈਨੇਡਾ ਦੀ ਕੁੜੀ ਦੇ ਕੀ ਨੇ ਦਿੱਤੀ? ਇਹ ਤਾਂ ਮੈਂ ਮੰਨਦੀ ਹਾਂ ਜਿਹਨੇ ਹਲ ਬੜਾ ਸਕੀਮੀ ਹੈ, ਪਰ ਇਹੋ ਜਿਹੀ ਕਿਹੜੀ ਸਕੀਮ ਲੜਾ ਗਿਆ ਬਈ ਕੈਨੇਡਾ ਦੀ ਕੁੜੀ ਕੱਢ ਰਿਹਾ ਹੈ। ਹਾਂਜੀ ਭੂਆ ਜੀ, ਤੁਸੀਂ ਚਾਹ ਪੀ ਗੱਲ ਕੇ ਹਾਂ ਲੋਕੀ ਬਾਹਰ ਹੀ ਟੱਪਿਆ ਏ। ਲੈ, ਇੰਨੀ ਛੇਤੀ ਬਾਹਰ ਟੱਪਿਆ ਆ, ਉਹ ਕਮਾਲ ਹੈ, ਜਿਸ ਹਿਸਾਬ ਨਾਲ ਉਹਨੇ ਸਪੀਡ ਪੜੀ ਹੈ ਸਾਲਾ, ਕਿਤੇ ਗਾਹੀ ਨਾ ਲੰਘ ਜੇ। ਤੂੰ ਜਾ ਕੇ ਸੜਕ ਤੇ ਖੜ। ਤਾਰੀ ਪੁੱਤ, ਮੈਨੂੰ ਇਹ ਦੱਸ ਕਿ ਸਾਰੇ ਕੰਮ ਹੋ ਗਏ ਕਿ ਨਹੀਂ? ਹਾਂ, ਬਾਕੀ ਸਾਰੇ ਕੰਮ ਤਾਂ ਹੋ ਗਏ ਚਾਚੀ, ਬਸ ਇੱਕੋ ਕੰਮ ਰਹਿ ਗਿਆ। ਉਹ ਕਿਹੜਾ? ਦੇਖ ਸਾਰੇ ਬਹਿ ਗਏ ਚਾਚੀ, ਹੁਣ ਮੇਰੀ ਵੀ ਹੱਥ ਪੀਲੇ ਕਰਦੇ। ਮੈਂ ਤੈਨੂੰ ਕਿੰਨੀ ਵਾਰੀ ਕਿਹਾ, ਖੱਖਰ ਵਾਲੇ ਬਾਬੇ ਦੇ ਜਾ ਕੇ ਚਾਦਰ ਚੜਾ ਦੇ। ਚਾਦਰ ਕੀ, ਮੈਂ ਤਾਂ ਬਿਸਤਰਾ ਝੋਣ ਨੂੰ ਤਿਆਰ ਹਾਂ, ਪਰ ਸਾਲਾ ਕਿਤੇ ਕੰਮ ਵੀ ਬਣੇ। ਸਟਾਪ 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 ਦਾ ਕਾਰ ਰਾਈਟ ਨਾਓ। ਓ ਕੀ ਹੋ ਗਿਆ ਹੁਣ, ਗੱਡੀ ਕਾ ਸੁਰਕ ਵਾਲੀ ਆ, ਉਹ ਪਿੰਡ ਹਲੇ ਬਹੁਤ ਦੂਰ ਆ, ਕਾ ਤੋਂ ਵਿਚਾਲੇ ਰੋਕ ਲਈ ਗੱਡੀ। ਹੈਲੋ ਮੈਡਮ ਜੀ, ਕੀ ਹੋਇਆ ਦੱਸੋ। ਨੋ ਵੇ, ਆਈ ਐਮ ਨਾਟ ਵੇਅਰਿੰਗ ਥਿਸ ਕਾਈਂਡ ਆਫ ਕਲੋਥਸ, ਬਲੱਡੀ ਬੈਡ ਸ਼ੀਟਸ, ਕਿੰਨੀ ਗਰਮੀ ਲੱਗ ਜਾਂਦੀ ਹੈ ਮੈਨੂੰ ਇਹਨਾਂ ਵਿੱਚ, ਮੈਂ ਨਹੀਂ ਪਾਣੇ ਇਹ ਕੱਪੜੇ। ਕਮਾਲ ਦੀ ਗੱਲ ਆ, ਪਹਿਲੀ ਕੁੜੀ ਆ ਜਿਹੜੀ ਕਹਿੰਦੀ ਮੈਂ ਕੱਪੜੇ ਨਹੀਂ ਪਾਉਣੇ ਹੈਗੇ। ਕਿੱਦਾਂ ਦੇ ਕੱਪੜੇ ਪਾਉਂਦੇ ਨੇ, ਕਾਰ ਦੇ ਏਸੀ 'ਚ ਵੀ ਗਰਮੀ ਲੱਗ ਜਾਂਦੀ ਹੈ। ਐਕਚੁਅਲੀ ਕਾਰ ਦਾ ਏਸੀ ਖਰਾਬ ਆ। ਚੱਲਦਾ ਹੈ ਭਾਜੀ? ਸੜਿਆ ਚਲਾਇਆ ਨਹੀਂ ਫਿਰ ਭਾਜੀ? ਤਾਰੀ ਭਾਜੀ ਨੇ ਪੈਸੇ ਨਾ ਉਹਨੇ ਸੀ ਦੇ ਦਿੱਤੇ ਨੇ। ਸਲਾ ਤਾਰੀ, ਇਨੇ ਸਾਰੇ ਕੱਪੜੇ, ਉਤੋਂ ਕਾਰ ਦਾ ਏਸੀ ਵੀ ਨਹੀਂ ਚੱਲਦਾ। ਆਈ ਨੀਡ ਅ ਚੇਂਜ। ਡਰਾਈਵਰ ਡਿੱਕੀ ਓਪਨ ਕਰੋ। ਜੀ ਮੈਡਮ। ਓਏ ਨੋ ਓਪਨ, ਤੂੰ ਕੱਪੜੇ ਨਹੀਂ ਬਦਲ ਸਕਦੀ ਜਸਨੀਤ। ਕਰ ਲੈਣ ਦੇ ਭਾਜੀ, ਥੱਪੜ ਮਾਰੂ ਸਾਲੇ ਦੇ ਮੈਂ। ਚੱਲ ਗੱਡੀ 'ਚ ਬੈਠ। ਅਬੇ ਜਸਨੀਤ, ਦੇਖ ਤੈਨੂੰ ਇੱਥੇ ਆਪਣਾ ਆਈਡੈਂਟੀ ਕਾਰਡ ਲੁਕੋ ਕੇ ਰੱਖਣਾ ਪੈਣਾ। ਆਈਡੈਂਟੀ ਕਾਰਡ? ਮਤਲਬ ਕਿ ਤੈਨੂੰ ਕੋਈ ਪਛਾਣ ਨਾ ਲਵੇ। ਪਰ ਇੱਥੇ ਮੈਨੂੰ ਕੌਣ ਪਛਾਣੇਗਾ? ਜਿੰਨਾ ਤੈਨੂੰ ਸਾਡੇ ਪਿੰਡ 'ਚ ਪਛਾਣਦੇ ਆ, ਸਾਰੀ ਦੁਨੀਆ 'ਚ ਨਹੀਂ ਪਛਾਣਦੇ ਹੋਣੇ। ਵਾਟ ਯਾਰ, ਜੇ ਛੋਟੇ ਛੋਟੇ ਕੱਪੜੇ ਪਾ ਕੇ ਘੁੰਮੇਗੀ, ਕੋਈ ਨਾ ਕੋਈ ਤਾਂ ਸਾਲਾ ਪਛਾਣੇ ਲਊਗਾ। ਅੱਜ ਕੱਲ੍ਹ ਪਿੰਡਾਂ ਦੇ ਵਿੱਚ ਇੰਟਰਨੈਟ, ਗੂਗਲਾਂ, ਸਭ ਕੁਝ ਚੱਲਦਾ। ਲੋਕ ਸਾਲੇ ਮੋਟਰਾਂ 'ਤੇ ਬੈਠ ਬੈਠ ਕੇ ਕੁੜੀਆਂ ਦੀਆਂ ਫੋਟੋਆਂ ਪ੍ਰਿੰਟ ਕਰਦੇ ਨੇ। ਮੇਰੀ ਗੱਲ ਸੁਣਾ, ਦੇਖ ਤੇਰੇ ਪਿੱਛੇ ਮੈਂ ਦਾੜੀ ਰੱਖ ਲਈ ਆ, ਆਪਣਾ ਆਈਡੈਂਟੀ ਕਾਰਡ ਮੈਂ ਬਦਲਦਾ ਵਾ। ਪਲੀਜ਼ ਟਰਾਈ ਟੂ ਅੰਡਰਸਟੈਂਡ, ਜਸਨੀਤ ਤੂੰ ਇੱਥੇ ਜਸਨੀਤ ਨਹੀਂ, ਜਸਨੀਤ ਕੌਰ ਹੈ। ਕੌਰ ਦਾ ਮਤਲਬ ਟੌਰ। ਵੱਡਿਆਂ ਦਾ ਸਤਿਕਾਰ ਕਰੋ, ਛੋਟਿਆਂ ਨੂੰ ਪਿਆਰ ਕਰੋ, ਜੇ ਕੋਈ ਸ਼ੱਕ ਹੈ ਤਾਂ ਸਾਈਡ 'ਤੇ ਆ ਕੇ ਨਿਹਾਲ ਸਿੰਘ ਨਾਲ ਵਿਚਾਰ ਕਰੋ। ਹੁਣ ਚਲੋ ਗੱਡੀ 'ਚ ਬੈਠੋ, ਬਾਕੀ ਗੱਲਾਂ ਆਪਾਂ ਘਰੇ ਜਾ ਕੇ ਕਰਦੇ ਹਾਂ। ਫੋਰ
ਸ਼ੁਕਰ ਆ ਇੱਥੇ ਤਾਂ ਬਚ ਗਿਆ ਨਿਹਾਲਸਿਆਂ ਹਾਲੇ ਘਰੇ ਜਾ ਕੇ ਪਤਾ ਨਹੀਂ ਕਿਹੜੇ ਕਿਹੜੇ ਝੂਠ ਬੋਲਣੇ ਪੈਣੇ ਆ ਚੱਲ ਚਾਚੀ ਹਲਵਾਈ ਨੇ ਸਾਰਾ ਕੰਮ ਰੈਡੀ ਕਰਤਾ ਹੁਣ ਸੈਟ ਆ ਜਾਵਾਂ ਚੱਲ ਹਾਂ ਪੂਰਾ ਬੇਟਾ ਲੈ ਆ ਗਏ ਆ ਗਏ ਆ ਗਏ ਆਹੋ ਜੀ ਆਹੋ ਜੀ ਆਹੋ ਲੱਥੋ ਜੀ ਮੇਰੀ ਮੰਮੀ ਨੂੰ ਨਾ ਬੇਬੇ ਕਹੀ ਨੀ ਸਿੰਪੋ ਨੀ ਆਜੋ ਨੀ ਆਜੋ ਮੇਰਾ ਲਾਡਲਾ ਪੁੱਤ ਆ ਗਿਆ ਮੰਮੀ ਨੂੰ ਨਾ ਬੇਬੀ ਵਧੀਆ ਲੱਗਦਾ ਯੂ ਮੀਨ ਬੇਬੀ ਰਾਈਟ ਬੇਬੀ ਨੀ ਬੇਬੇ ਬੇ 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 ਮੇਰਾ ਪੁੱਤ ਮਾਂ ਸਦਕੇ ਮਾਂ ਸਦਕੇ ਲੈ ਬੇਬੇ ਲਿਆਂਦੀ ਕੈਨੇਡਾ ਤੋਂ ਓਰੀਜਨਲ ਆ ਬੋਰਨ ਬ੍ਰੌਟ ਅਪ ਕੈਨੇਡਾ ਖੜ ਜਾ ਧੀਏ ਸੁੱਖਾ ਸੁਖਦੀ ਨੂੰ ਤਾਂ ਦੇਣ ਆਇਆ ਮੜ ਜਾ ਤੇਲ ਤਾਂ ਚੋ ਲੈਣ ਦੇ ਪੰਡਿਤ ਜੀ ਤੁਹਾਡੀਆਂ ਭਵਿੱਖਬਾਣੀਆਂ ਗਲਤ ਹੁੰਦੀਆਂ ਜਾਂਦੀਆਂ ਨੇ ਨਿਹਾਲ ਬੈਸਟ ਫਰੈਂਡ ਤਰਨਜੀਤ ਸਿੰਘ ਪੁਰਤਾਰੀ ਰਾਮ 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 ਆਏ ਹੋ ਨਹੀਂ ਸਕਦਾ ਇਹਦੇ ਵਿੱਚ ਜ਼ਰੂਰ ਕੋਈ ਭੇਦ ਹੈ ਚਾਰ ਕੁ ਦਿਨ ਦੇਖਦੇ ਹਾਂ ਸੱਚ ਆਪਣੇ ਆਪ ਸਾਹਮਣੇ ਆ ਜਾਓ ਹੈ ਠੀਕ ਹੈ ਆਓ ਚੱਲੀਏ ਸਲਿਆ ਮੇਰੀ ਵਾਰੀ ਤੂੰ ਤਾਂ ਸੱਚੀ ਲਾਇਆ ਓਏ ਸ਼ੁਕਰੀਆ ਮਿਹਰਬਾਨੀ ਹੱਥ ਬਾਲੀ ਕੋਲੇ ਨੇ ਕਨੇਡਾ ਵਾਲੀ ਦੇ ਓਏ ਆਪਣੇ ਵਾਲੇ ਤਾਂ ਬੱਠਲ ਚੱਕ ਚੱਕ ਕੇ ਅੱਟਣ ਪਏ ਹੁੰਦੇ ਨੇ ਹੱਸੇ ਮਜ਼ਾਕ ਚ ਕਿਤੇ ਤੂੰ ਆਪਣੀਆਂ ਗੱਲਾਂ ਤੇ ਅੱਟਣ ਨਾ ਪਵਾ ਲਈ ਗੁੱਤੇ ਆ ਚੱਲ ਕੁੜੇ ਬਹੂ ਤਾਂ ਬੜੀ ਸੋਹਣੀ ਤੇਰੀ ਇੰਨੀ ਸੋਹਣੀ ਬਹੂ ਲੈ ਕੇ ਆਇਆ ਉਹ ਟੁੱਟਾ ਕੀ ਰਿਹਾ ਤਾਈ ਕੈਨੇਡਾ ਵਾਲੀ ਆ ਰੀਜਨਲ ਅਸਲੀ ਕਿਹੜਾ ਫਿਰ ਜ਼ੂ ਇਸ ਦਿਸ ਹੇ ਲੇਡੀ ਸੌਂਗਸ ਕਿਉਂ ਗਾ ਰਹੀਆਂ ਨੇ ਐਨ ਉਹ ਦੂਜੀ ਵਾਲੀ ਆਂਟੀ ਵਾਈ ਸ਼ੀ ਕਾਲ ਮੀ ਨੂ ਤੈਨੂੰ ਕੀ ਦੱਸਾਂ ਜਸਨੀਤ ਤੈਨੂੰ ਪਤਾ ਸਾਡੇ ਪਿੰਡ ਆਖਰੀ ਵਿਆਹ ਕਦੋਂ ਹੋਇਆ ਸੀ ਵੈਨ ਸਨ 93 ਚ ਜਦੋਂ ਵੱਡੇ ਹੜ ਆਏ ਸੀ ਹੜ ਫਲੱਡ ਓ ਸਾਡੇ ਪਿੰਡ ਸੱਜਣ ਕੇ ਬਿੱਟੇ ਦਾ ਵਿਆਹ ਸੀਗਾ ਤੇ ਬਰਾਤ ਨਾ ਭਰੀ ਹੋਈ ਬਸ ਸਿੱਧੀ ਜੋੜੇ ਪੁਲਾਂ ਚੋਂ ਨਹਿਰ ਚ ਦੁੜੁਮ ਮਤਲਬ ਜੰਪ ਕਰ ਗਈ ਓ ਮਾਈ ਗੋਡ ਸੱਚੀ ਮੁੱਚੀ ਆ ਤਾਰੀ ਦਾ ਪਾਪਾ ਬਸ ਚਲਾਉਂਦਾ ਸੀਗਾ ਵਿੱਚੇ ਉਹ ਸ਼ਹੀਦ ਹੋ ਗਏ ਦੱਸ ਸਾਲਿਆ ਹਾਂ ਬਸ ਦੇ ਨਾਲ ਹੀ ਪਾਪਾ ਜੀ ਠੰਡ ਜਦੋਂ ਦੇ ਪਾਪਾ ਜੀ ਪੂਰੇ ਹੋਏ ਨੇ ਨਾ ਦੀ ਐਂਡ ਨੂੰ ਠੰਡ ਹੀ ਪੜਨ ਲੱਗ ਗਿਆ ਬੇਚਾਰਾ ਉਸ ਘਟਨਾ ਤੋਂ ਬਾਅਦ ਨਾ ਸਾਡੇ ਪਿੰਡ ਕਿਸੇ ਨੇ ਵੀ ਪੁੱਤ ਵਿਆਹਣ ਦੀ ਹਿੰਮਤ ਨਹੀਂ ਕੀਤੀ ਹੈਗੀ ਹੁਣ ਜਦੋਂ ਵੀ ਕੋਈ ਕੁਆਰੀ ਕੁੜੀ ਸਾਡੇ ਪਿੰਡ ਚ ਆਉਂਦੀ ਆ ਸਾਡੇ ਪਿੰਡ ਵਾਲੇ ਏਦਾਂ ਹੀ ਨੂੰ ਨੂੰ ਕਹਿ ਕੇ ਉਹਦੇ ਸ਼ਗਨ ਸ਼ੁਗਨ ਪੂਰੇ ਕਰ ਲੈਂਦੇ ਨੇ ਪਾਪਾ ਜੀ ਮੇਰਾ ਮਤਲਬ ਫਾਦਰ ਸਾਹਿਬ ਸਾਰੀ ਆਮ ਸੋ ਸੌਰੀ ਯਾ ਟੂ ਹੀਅਰ ਦੈਟ ਅੱਛਾ ਜੀ ਵੇ ਕਿਉਂ ਮੇਰੀ ਕੁੜੀ ਨੂੰ ਤੰਗ ਕਰੀ ਜਾਂਦੇ ਆ ਚੱਲ ਧੀਏ ਅੰਦਰ ਚੱਲੀਏ ਕਿਉਂ ਸਾਲਿਆ ਤੇਰਾ ਕੀ ਢਿੱਡ ਦੁਖਦਾ ਸੀ ਅਗਲੀ ਮੇਰੇ ਜਿਉਂਦੇ ਪਿਓ ਦਾ ਅਫਸੋਸ ਕਰ ਰਹੀ ਸੀ ਜੇ ਬੇਬੇ ਨੇ ਅੰਦਰ ਪੈਰੋਂ ਕੱਢ ਲਈ ਨਾ ਸਾਰੇ ਪਿੰਡ ਨੇ ਆਪਣੇ ਅਫਸੋਸ ਤੇ ਬਹਿ ਜਾਣਾ ਚੱਲ ਕੀ ਗੱਲ ਪੁੱਤਰ ਤੂੰ ਇੰਨੀ ਉਦਾਸ ਕਿਉਂ ਆ ਉਹ ਮੈਨੂੰ ਸਭ ਕੁਝ ਦੱਸਦਾ ਨਿਹਾਲ ਨੇ ਬੇਬੇ ਜੀ ਸੁਣ ਕੇ ਬਹੁਤ ਅਫਸੋਸ ਹੋਇਆ ਕਿਹੜੀ ਗੱਲ ਦਾ ਅਫਸੋਸ ਹੋਇਆ ਬੇਟਾ ਉਹੀ ਬੱਸ ਵਾਲੀ ਗੱਲ ਗੋਡ ਸ਼ੁਡਨਟ ਡੂ ਦਿਸ ਟੂ ਐਨੀਵਨ ਅਬਾ ਬੇਬੇ ਅਬ ਜਸਨੀ ਥਾਗੀ ਹੋਣੀ ਆ ਨਾ ਇੰਨੀ ਦੂਰੋਂ ਤੁਰ ਕੇ ਆਈ ਆ ਕੈਨੇਡਾ ਤੁਰ ਕੇ ਨਹੀਂ ਜਹਾਜ਼ ਤੇ ਆ ਮਤਲਬ ਇੱਕ ਗੱਲ ਆ ਜਾ ਤਾਰੀ ਜਾ ਕੇ ਰੂਮ ਦਿਖਾ ਇਹਨਾਂ ਨੂੰ ਹਾਂ ਹਾਂ ਜਹਾਜ਼ ਜੀ ਚਲੋ ਪੁੱਤਰ ਇਹ ਕਿਹੜੀ ਬੱਸ ਤੇ ਗੱਲ ਕਰ ਰਹੀ ਸੀ ਅਬਾ ਉਹ ਬੇਬੇ ਜਦੋਂ ਤੂੰ ਮੱਸਿਆ ਗਈ ਸੀ ਪ੍ਰੀਤ ਵਾਲਿਆਂ ਦੀ ਮਿੰਨੀ ਬੱਸ ਬਹਿ ਕੇ ਅਮਲੇਰ ਕੋਟਲੇ ਗੁਰੂ ਸਰ ਗੁਰਦੁਆਰੇ ਪਰ ਮੈਂ ਕਦੋਂ ਗਈ ਸੀ ਗੁਰੂ ਸਰ ਗੁਰਦੁਆਰੇ ਬੇਬੇ ਉਦੋਂ ਹੀ ਜਦੋਂ ਤੁਹਾਡੀ ਬੱਸ ਦੇ ਮੂਹਰੇ ਬੈੜੀ ਆ ਗਈ ਸੀ ਤਾਂ ਇਹਦੇ ਚ ਅਫਸੋਸ ਵਾਲੀ ਕਿਹੜੀ ਗੱਲ ਆ ਕੈਨੇਡੇ ਤੋਂ ਆਈ ਆ ਤੇਰੀ ਨੂੰ ਉੱਥੇ ਜਾਨਵਰਾਂ ਤੇ ਬੰਦਿਆਂ ਨੂੰ ਬਰਾਬਰ ਸਮਝਦੇ ਆ ਹਾਉ ਕਹਿ ਲੇਗੀ ਬੇੜੀ ਦਾ ਵਿਚਾਰੀ ਕਿੰਨੀ ਮਲੂਕ ਜਿੰਦਾ ਮੇਰੀ ਧੀ ਓਦਾਂ ਤਾਂ ਤੂੰ ਕਦੇ ਕੋਈ ਚੰਗਾ ਕੰਮ ਕੀਤਾ ਨਹੀਂ ਪਰ ਆ ਮੇਰੀ ਨੂੰਹ ਨੂੰ ਲਿਆ ਕੇ ਤਾਂ ਤੂੰ ਮੇਰਾ ਦਿਲ ਜਿੱਤ ਲਿਆ ਪੁੱਤ ਜਿਉਂਦਾ ਰਹਿ ਪਤਾ ਨੀ ਬੱਸਾਂ ਮੂਰੇ ਬੈੜੀਆਂ ਲਿਆ ਲਿਆ ਕੇ ਕਿੰਨਾ ਚਿਰ ਬਚਾਂਗੇ ਵਾਹਿਗੁਰੂ ਵੇਰ ਆਰ ਯੂ ਉਹ ਕੀ ਹੋਇਆ ਰੋਈ ਕਿਉਂ ਜਾਨੀ ਹੈ ਮੇਰਾ ਦਿਲ ਟੁੱਟ ਗਿਆ ਦਿਲ ਟੁੱਟ ਗਿਆ ਫਿਰ ਗੈੜ ਗੈੜ ਗੰਨੇ ਕੋ ਖਾਈ ਜਾਨੀ ਹੈ
ਦਿਲ ਟੁੱਟਿਆ, ਦੰਦ ਨੇ ਟੁੱਟੇ। ਇੱਕ ਤਾਂ ਮੈਨੂੰ ਤੇਰੀ ਸਮਝ ਨਹੀਂ ਆਉਂਦੀ, ਕਦੇ ਤੂੰ ਮਚਾਨ ਤੇ ਚੜ ਜਾਂਦੀ ਹੈ, ਕਦੇ ਟੈਂਕੀ ਤੇ ਚੜ ਜਾਂਦੀ ਹੈ, ਤੇਰਾ ਦਿਮਾਗ ਖਰਾਬ ਹੋ ਗਿਆ? ਹਾਂ ਬੋਲ, ਮੈਨੂੰ ਕਦੋਂ ਬੁਲਾਇਆ? ਅਨਮੋਲ, ਤੂੰ ਮੈਨੂੰ ਪਹਿਲਾਂ ਇਹ ਦੱਸ ਕਿ ਉਹ ਕੈਨੇਡਾ ਵਾਲੀ ਚੇਜਾ ਕੀ ਹੈ ਜੋ ਮੇਰੇ ਚ ਨਹੀਂ ਹੈ? ਮੇਰੇ ਵਰਗੀ ਖਾਂਦੇ ਪੀਂਦੇ ਘਰ ਦੀ ਕੁੜੀ ਕਿ ਨਿਹਾਲ ਨੂੰ ਮਿਲਣੀ ਹੈ? ਇਹ ਗੋਰਾ ਰੰਗ, ਇਹ ਤਿੱਖੇ ਨੈਨਕਸ਼, ਇਹ ਕਾਲੀਆਂ ਜ਼ੁਲਫਾਂ, ਦੱਸ ਮੈਨੂੰ ਕੀ ਕਮੀ ਹੈ ਮੇਰੇ ਚ ਅਨਮੋਲ, ਦੱਸ ਮੈਨੂੰ। ਉਹ ਕਮਲੀਏ, ਤੇਰਾ ਤੇ ਉਹਦਾ ਕੀ ਮੁਕਾਬਲਾ? ਉਹ ਤੇਰੇ ਵਾਂਗੂ ਕਮਾ ਚੋ ਜੜ ਸਮੇਤ ਗੰਨਾ ਪੱਟ ਲੂ? ਤੇ ਤੂੰ ਗੰਨਾ ਛੱਡ, ਮੈਂ ਸਣੇ ਜੜ ਕਿੱਕਰ ਪੱਟਦਾ, ਪਰ ਨਿਹਾਲ ਮੇਰਾ ਹੋਣਾ ਚਾਹੀਦਾ। ਅਨਮੋਲ, ਮੈਂ ਤੈਨੂੰ ਦੱਸਦੀ ਹਾਂ ਕਮੀ ਕੀ ਹੈ। ਕਮੀ ਇਹ ਹੈ ਕਿ ਉਹ ਕੈਨੇਡਾ ਵਾਲੀ ਵਾਂਗੂ ਮੈਂ ਚਵੜ ਚਵੜ ਇੰਗਲਿਸ਼ ਨਹੀਂ ਬੋਲ ਸਕਦੀ। ਯੈਸ, ਯੂ ਆਰ ਰਾਈਟ। ਅਨਮੋਲ, ਜਮੀ ਏਦਾਂ ਦੀ ਅੰਗਰੇਜ਼ੀ ਮੈਨੂੰ ਸਿਖਾ ਦੇ। ਹਾਂ ਹਾਂ, ਸਿਖਾਉਂਗਾ, ਹਾਂ ਸਿਖਾਉਂਗਾ। ਹੋ ਗਏ ਵੀ ਕਿੰਨੀ ਫੁੱਲ ਸਪੀਡ ਤੇ ਭਜਦੀ ਆ ਮੇਰੇ ਪਾਪੇ ਦੀ ਕਾਰ। ਇਹਨੂੰ ਕਾਰ ਕਹਿੰਦੇ? ਬਲਰੀ ਗਾਰਬੇਜ। ਓਏ ਗਾਰਬੇਜ ਗੁਰਬੇਜ ਨਾ ਬੋਲੀ, ਮੇਰੀ ਗੱਲ ਸੁਣ ਲਾ। ਪਹਿਲੀ ਕਾਰ ਆ ਜਿਹੜੀ ਸਾਡੇ ਪਿੰਡ ਦੇ ਵਿੱਚ ਆਈ ਆ, ਮੇਰਾ ਡੈਡੀ ਲੈ ਕੇ ਆਇਆ ਸੀ। ਉਸ ਤੋਂ ਬਾਅਦ 3600 ਫੋੜ। ਅੱਜ ਵੀ ਜਦੋਂ ਗੁਰਦੁਆਰੇ ਅਨਾਊਂਸਮੈਂਟ ਹੁੰਦੀ ਆ ਨਾ, ਅਸੀਂ ਫੀਅਟ ਕਾਰ ਵਾਲੇ ਵੱਜਦੇ ਆ, ਸੀਨਾ ਚੌੜਾ ਹੋ ਜਾਂਦਾ ਸੁਣ ਕੇ। ਓਏ ਉਨੀ ਟੌਰ ਤਾਂ ਪੱਗ 'ਚ ਤੁਰਲੇ ਦੀ ਨਹੀਂ ਹੁੰਦੀ ਜਿੰਨੀ ਸਾਡੀ ਫੀਅਟ ਕਾਰ ਦੀ ਆ। ਸਟਾਪ ਸਟਾਪ ਸਟਾਪ, ਬਸ ਕਰ ਨਿਹਾਲ, ਕਿੰਨਾ ਬੋਲਦਾ ਹੈ ਤੂੰ। ਸੌਰੀ ਜੇ ਤੈਨੂੰ ਗਲਤ ਬੋਲੀ। ਉਹ ਡੈਡੀ ਨੂੰ ਤਾਂ ਬੜੇ ਝੂਟੇ ਦਿੱਤੇ, ਸਾਡੀ ਵਾਰੀ ਖੜ ਗਈ ਹੈ। ਕੋਈ ਨੀ, ਤੂੰ ਜਿੰਨੀ ਮਰਜ਼ੀ ਬੇਇੱਜ਼ਤੀ ਕਰ ਲਾ, ਮੈਂ ਤਾਂ ਤੇਰੀ ਇੱਜ਼ਤ ਕਰੂੰ। ਡੈਡੀ ਦੀ ਆਖਰੀ ਨਿਸ਼ਾਨੀ। ਨਿਹਾਲ ਪੁੱਤ। ਹਾਂਜੀ। ਮੈਂ ਕਸ਼ਮੀਰੋ ਵੱਲ ਚੱਲੀ ਆ, ਉਹਦੀ ਮੱਝ ਬਿਮਾਰ ਆ। ਅੱਛਾ। ਜਸਜੀਤ ਨੂੰ ਕਹੀ ਮੇਰੇ ਆਉਂਦੀ ਨੂੰ ਰੋਟੀ ਬਣਾ ਕੇ ਰੱਖੇ। ਰੋਟੀ ਛੱਡ ਬੇਬੇ, ਰੋਟੀ ਬਣਾ ਕੇ ਕੀ ਕਰਨੀ ਆ, ਮੈਨੂੰ ਤਾਂ ਭੁੱਖ ਹੈ ਨੀ। ਮੈਂ ਤਾਂ ਕਹਿੰਦਾ ਤੂੰ ਵੀ ਕਸ਼ਮੀਰੋ ਚਾਚੇ ਲਈ ਖਾਇਆ। ਹਾਂ, ਮੈਂ ਅਗਲੇ ਦੇ ਘਰੇ ਕਿਉਂ ਰੋਟੀ ਖਾਵਾਂ, ਨਾਲੇ ਉਹਨਾਂ ਦੀ ਤਾਂ ਮੱਝ ਬਿਮਾਰ ਆ। ਕਮਾਲ ਦੀ ਗੱਲ ਆ ਬੇਬੇ, ਮੱਝ ਨੇ ਆਟਾ ਗੁੰਨ ਕੇ ਦੇਣਾ ਚਾਚੀ ਨੂੰ, ਤੈਨੂੰ ਰੋਟੀ ਨਹੀਂ ਖਿਲਾ ਸਕਦੀ ਉਹ। ਕਿਉਂ ਕਮਲੀਆਂ ਗੱਲਾਂ ਕਰਦਾ ਨਿਹਾਲ, ਮੈਂ ਰੋਟੀ ਘਰੇ ਆ ਕੇ ਖਾਣੀ ਆ। ਫਿਰ ਮੈਂ ਆਪਣੀ ਬੇਬੇ ਨੂੰ ਅੱਜ ਜਿਮੀਦਾਰ ਢਾਬੇ ਦੀ ਰੋਟੀ ਖਿਲਾਊ। ਕੜਾਈ ਪਨੀਰ ਤਾਂ ਇੰਨਾ ਸਵਾਦ ਬਣਾਉਂਦੇ ਆ, ਗੱਲਾਂ ਹੀ ਛੱਡ ਦੇ। ਮੈਂ ਨਹੀਂ ਖਾਣਾ ਪਨੀਰ ਪਨੂਰ, ਮੈਂ ਤਾਂ ਆਪਦੇ ਨੂੰਹ ਦੇ ਹੱਥੀ ਬਣੀ ਹੋਈ ਦਾਲ ਰੋਟੀ ਖਾਣੀ ਆ। ਤੂੰ ਦਾਲ ਰੋਟੀ ਖਾ ਲਈ ਬੇਬੇ, ਮੇਰੇ ਲਈ ਮੱਝ ਵਾਲੀ ਦਵਾਈ ਲੈ ਆਈ, ਮੈਂ ਉਹ ਖਾ ਲੂ। ਜਸਰੀਤ, ਇੱਕ ਗੱਲ ਦੱਸ। ਹਾਂ ਪੁੱਛ। ਤੇਰੇ ਸ਼ੌਕ ਕੀ ਨੇ? ਸ਼ੌਕ? ਯੂ ਮੀਨ ਹੌਬੀਜ਼? ਯੈਸ। ਓ, ਲੌਂਗ ਡਰਾਈਵਸ, ਐਡਵੈਂਚਰ ਸਪੋਰਟਸ, 뮤직, ਵਰਲਡ ਟ੍ਰੈਵਲ। ਘਰੇਲੂ ਸ਼ੌਕ? ਘਰੇਲੂ? ਆਟਾ ਗੁੰਨਣਾ, ਪੀੜੇ ਕਰਨੇ, ਰੋਟੀ ਬਣਾਉਣੀ। ਆਈ ਹੇਟ ਕੁਕਿੰਗ, ਆਈ ਡੋਨਟ ਈਵਨ ਨੋ ਦ ਸੀ ਆਫ ਕੁਕਿੰਗ। ਖਾਣਾ ਖਾਣਾ ਆਉਂਦਾ ਬਸ, ਰੋਟੀ ਬਣਾਉਣਾ ਤਾਂ ਦੂਰ। ਮੈਂ ਤਾਂ ਅੱਜ ਤੱਕ ਕਦੇ ਕਿਚਨ ਦੀ ਸ਼ਕਲ ਵੀ ਨਹੀਂ ਵੇਖੀ। ਫਿਰ ਤੈਨੂੰ ਮੈਂ ਅੱਜ ਕਿਚਨ ਦਿਖਾਉਂਗਾ। ਫੋਰਗਿਵ ਮੀ ਨਿਹਾਲ, ਮੈਂ ਕਿਚਨ ਨਹੀਂ ਵੇਖਣਾ, ਮੈਂ ਚੱਲੀ ਹਾਂ ਪਿੰਡ ਵੇਖਣ, ਠੀਕ ਹੈ? ਓਹ, ਇੱਕ ਸੈਕਿੰਡ ਨਿਹਾਲ, ਉਹ ਜਿਹੜੀ ਟੈਂਕੀ ਹੈ, ਤੈਨੂੰ ਟੈਂਕੀ ਬਾਰੇ ਕੀ ਨਹੀਂ ਦੱਸਿਆ? ਦੱਸਿਆ ਨਹੀਂ, ਮੈਂ ਵੇਖਣ ਜਾਣੀ ਹੈ। ਅਬੇ ਬਾਹੂ ਨੂੰ ਦੇਖਣ ਜਾਈ, ਇਹ ਸਾਲੀ ਟੈਂਕੀ ਦੇ ਤਾਂ ਪਹਿਲਾਂ ਪਾਏ ਹੋਏ ਨੇ ਸਾਰੇ ਪੌੜੇ। ਪਤਾ ਨਹੀਂ ਕੀ ਕੀ ਕਹੀ ਜਾਂਦਾ ਤੂੰ। ਹੁਣ ਰੋਟੀ ਕੌਣ ਬਣਾਊ ਯਾਰ? ਤਾਰੀ। ਉਹ ਮੱਚ ਪੈ ਪੱਤ ਦੀਦੀ। ਤਾਰੀ, ਉਹ ਤਾਰੀ, ਰੋਟੀ ਵਾਲਾ ਕੰਮ ਤਾਂ ਹੋ ਗਿਆ ਬਈ। ਆ ਦੇਖ, ਆ ਦੇਖ, ਬਣ ਗਈ ਰੋਟੀ। ਮੈਂ ਕਹਿੰਦਾ ਤੇਰਾ ਜਲੇਬੀਆਂ ਤੇ ਕੰਮ ਜ਼ਿਆਦਾ ਵਧੀਆ ਚੱਲੇ। ਕਿਉਂ ਸਾਲਾ, ਰੋਟੀ ਥੋੜੋ ਜਲੇਬੀਆਂ ਬਣਾਈ ਜਾਂਦਾ ਤੂੰ। ਉਹ ਸਾਲਿਆ, ਦੁਬਾਰਾ ਬਣਾ ਦੇਣਾ ਮੈਂ। ਵਾਹ, ਤੇਰੇ ਲਵ ਲੈਟਰ ਨਹੀਂ ਹੈਗੇ ਜਿਹੜੇ ਪਾੜ ਪਾੜ ਸਿੱਟੀ ਜਾਂਦਾ। ਅੰਨ ਦੇਵਤਾ, ਅੰਨ ਦੇਵਤਾ, ਰੋਟੀ ਹੈ, ਮਾਫੀ ਮੰਗ ਲੈ ਸਾਲਿਆ, ਮਾਫੀ ਇਤੋਂ। ਤੂੰ ਦਾਲ ਚੁਗਲੀ ਸਾਲਿਆ, ਮੈਨੂੰ ਕਹੀ ਜਾਂਦਾ ਮੈਂ ਜੇ ਦਾਲ ਨਾ ਚੁਗੀ ਮੇਰੇ ਫੁੱਲ ਚੁਗਣੇ ਪੈ ਜਾਣੇ ਨੇ। ਮੈਂ ਕਹਿੰਦਾ ਉਹ ਚੁਗਣੇ ਸੌਖੇ ਹੋਣਗੇ, 5 ਮਿੰਟਾਂ ਚੁਕੇ ਜਾਣਗੇ ਤੇਰੇ ਫੁੱਲ ਤਾਂ। ਮੈਨੂੰ ਇਹ ਨਹੀਂ ਪਤਾ ਲੱਗਦਾ ਵੀ ਦਾਲ ਚਰੋੜੇ ਪਾਏ ਨੇ ਕਿ ਰੋੜੇ 'ਚ ਦਾਲ ਪਾਈ ਹੋਈ ਹੈ, ਪਤਾ ਕੀ ਸਕੀਮ ਆਈ ਮੈਨੂੰ ਹੁਣ। ਆ ਛੱਡ ਪਰਾਂ ਸਾਰਾ ਪੰਗਾ, ਆਪਾਂ ਬੇਬੇ ਹੁਣਾਂ ਨੂੰ ਗੁਰਦੁਆਰੇ ਲੈ ਕੇ ਚੱਲਦੇ ਹਾਂ। ਅੱਧਾ ਆਈਡੀਆ ਤਾਂ ਤੇਰਾ ਠੀਕ ਆ। ਅੱਧਾ ਕਿਵੇਂ ਹੋਏ? ਬੇਬੇ ਨੂੰ ਗੁਰਦੁਆਰੇ ਨਹੀਂ, ਹਾਂ ਗੁਰਦੁਆਰੇ ਰੋਟੀ ਲੈ ਕੇ ਆਉਂਦੇ ਆ। ਯੈਸ, ਚੱਕ ਬੇਬੇ, ਤੇਰੀ ਨੂੰਹ ਨੇ ਬਣਾਈ ਆ ਆਪਣੇ ਹੱਥਾਂ ਦੇ ਨਾਲ, ਆਪਣੇ ਕਰ ਕਮਲਾਂ ਦੇ ਨਾਲ। ਕਰ ਕਮਲਾਂ ਨੂੰ ਸਾਲਿਆ ਨਹੀਂ ਪਤਾ ਰੱਖਿਆ ਵਾ, ਬੇਬੇ ਉਹ ਮਾੜਾ ਜਿਹਾ ਬਾਹਰ ਗਈ ਆ ਤੇ ਮੈਨੂੰ ਕਹਿ ਗਈ ਵੀ ਬੇਬੇ ਨੂੰ ਪੁੱਛੀ ਕਿੱਦਾਂ ਲੱਗੀ ਬਈ ਸਵਾਦ ਆ। ਮੇਰੀ ਧੀ ਤੇ ਤਾਂ ਰੱਬ ਦੀ ਬਹੁਤ ਮਿਹਰ ਆ, ਬਹੁਤ ਸਵਾਦ ਦਾਲ ਬਣਾਈ ਆ, ਚਵਾਈ ਲੰਗਰ ਵਰਗੀ। ਜੀ ਕਰਦਾ ਪੁੰਜੇ ਬਹਿ ਕੇ ਖਾਵਾ? ਬਣਦਾ ਤਾਂ ਪੁੰਜੇ ਬਹਿ ਖਾਣੀ ਆ,
ਲੰਗਰ ਚੋ ਜੋ ਲਿਆਂਦੀ ਆ ਓਏ ਸੜਕ ਕੀ ਬਕਵਾਸ ਮਾਰ ਰਿਹਾ ਜੇ ਬੇਬੇ ਸੁਣ ਲੈਂਦੀ ਫਿਰ ਉਹ ਤੈਨੂੰ ਕੀ ਪਤਾ ਮੈਂ ਕਿੰਨਾ ਔਖ ਹੋ ਕੇ ਪ੍ਰਸ਼ਾਦਾ ਲੈ ਕੇ ਆਇਆ ਕਿਉਂ ਉਹ ਭਾਈ ਜੀ ਤਾਂ ਵਰਸ਼ਾ ਮਾਰ ਕੇ ਮੇਰੀ ਬੱਖੀ ਪਾੜ ਨੂੰ ਫਿਰਦਾ ਸੀ ਕਹਿੰਦਾ ਉਰੇ ਬਹਿ ਕੇ ਜਿੰਨਾ ਮਰਜ਼ੀ ਛਕ ਲਓ ਘਰੇ ਨਹੀਂ ਮੈਂ ਲੈ ਜਾਣ ਦਿੰਦਾ ਲੈ ਕੇ ਕਿਵੇਂ ਆਇਆ ਉਹੀ ਪੁਰਾਣਾ ਤਰੀਕਾ ਮੈਂ ਤਾਂ ਫਿਰ ਕਹਿਤਾ ਨਾਲ ਦੀ ਨਾਲ ਮੈਂ ਕਿਹਾ ਭਾਈ ਜੀ ਮਿਹਨਤ ਵਾਲੀ ਗੱਲ ਹੀ ਹੈ ਮੇਰਾ ਛੋਟਾ ਵੀਰਾ ਦੋ ਦਿਨਾਂ ਦਾ ਭੁੱਖਾ ਭਾਈ ਜੀ ਪਲੀਜ਼ ਪ੍ਰਸ਼ਾਦਾ ਦੇ ਦਿਓ ਆਹ ਕਿਹੜਾ ਪੁਰਜਾ ਆ ਗਿਆ ਓਏ ਇਹ ਤਾਂ ਨੀਰੀ ਲਾਟ ਹੈ ਬਾਈ ਸ਼ੁਕਰ ਹੈ ਸਾਲਿਓ ਜੀਰੀ ਵੱਢ ਲਈ ਨਹੀਂ ਤਾਂ ਇਹਨੇ ਅੱਗ ਹੀ ਲਾ ਦੇਣੀ ਸੀ ਆਏ ਹਾਏ ਓਏ ਐਕਸਕਿਊਜ਼ ਮੀ ਆਈ ਵਾਂਟ ਟੂ ਮੀਟ ਨਿਹਾਲ ਹੈ ਕਿਵੇਂ ਜੀ ਮੈਂ ਨਿਹਾਲ ਨੂੰ ਮਿਲਣਾ ਚਾਹੁੰਦੀ ਹਾਂ ਮੈਂ ਪਛਾਣਿਆ ਨਹੀਂ ਤੁਹਾਨੂੰ ਜੀ ਮੈਂ ਸਿਮਰਤਾ ਮੈਂ ਤੇ ਨਿਹਾਲ ਅਸੀਂ ਦੋਨੋਂ ਇੱਕ ਦੂਜੇ ਨੂੰ ਕੈਨੇਡਾ ਤੋਂ ਜਾਣਦੇ ਹਾਂ ਓ ਹਾਂਜੀ ਤੇ ਤੁਸੀਂ ਢੀਂਡਸਾ ਸਾਹਿਬ ਕੋਲ ਤੇ ਨਹੀਂ ਰਹਿੰਦੇ ਹਾਂਜੀ ਹਾਂਜੀ ਉਹੀ ਲੈ ਮੇਰੇ ਸਕੇ ਚਾਚਾ ਹੀ ਨੇ ਉਹ ਤਾਂ ਅੱਛਾ ਹਾਂ ਵਿੱਚ ਜੇ ਬਣਦਾ ਤਾਂ ਮੇਰਾ ਵੀ ਸੀ ਆਉਣ ਦਾ ਕੈਨੇਡਾ ਆਹ ਬਸ ਮੋਟਰ ਵਾਲਾ ਚੱਕਰ ਜਿਹਾ ਪੈ ਗਿਆ ਸਮਰਸੀਬਲ ਲਾਉਣਾ ਸੀ ਨਾ ਆਪਾਂ ਉਹ ਬਸ ਇੱਕ ਸਾਲਾ ਭਈਆ ਕਿਸੇ ਕੰਮ ਦਾ ਨਹੀਂ ਨਿਕਲਿਆ ਅਗਲੇ ਸਾਲ ਪੱਕਾ ਕਿਹੜਾ ਮਾਰੂ ਜਮਾ ਟਰ ਗਿਆ ਬਸ ਹੋਰ ਸੁਣਾਓ ਫਿਰ ਕਿੰਨੇ ਕੁੱਤੇ ਨੇ ਸਾਹ ਘੇਰਿਆ ਓਏ ਤੁਸੀਂ ਨਾ ਸਿਮਰ ਹਾਂ ਆਹ ਕੀ ਹੋਏ ਬਾਹਰਲੇ ਮੁਲਕ ਗਿਆ ਕਦੇ ਉੱਥੇ ਇੱਦਾਂ ਹੀ ਮਿਲਦੇ ਆ ਉਹ ਅੱਛਾ ਜੀ ਫਿਰ ਤਾਂ ਚਾਹੀਦੀ ਜੱਟ ਦਾ 100 ਕਿੱਲਾ ਵਿਕ ਜੇ ਜੱਟ ਜਾਊ ਬਾਹਰ ਹੀ ਹੁਣ ਕਿੱਲੇ ਕਾਕਾ ਜੀ ਆਪਾਂ ਜਾਂਦੇ ਨਹੀਂ ਕਹਿਗੇ ਇੰਨੇ ਹੈ ਨਹੀਂ ਆਪਣੇ ਕੋਲ ਆਓ ਸਿਮਰਤ ਆਪਾਂ ਉੱਧਰ ਗੱਲ ਕਰਦੇ ਹਾਂ ਹਾਂ ਆ ਜਾਓ ਆ ਜੀ ਉਹ ਸਾਲੇ ਉਹ ਬੰਦ ਕਰ ਦਿਆ ਕਰੋ ਕਦੇ ਆ ਦੁਕਾਨ ਜੀ ਉਹ ਆ ਵੀਰੇ ਫਾੜੇ ਨੂੰ ਢੱਕ ਕੇ ਰੱਖ ਆ ਮਿੱਠੂ ਤੇ ਮੰਮੀ ਡੈਡੀ ਦੀ ਫਿਲਮ ਦੇਖਦੇ ਸੀ ਜੀ ਵਿਆਹ ਤੋਂ ਬਾਅਦ ਹੁਣ ਤਾਂ ਮੈਂ ਪੱਕਾ ਹੀ ਸੋਚ ਲਿਆ ਮੈਂ ਕੈਨੇਡਾ ਵਾਪਸ ਨਹੀਂ ਜਾਵਾਂਗੀ ਇੱਥੇ ਹੀ ਰਵਾਂਗੀ ਇਹ ਤਾਂ ਵਧੀਆ ਗੱਲ ਆ ਓਏ ਮੇਰੇ ਕੋਲ ਬੰਦਾ ਹੈਗਾ ਆਪਾਂ ਇਹਦਾ ਪਾਸਪੋਰਟ ਬੁਕਵਾ ਦਿੰਦੇ ਹਾਂ 25 ਲੱਖ 'ਚ ਆਪਾਂ ਨੂੰ ਸਿੱਧਾ ਸਿੱਧਾ 5 ਲੱਖ ਰੁਪਇਆ ਬਚੂ ਊਂ 4 ਲੱਖ ਬਚੂ ਊਂ ਦਾ ਕੀ ਮਤਲਬ 6.5 ਲੱਖ ਰੁਪਇਆ ਤੋਰੇ ਫੇਰੇ ਤੇ ਵੀ ਲੱਗੂ ਸਾਲਾ ਤੋਰੇ ਫੇਰੇ ਦੇ ਪੈਸੇ ਜ਼ਿਆਦਾ ਦੱਸਦਾ ਲੱਗਦਾ ਇੱਥੋਂ ਗੇਮ ਕਮਾਓ ਪਰ ਮੇਰੀ ਇੱਕ ਪ੍ਰੋਬਲਮ ਹੈ ਨਿਹਾਲ ਕੀ ਮੈਨੂੰ ਸਮਝ ਨਹੀਂ ਆਉਂਦੀ ਮੈਂ ਮੰਮੀ ਡੈਡੀ ਨੂੰ ਫੇਸ ਕਿੱਦਾਂ ਕਰਾਂ ਉਹ ਤਾਂ ਇਹੀ ਸਮਝੀ ਬੈਠੇ ਆ ਨਾ ਕਿ ਮੈਂ ਉਹਨਾਂ ਦੇ ਜਵਾਈ ਨਾਲ ਵਾਪਸ ਆ ਰਹੀ ਹਾਂ ਉਹ ਯਾਰ ਸਭ ਕੁਝ ਜਾ ਕੇ ਸੱਚ ਸੱਚ ਦੱਸ ਦੇ ਇਹਦੇ 'ਚ ਕੀ ਗੱਲ ਆ 4 ਦਿਨ ਉਦਾਸ ਰਹਿਣਗੇ ਬਾਅਦ 'ਚ ਠੀਕ ਹੋ ਜਾਣਗੇ ਕਿਉਂ ਹਾਂ ਤਾਂ ਹੀ ਤਾਂ ਏਅਰਪੋਰਟ ਤੋਂ ਸਿੱਧਾ ਤੇਰੇ ਕੋਲ ਆਈ ਹਾਂ ਮੈਂ ਤੂੰ ਚੱਲ ਚੱਲ ਕੇ ਉਹਨਾਂ ਨੂੰ ਮਨਾ ਪਲੀਜ਼ ਜਾ ਕੇ ਉਹਨਾਂ ਨੂੰ ਸਮਝਾ ਪਲੀਜ਼ ਓਏ ਮੈਂ ਸਾਲਿਆ ਸੱਚ ਨਾ ਬੋਲੀ ਤੂੰ ਇੱਕ ਵਾਰੀ 8ਵੀਂ 'ਚ ਸੱਚ ਬੋਲ ਕੇ ਮਿੱਠੂ ਦੇ ਬਸਤੇ 'ਚੋਂ ਗੰਦਾ ਰਸਾਲਾ ਫੜਾਤਾ ਸੀ ਮਾਸਟਰ ਨੂੰ ਸਾਲਿਆ ਮਿੱਠੂ ਉਦੋਂ ਦਾ ਕੋਮਾ 'ਚ ਹੈ ਪਲੀਜ਼ ਨਿਹਾਲ ਮੈਨੂੰ ਤੇਰੇ ਟੈਲੈਂਟ 'ਤੇ ਪੂਰਾ ਯਕੀਨ ਹੈ ਨਾਲੇ ਤੂੰ ਆਪੇ ਤਾਂ ਕਹਿੰਦਾ ਸੀ ਨਿਹਾਲ ਜਿੱਥੇ ਜਾਂਦਾ ਹੈ ਸਾਰਿਆਂ ਨੂੰ ਨਿਹਾਲ ਕਰ ਦਿੰਦਾ ਹੈ ਨਿਹਾਲ ਚੱਲ ਨਾ ਪਲੀਜ਼ ਨਹੀਂ ਸਾਲਿਆ ਝੂਠ ਬੋਲੀ ਪਲੀਜ਼ ਨਿਹਾਲ ਪਲੀਜ਼ ਝੂਠ 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 ਮੈਨੂੰ ਲੱਗਦਾ ਕੁੜੀ ਦੇ ਅੱਗੇ ਪੰਚਾਇਤ ਹਲਕੀ ਪੈ ਰਹੀ ਹੈ ਭਰੇ ਹਟੋਏ ਸਾਲਿਆ ਝੂਠ ਸਾਲਿਆ ਬਰਵਾਏਗਾ ਸਾਨੂੰ ਝੂਠ ਬੋਲ ਸਾਲਿਓ ਰੈਕ ਹੀ ਮੰਗ ਲਈ ਸਰਪੰਚੇ ਬਣ ਗਏ ਹੈ ਚਲੋ ਇਹ ਤਾਂ ਐਵੇਂ ਬਕਵਾਸ ਕਰਦੇ ਆ ਆਈ ਡੋਂਟ ਲਾਈਕ ਦੈਮ ਅਨਐਜੂਕੇਟਡ ਪੀਪਲ ਅਨਪੜ੍ਹ ਪੰਚਾਇਤ ਲੈ ਸਾਲਾ ਬੜੀ ਛੇਤੀ ਪੰਪ ਚਾਉਂਦਾ ਔਰ ਜਦੋਂ ਵੀ ਪੰਪ ਚ ਆਇਆ ਸਾਲੇ ਨੇ ਜੁੱਤੀਆਂ ਖਾਧੀਆਂ ਨੇ ਨਾਲੇ ਸਾਡੇ ਪਾਊਗਾ ਚਲੋ ਜੀ ਇਸੇ ਸਿਲਸਿਲੇ ਦੇ ਵਿੱਚ ਮੋਟਰ ਤੇ ਸੱਦਣ ਦੀਆਂ ਛੁੱਟੀਆਂ ਨੇ ਉਹ ਬਿੱਟੂ ਆਪਣੇ ਮੰਮੀ ਪਾਪਾ ਦੀ ਵਿਆਹ ਵਾਲੀ ਸਿੱਧੀ ਚੱਕ ਲੈ ਜੀ ਠੀਕ ਹੈ ਉਹ ਤੇਰੇ ਕੰਨ ਤੇ ਪੈਣੀ ਹੈ ਕਿਉਂ ਮੇਰੀ ਵਾਰੀ ਹੈ ਮੇਰੀ ਵਾਰੀ ਸੀ ਦੋ ਬੰਟੇ ਮੈਨੂੰ ਦੇ ਨਿਹਾਲ ਮੈਂ ਬਹੁਤ ਨਰਵਸ ਹੋ ਰਹੀ ਹਾਂ ਮੈਂ ਲਾ ਦੂੰਗੀ ਮੈਨੂੰ ਸਮਝ ਨਹੀਂ ਆਉਂਦੀ ਮੈਂ ਖਰਚੇ ਨੂੰ ਕਿੱਦਾਂ ਫੇਸ ਕਰਾਂ ਉਹ ਯਾਰ ਆਪਣਾ ਆਪ ਦਾ ਘਰ ਆ ਡਰਨ ਵਾਲੀ ਕੀ ਗੱਲ ਆ ਉਹ ਸਿਮਰਤ ਦੀਦੀ ਆ ਗਏ ਸਿਮਰਤ ਦੀਦੀ ਆ ਗਏ ਆ ਇੰਨੇ ਨਿਆਣੇ ਤੁਹਾਡੇ ਨੇ ਸਿਮਰਤ ਦੀਦੀ ਆ ਗਏ ਸਿਮਰਤ ਦੀਦੀ ਆ ਗਏ ਸਿਮਰਤ ਦੀਦੀ ਆ ਗਏ ਸਿਮਰਤ ਦੀਦੀ ਆ ਗਏ ਓਏ ਹੋਏ 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 ਮੰਮੀ ਜੀ ਤਾਂ ਇਮੋਸ਼ਨਲ ਹੋ ਗਏ ਪਾਪਾ ਜੀ ਕਿੱਥੇ ਨੇ ਕੀ ਦੇਖਦਾ ਕਿੱਧਰ ਮੂੰਹ ਚ ਕਿਆ ਹੈ ਆ ਕੀ ਆ ਅੱਪੜਾ ਇਹੀ ਮਾਰੂ ਸਾਲੇ ਦੇ ਸਾਲਾ ਜੀਜਾ ਜੀ ਜੀਜਾ ਜੀ ਆ ਗਿਆ ਜੀਜਾ ਜੀ ਕਿਹੜਾ ਜੀਜਾ ਜੀ ਤੁਸੀਂ ਹੈ ਬਾਏ
ਇਹ ਕੌਣ ਹੈ? ਪਾਪਾ, ਮੈਨੂੰ ਤੇਥੋਂ ਆ ਉਮੀਦ ਨਹੀਂ ਸੀ। ਆ ਸਾਰਾ ਕੁਝ ਕਰਨ ਤੋਂ ਪਹਿਲਾਂ ਤੂੰ ਆਪਣੇ ਪਾਪਾ ਤੋਂ ਇਜਾਜ਼ਤ ਲੈਣ ਦੀ ਲੋੜ ਹੀ ਨਹੀਂ ਸਮਝੀ? ਗੁੱਸੇ 'ਚ ਲੱਗਦੇ ਆ, ਤੇਰੇ ਪਾਪੇ ਕੋਲ ਪਿਸਤੌਲ ਪਿਸਤੂਲ ਤਾਂ ਨਹੀਂ? ਓਏ ਕਾਕਾ, ਇਹ ਤਾਂ ਚੱਲ ਜਵਾਕੜੀ ਸੀ, ਪਰ ਤੈਨੂੰ ਤਾਂ ਸਮਝ ਤੋਂ ਕੰਮ ਲੈਣਾ ਚਾਹੀਦਾ ਸੀ। ਤੁਸੀਂ ਗਲਤ ਸਮਝ ਰਹੇ ਹੋ ਜੀ, ਮੈਂ ਸਮਝਾਉਣਾ ਤੁਹਾਨੂੰ ਸਾਰੀ ਗੱਲ। ਸਮਝਣ ਸਮਝਾਉਣ ਵਾਲੀ ਕਿਹੜੀ ਗੱਲ ਇਹਦੇ 'ਚ? ਮੈਂ ਜਾਣਦਾ ਵੀ ਬਾਹਰ ਜਾ ਕੇ ਬੰਦੇ ਦੇ ਰੁਝੇਵੇਂ ਵੱਧ ਜਾਂਦੇ ਨੇ, ਪਰ ਘੱਟੋ ਘੱਟ ਇੱਕ ਫੋਨ ਤਾਂ ਕਰਨਾ ਬਣਦਾ ਸੀ ਤੁਹਾਡਾ। ਦੇਖ, ਜਵਾਈ ਪੁੱਤਾਂ ਵਰਗੇ ਹੁੰਦੇ ਨੇ, ਘੱਟੋ ਘੱਟ ਤੂੰ ਹੀ ਆਪਣਾ ਫਰਜ਼ ਨਿਭਾ ਦਿੰਦਾ। ਪਰ ਪਾਪਾ, ਇੱਦਾਂ ਦੀ ਗੱਲ ਨਹੀਂ ਹੈ ਜੀ, ਇੰਨਾ ਗੁੱਸਾ ਨਹੀਂ ਖਾਈਦਾ ਹੁੰਦਾ, ਕਦੇ ਨੂੰਹਾਂ ਨਾਲੋਂ ਵੀ ਮਾਂ ਸੱਡ ਹੋਇਆ। ਚਲੋ ਪਾਓ ਜਫੀ। ਓਏ, ਮੇਰੀਆਂ ਤਾਂ ਅੱਖਾਂ ਤਰਸੀਆਂ ਪਈਆਂ ਸੀ ਇਹਨਾਂ ਨੂੰ ਦੇਖਣ ਲਈ। ਓ ਮੇਰਾ ਜਵਾਈ ਪੁੱਤ, ਸੌ ਰੱਬ ਦੀ ਤੂੰ ਬਹੁਤ ਸੋਹਣਾ ਲੱਗਦਾ ਮੈਨੂੰ। ਜਸਨੀਤ, ਜਸਨੀਤ ਪੁੱਤ, ਮਾੜੀ ਜੀ ਗੱਲ ਸੁਣੀ ਮੇਰੀ। ਜੀ ਬੇਬੇ। ਬੇਬੇ, ਆ ਕੀ ਹੈ? ਇਹ ਪੁੱਤ ਆਪਣੀਆਂ ਖਾਨਦਾਨੀ ਚੂੜੀਆਂ ਨੇ। ਮਤਲਬ? ਮਤਲਬ ਇਹ ਕਿ ਜਦੋਂ ਨਿਹਾਲ ਦੀ ਦਾਦੀ ਇਸ ਘਰ 'ਚ ਵਿਆਹੀ ਆਈ ਸੀ ਨਾ, ਤਾਂ ਨਿਹਾਲ ਦੀ ਪੜਦਾਦੀ ਨੇ ਉਹਨੂੰ ਦਿੱਤੀਆਂ। ਜਦੋਂ ਮੈਂ ਇਸ ਘਰ 'ਚ ਵਿਆਹ ਕੇ ਆਈ, ਤਾਂ ਨਿਹਾਲ ਦੀ ਦਾਦੀ ਨੇ ਮੈਨੂੰ ਦਿੱਤੀਆਂ। ਹੁਣ ਮੈਂ ਤੈਨੂੰ ਦੇਣਾ ਚਾਹੁੰਦੀ ਹਾਂ। ਪਰ ਤੁਸੀਂ ਆਪਣੀ ਖਾਨਦਾਨੀ ਚੂੜੀਆਂ ਮੈਨੂੰ ਕਿਉਂ ਗਿਫਟ ਕਰਨਾ ਚਾਹੁੰਦੇ? ਬੇਟਾ, ਗਿਫਟ? ਤੂੰ ਤਾਂ ਸਾਡੀ ਨੂੰਹ ਬਣਨ ਵਾਲੀ ਆ, ਤੈਨੂੰ ਹੀ ਦੇਣੀਆਂ। ਤੂੰ ਅੱਗੇ ਆਪਦੀ ਨੂੰਹ ਨੂੰ ਦੇ ਦੀ। ਮੈਂ ਕੁਝ ਸਮਝੀ ਨਹੀਂ। ਬੇਟਾ, ਤੁਸੀਂ ਬਾਹਰਲੇ ਜੰਮੇ ਪਲੇ ਬੱਚੇ ਆ, ਤੁਹਾਨੂੰ ਇੱਥੇ ਦੇ ਰੀਤੀ ਰਿਵਾਜਾਂ ਦੀ ਕੀ ਸਮਝ? ਮੈਂ ਤਾਂ ਚਾਹੁੰਦੀ ਆ ਕਿ ਤੂੰ ਤੇ ਨਿਹਾਲ ਵਿਆਹ ਕਰਾ ਲਓ। ਕੀ? ਮੈਂ ਤੇ ਨਿਹਾਲ ਵਿਆਹ? ਦੇਖੋ ਬੇਟਾ, ਇਹ ਤੁਹਾਡਾ ਅਮਰੀਕਾ ਕੈਨੇਡਾ ਨਹੀਂ ਆ, ਜਿੱਥੇ ਮੁੰਡਾ ਕੁੜੀ ਵਿਆਹ ਕਰਾਏ ਬਿਨਾ ਇਕੱਠੇ ਰਹਿ ਲੈਣਗੇ। ਇੱਥੇ ਤਾਂ ਵਿਆਹ ਕਰਾਉਣਾ ਹੀ ਪੈਂਦਾ। ਇਹਦਾ ਮਤਲਬ ਨਿਹਾਲ ਮੈਨੂੰ ਇੱਥੇ ਝੂਠ ਬੋਲ ਕੇ ਲੈ ਕੇ ਆਇਆ ਕਿ ਮੇਰੀ ਜਾਨ ਨੂੰ ਖਤਰਾ ਹੈ? ਇੱਥੇ ਤਾਂ ਮੇਰੇ ਪੂਰੇ ਖਾਨਦਾਨ ਨੂੰ ਖਤਰਾ ਹੈ। ਕੀ ਗੱਲ ਬੇਟਾ, ਚੁੱਪੀ ਹੋ ਗਈ? ਪੰਜਾਬੀ ਕੁੜੀ ਜਿੱਥੇ ਮਰਜ਼ੀ ਰਹਿ ਲੈ, ਸੰਗ ਉਹਦੇ ਨਾਲ ਹੀ ਰਹਿੰਦੀ ਆ। ਕਿੰਨੀ ਸਾਊ ਕੁੜੀ ਆ! ਸੱਚੇ ਪਾਤਸ਼ਾਹ, ਤੇਰਾ ਲੱਖ ਲੱਖ ਸ਼ੁਕਰ। ਮੇਰੇ ਨਾਲ ਤਾਂ ਚੀਟਿੰਗ ਕੀਤੀ ਹੈ, ਹੁਣ ਮੈਨੂੰ ਸਮਝ ਆਇਆ why everybody was calling me new bloody cheat nihal I don't want to see your face where am I going airport kithe I don't want to see your face nihal jasneet eh te hi gaddi hai ਸਾਡਾ ਪਿੰਡ ਹੀ ਝੂਠਿਆਂ ਦਾ, ਸਰਪੰਚ ਤੋਂ ਲੈ ਕੇ ਕੋਦੂ ਤੱਕ ਸਾਰੇ ਝੂਠੇ ਆ, ਜਿਹੇ ਜੀ ਕੋਕੋ ਉਹੋ ਜਿਹੇ ਕੋਕੋ ਦੇ ਬੱਚੇ। ਸਾਡਾ ਤਾਂ ਪਿੰਡ ਫਸਟ ਹੀ ਝੂਠ ਚਾਹੁੰਦਾ। ਯੂ ਮੀਨ ਦਿਸ ਹੋਲ ਬਲੱਡੀ ਵਿਲੇਜ ਆਫ ਯੋਰਸ ਇਜ਼ ਫੁੱਲ ਆਫ ਲਾਇਅਰਸ? ਹਾਂਜੀ। ਗੱਜ ਬਲੱਡੀ ਵਿਲੇਜਰਸ! ਕਮਾਲ ਹੈ, ਤੁਸੀਂ ਬਾਹਰਲੇ ਪੜ੍ਹੇ ਲਿਖੇ ਕਿੰਨੇ ਹੁੰਦੇ ਹੋ, ਮਿੰਟ 'ਚ ਸਾਰੀ ਗੱਲ ਸਮਝ ਲੈਂਦੇ ਹੋ। ਚੱਲ ਓਏ ਉੱਤੇ, ਤੂੰ ਸਾਲੇ ਦਾ ਲੱਗਦਾ। ਨਾਂ ਕੀ ਹੈ ਤੇਰਾ? ਸ਼ਨੀ। ਵਾਕਿਆ ਹੀ ਸ਼ਨੀ ਆ ਸਾਲਿਆ, ਤੂੰ ਤੇਰੀ ਪੱਤਰੀ ਵੀ ਭੂਸ਼ਣ ਪੰਡਤ ਨੂੰ ਦਿਖਾਉਣੀ ਪੈਣੀ ਆ। ਨਾਲੇ ਗੱਲ ਸੁਣੋ ਮੇਰੀ, ਮੈਥੋਂ ਬਚ ਕੇ ਰਹੀ, ਬੜਾ ਕੱਬਾ ਸੁਭਾਅ ਹੈ ਮੇਰਾ। ਤਾਰੀ! ਓ ਨਿਹਾਲ! ਹਾਂ ਤਾਰੀ! ਓ ਸਾਲਿਆ, ਤੇਰਾ ਤਾਂ ਬੇੜਾ ਹੀ ਬਹਿ ਗਿਆ। ਓਏ ਕੀ ਹੋਇਆ? ਝੂਠਾ ਬੰਦਾ ਇਸ ਦੁਨੀਆਂ ਤੇ ਹੈ ਹੀ ਨਹੀਂ। ਆਹੋ,
ਉਹ ਖੜ ਜਾ ਖੜ ਜਾ ਖੜ ਜਾ ਖੜ ਜਾ ਖੜ ਜਾ ਉਹ ਇੱਥੇ ਕਿੱਥੇ ਬੈਠੀਆਂ ਜਸਨੀਤ ਚੱਕ ਸਮਾਨ ਘਰੇ ਚੱਲੀਏ ਮੈਂ ਕਿਸੇ ਝੂਠੇ ਦੇ ਘਰ ਨਹੀਂ ਰਹਿੰਦਾ ਝੂਠਾ ਉਹ ਤਾਰੀ ਬੈਠਾ ਬੈਠਾ ਆਪਣੇ ਲੈਪਟਾਪ ਤੇ ਮਰ ਜੇ ਸਾਲੇ ਦਾ ਮਰੇ ਦਾ ਪ੍ਰਿੰਟ ਆਊਟ ਨਿਕਲੇ ਜੇ ਮੈਂ ਕਦੇ ਝੂਠ ਬੋਲਿਆ ਬਈ ਯਾਰ ਫੇਰ ਤੇਰੀ ਬੇਬੇ ਨੇ ਮੈਨੂੰ ਵਾਈ ਦੇ ਚੀਸੇ ਕਿ ਬਈ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਨੇ ਹਰ ਪਰਿਆਵਰਗੀ ਨੂੰ ਲੈ ਕੇ ਆਏਗਾ ਯਾਰ ਤੈਨੂੰ ਮੈਂ ਕੀ ਦੱਸਾਂ ਆਪਣੀ ਜ਼ਿੰਦਗੀ ਦੀ ਸਟੋਰੀ ਮੈਂ ਇੱਕ ਕੁੜੀ ਨੂੰ ਪਿਆਰ ਕਰਦਾ ਸੀ ਜਿਹਦਾ ਨਾਂ ਸੀ ਸਿਮਰਤ ਉਹ ਮੈਨੂੰ ਛੱਡ ਕੇ ਕੈਨੇਡਾ ਚਲੀ ਗਈ ਬੇਬੇ ਦੇ ਕਹਿਣ 'ਤੇ ਉਹਦੇ ਪਿੱਛੇ ਮੈਂ ਕੈਨੇਡਾ ਚਲੇ ਗਿਆ ਉੱਥੇ ਜਾ ਕੇ ਮੈਨੂੰ ਉਹ ਤਾਂ ਮਿਲੀ ਨਹੀਂ ਗਈ ਤੇਰੀ ਬਾਡੀਗਾਰਡ ਦੀ ਨੌਕਰੀ ਮਿਲ ਗਈ ਹੁਣ ਤੈਨੂੰ ਲੈ ਕੇ ਮੈਂ ਪੰਜਾਬ ਆ ਗਿਆ ਬੇਬੇ ਨੂੰ ਲੱਗਿਆ ਮੈਂ ਉਸ ਕੁੜੀ ਨੂੰ ਲੈ ਕੇ ਆ ਗਿਆ ਜਿਹਦੇ ਪਿੱਛੇ ਮੈਂ ਕੈਨੇਡਾ ਗਿਆ ਸੀ ਉਹ ਤੈਨੂੰ ਆਪਣੀ ਨੂੰਹ ਸਮਝ ਬੈਠੀ ਫਿਰ ਮੈਂ ਕੀ ਕਰਾਂ ਤੇਰੀ ਪ੍ਰੋਬਲਮ ਤੂੰ ਆਪ ਸਾਂਭ ਐਡਜਸਟ ਕਰ ਯਾਰ ਮੈਂ ਨਹੀਂ ਕਰਨਾ ਐਡਜਸਟ ਪਹਿਲੇ ਸੋਚਣਾ ਚਾਹੀਦਾ ਸੀ ਨਾ ਇਹ ਸਭ ਕੁਝ ਮੈਂ ਜ਼ਿਆਦਾ ਦਿਨਾਂ ਲਈ ਨਹੀਂ ਕਹਿ ਰਿਹਾ 2-4 ਦਿਨ ਲਈ ਮੈਂ ਨਹੀਂ ਕਰਨਾ ਐਡਜਸਟ ਤੂੰ ਜਾ ਇੱਥੋਂ ਮੇਰੀ ਗੱਲ ਤਾਂ ਸੁਣ ਕੋਈ ਫਾਇਦਾ ਨਹੀਂ ਆਈ ਸੈਡ ਜਸਟ ਗੋ ਟ੍ਰਾਈ ਟੂ ਅੰਡਰਸਟੈਂਡ ਆਈ ਸੈਡ ਜਸਟ ਗੋ ਯਾਰ ਦੇਖ ਲੈ ਇੱਕ ਮੈਂ ਕਿ ਜਾ ਇੱਥੋਂ ਦੇਖ ਲੈ ਇੱਕ ਵਾਰੀ ਜਸਟ ਗੈਟ ਲੋਸ ਗੋ ਅਵੇ ਹੈਲੋ ਚਲੋ ਵੀਰ ਜੀ ਬਾਈ ਪੁੱਛ ਲੈ ਇੱਕ ਵਾਰੀ ਹੋਰ ਸ਼ਾਇਦ ਮੰਨ ਹੀ ਜਾਏ ਤੂੰ ਪੁੱਛ ਲੈ ਚੱਲ ਸਾਲੇ ਚੌਧਰੀ ਬਣ ਜਾਂਦੇ ਨੇ ਬੇਬੇ ਸਤਨਾਮ ਵਾਹਿਗੁਰੂ ਹਾਂ ਪੁੱਤ ਬੋਲ ਬੇਬੇ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਸੀ ਕੀ ਗੱਲ ਕਰਨੀ ਹੈ ਪੁੱਤ ਬੇਬੇ ਮੈਂ ਸੋਚਦਾ ਵੀ ਐਤਕੀ ਤੈਨੂੰ ਪੌਂਟਾ ਸਾਹਿਬ ਮੱਥਾ ਟਕਾ ਕੇ ਲਿਆਵਾਂ ਲੈ ਇਹ ਤਾਂ ਤੂੰ ਬਾਹਲਾ ਹੀ ਚੰਗਾ ਸੋਚਿਆ ਪੁੱਤ ਮਾੜੇ ਜਿਹੇ ਦਿਨ ਖੁੱਲ ਲੈਣ ਦੇ ਫਿਰ ਆਪਾਂ ਚੱਲਦੇ ਹਾਂ ਨਾਲੇ ਜਸਨੀਤ ਨੂੰ ਵੀ ਮੱਥਾ ਟਕਾ ਲਿਆਵਾਂਗੇ ਬੇਬੇ ਮੈਂ ਐਕਚੁਅਲੀ ਮੈਂ ਉਹੀ ਗੱਲ ਤੇਰੇ ਨਾਲ ਕਰਨੀ ਸੀ ਦੱਸ ਆਪਾਂ ਨੂੰ ਪਿੰਡ ਛੱਡਣਾ ਪੈਣਾ ਬੇਬੇ ਕਿਉਂ ਪਿੰਡ ਛੱਡ ਕੇ ਕਿੱਥੇ ਜਾਣਾ ਚੰਡੀਗੜ੍ਹ ਚੱਲਦੇ ਹਾਂ ਬੇਬੇ ਉੱਥੇ ਬੇਬੇ ਨਾਲੇ ਕਿੰਨੀਆਂ ਸਹੂਲਤਾਂ ਨੇ ਰੋਜ਼ ਗਾਰਡਨ 17 ਸੈਕਟਰ PGI ਕੋਲ ਆ ਨਾਲੇ ਬੇਬੇ ਨਾਢਾ ਸਾਹਿਬ ਵੀ ਆ ਉੱਥੇ ਸ਼ਾਮ ਸਵੇਰੇ ਮੱਥਾ ਟੇਕ ਲਿਆ ਆਹੋ ਹੁਣ ਤੇਰੀ ਕੈਨੇਡਾ ਵਾਲੀ ਵੋਟੀ ਜਿਉਂ ਆ ਗਈ ਹੁਣ ਤੇਰਾ ਪਿੰਡਾਂ 'ਚ ਕਿਵੇਂ ਜੀ ਲੱਗਣਾ ਬੇਬੇ ਉਹੀ ਤਾਂ ਮੈਂ ਗੱਲ ਕਰਨੀ ਸੀ ਕਿ ਵੀ ਜਿਹੜੀ ਕੈਨੇਡਾ ਵਾਲੀ ਆ ਨਾ ਉਹ ਐਕਚੁਅਲੀ ਥੈਂਕ ਯੂ ਉਹ ਨਾ ਸਤਿ ਸ਼੍ਰੀ ਅਕਾਲ ਜੀ ਪੁੱਤ ਤੂੰ ਕੀ ਕਹਿੰਦਾ ਸੀ ਕੈਨੇਡਾ ਵਾਲੀ ਬਾਰੇ ਆਹੀ ਬੇਬੇ ਵੀ ਆ ਕੈਨੇਡਾ ਵਾਲੀ ਨਾ ਚਾਹ ਬਹੁਤ ਸਵਾਦ ਬਣਾਉਂਦੀ ਆ ਭੂਤਾਂ ਹੀ ਕੱਢ ਦਿੰਦੀ ਆ ਚਾਹ ਦੀਆਂ ਤਾਂ ਬੇਬੇ ਲੈ ਅੱਛਾ ਤੂੰ ਮੈਨੂੰ ਇਹ ਦੱਸ ਨਿਹਾਲ ਤੂੰ ਸੱਚੀ ਚੰਡੀਗੜ੍ਹ ਕੋਠੀ ਪਾਏਗਾ ਉਹ ਮੈਂ ਤਾਂ ਹੱਸਦਾ ਬੇਬੇ ਚੰਡੀਗੜ੍ਹ ਕੀ ਨੇ ਜਾਣਾ ਹਾਰਨ ਵੱਜਦੇ ਰਹਿੰਦੇ ਆ ਟੈਂ ਟੈਂ ਪੈਂ ਪੈਂ ਪਿੰਡਾਂ 'ਚ ਤਾਂ ਬਹਾਰ ਆ ਬੇਬੇ ਨਾਲੇ ਅੱਜ ਕੱਲ੍ਹ ਤਾਂ ਫੁੱਲ ਵੀ ਬੜੇ ਸੋਹਣੇ ਸੋਹਣੇ ਖਿੜਦੇ ਆ ਰੂਪ ਡੋਂਟ ਵਰੀ ਆਮ ਫਾਈਨ ਹੇ ਆਲ ਬੀ ਸੇਫ ਰੀਅਲੀ ਇਟਸ ਜਸਟ ਅ ਮੈਟਰ ਆਫ ਅ ਫਿਊ ਡੇਜ਼ ਆਈ ਮਿਸ ਯੂ ਟੂ ਬਾਏ ਜਸਨੀਤ ਮੈਂ ਆਪਣੀ ਜਾਨ ਵਾਰ ਕੇ ਵੀ ਤੇਰਾ ਕਰਜ਼ਾ ਨਹੀਂ ਉਤਾਰ ਸਕਦਾ ਅੱਛਾ ਜੇ ਮੈਂ ਨਾਭੇ ਦਾ ਮਹਾਰਾਜਾ ਹੁੰਦਾ ਨਾ ਤਾਂ ਤੈਨੂੰ ਆਪਣੇ ਕੀਮਤੀ ਮੋਤੀਆਂ ਦਾ ਹਾਰ ਭੇਂਟ ਕਰਦਾ ਪਰ ਹੁਣ ਤਾਂ ਜੱਟ ਕੋਲ ਸਿਰਫ ਇੱਕ ਜੱਫੀ ਹੈ ਉਹ ਤੇਰੇ ਮੈਨੂੰ ਲੱਗਦਾ ਮੇਚ ਨਹੀਂ ਆਉਣੀ ਜ਼ਿਆਦਾ ਡਰਾਮੇ ਨਾ ਕਰ ਤੂੰ ਤਾਂ ਨਿਹਰਾ ਝੂਠਾ ਹੈ ਥੈਂਕ ਯੂ ਪਰ ਮੈਂ ਪਿਆਰ ਕਰਨ ਵਾਲਿਆਂ ਦੀ ਰਿਸਪੈਕਟ ਕਰਦੀ ਹਾਂ ਰਿਸਪੈਕਟ ਕਰੀ ਜਾਈ ਪਿਆਰ ਨਾ ਕਰੀ ਇਹਦੇ 'ਚ ਮੇਰਾ ਕੀ ਕਸੂਰ ਹੈ ਜੇ ਮੈਨੂੰ ਮੇਰਾ ਪਿਆਰ ਨਹੀਂ ਮਿਲਿਆ ਉਹਦਾ ਤਾਂ ਮੈਨੂੰ ਵੀ ਬਹੁਤ ਅਫਸੋਸ ਹੈ ਕਿ ਤੈਨੂੰ ਤੇਰਾ ਪਿਆਰ ਨਹੀਂ ਮਿਲਿਆ ਸੱਚੀ ਪਿਆਰ ਤਾਂ ਤੇਰੇ ਵਰਗੇ ਕਰਮ ਵਾਲਿਆਂ ਨੂੰ ਮਿਲਦਾ ਜਸਨੀਤ ਇਹ ਤਾਂ ਹੈ ਆਈ ਫੀਲ ਸੋ ਲੱਕੀ ਰੂਪ ਮੈਨੂੰ ਇੰਨਾ ਪਿਆਰ ਕਰਦਾ ਤੇ ਮੈਂ ਵੀ ਉਹਨੂੰ ਓ ਗੋਡ ਆਈ ਕਾਂਟ ਵੇਟ ਟੂ ਸੀ ਹਿਮ ਖੁਸ਼ ਰਹੋ ਆਬਾਦ ਰਹੋ ਜਹਾਂ ਵੀ ਰਹੋ ਆਪਣੇ ਸੱਜਣ ਸਿਉਂ ਕੇ ਪਾਸ ਰਹੋ ਚੱਲ ਚੱਲ ਹੁਣ ਡਰਾਮੇ ਨਾ ਕਰ ਆਪਣੀ ਤਾਂ ਸਾਰੀ ਜ਼ਿੰਦਗੀ ਡਰਾਮੇ 'ਚ ਲੰਘੀ ਆ ਮਿਸਟਰ ਡਰਾਮੇਬਾਜ਼ ਮੈਂ ਜੋ ਕੁਛ ਵੀ ਕਰ ਰਹੀ ਹਾਂ ਬੇਬੇ ਲਈ ਕਰ ਰਹੀ ਹਾਂ ਕਿਉਂਕਿ ਮੈਂ ਉਹਨਾਂ ਨੂੰ ਉਦਾਸ ਨਹੀਂ ਦੇਖ ਸਕਦੀ ਬੇਬੇ ਦਾ ਖਿਆਲ ਰੱਖੀ ਜਾਈ ਬੇਬੇ ਦਾ ਪੁੱਤ ਭਾਵੇਂ ਸਲਫਾਸ ਪੀ ਕੇ ਮਰ ਜੇ ਹੋ ਡਰਾਈਵਰ ਨੂੰ ਰੋਹੜ ਤੇ ਜੱਟ ਨੂੰ ਹੋੜ ਪਿਆਰ ਜਾਨਾਂ ਤੋਂ ਇਹ ਸੇਫ ਤਾਂ ਹੁੰਦਾ
ਭਗਵਾਨ ਸੇਵ ਕਿੱਦਾਂ ਦੀਆਂ ਗੱਲਾਂ ਕਰਦੀਆਂ ਸਾਡੀਆਂ ਬੁੜੀਆਂ ਤਿੰਨ ਤਿੰਨ ਨਿਆਣੇ ਟਰੈਕਟਰ ਤੇ ਬਿਠਾ ਕੇ ਸਵਾਟਰ ਬੁਣ ਦਿੰਦੀਆਂ ਨਾਲੇ ਉਹਨਾਂ ਦਾ ਗੋਲਾ ਵੀ ਕੱਚ ਚ ਫਸਾਇਆ ਹੁੰਦਾ ਉਹਨਾਂ ਨੂੰ ਤਾਂ ਕਦੇ ਲੱਗਿਆ ਨੀ ਅਨੁਨ ਸੇਫ ਉਹ ਐ ਨੀ ਡਿੱਗ ਜਾਂਦਾ ਜਸਨੀਤ ਕੌਰੇ ਟੈਂਸ਼ਨ ਨਾ ਲੈ ਇਹ ਤਾਂ ਬੀ ਐਮ ਡਬਲਿਊ ਤੋਂ ਵੱਧ ਸੇਫ ਆ ਹਾਂ ਅੱਛਾ ਫਾਈਨਲੀ ਸੇਫ ਲੈਂਡਿੰਗ ਹੈ ਕਿੰਨੀ ਮਿੱਟੀ ਮੈਂ ਕੱਪੜੇ ਚੇਂਜ ਕਰਕੇ ਆਉਂਦੀ ਹਾਂ ਕੱਪੜੇ ਚੇਂਜ ਕਰੀ ਜਾਈ ਮਾਇੰਡ ਨਾ ਚੇਂਜ ਕਰੀ ਨਿਹਾਲ ਪੁੱਤ ਗੱਲ ਸੁਣ ਜੀ ਕਸ਼ਮੀਰੋ ਦੀ ਮੱਝ ਮਰ ਗਈ ਮੈਂ ਚੱਲੀ ਆ ਅਫਸੋਸ ਕਰਨ ਅੱਜ ਚਾਚੀ ਅਲੀ ਫੇਰ ਚੱਲੀ ਰੱਬ ਮਿਹਰ ਕਰੇ ਕੀ ਕਿਹਾ ਮੈਂ ਕਿਹਾ ਰੱਬ ਮਿਹਰ ਕਰੇ ਮੱਝ ਦੀ ਰੂਹ ਦੇ ਉੱਤੇ ਉਹਨੂੰ ਆਪਣੇ ਚਰਨਾਂ ਚ ਥਾਂ ਦੇਵੇ ਜਾ ਤੂੰ ਬੇਬੇ ਫਿਰ ਇੱਕ ਕੰਮ ਕਰੀ ਜਸਨੀਤ ਨੂੰ ਕਹੀ ਉਹ ਜਿਹੜੇ ਕੱਪੜੇ ਦੀਵਾਨ ਤੇ ਪਏ ਆ ਨਾ ਉਹ ਸਾਰੇ ਧੋ ਦੇ ਅੱਛਾ ਕੱਪੜੇ ਧੋਣੇ ਆ ਬੇਬੇ ਮੇਰਾ ਮਤਲਬ ਕੱਪੜੇ ਧੋਣੇ ਆ ਜਾਂ ਸੁਕਾਉਣੇ ਵੀ ਆ ਮਸ਼ੀਨ ਚ ਪਾ ਦਾਂਗੇ ਨਾਲ ਦੀ ਨਾਲ ਸੁਕਾ ਵੀ ਦਊ ਪੁੱਤ ਮਸ਼ੀਨ ਚ ਆਪਾਂ ਕਿਵੇਂ ਪਾ ਦਾਂਗੇ ਉਹ ਤਾਂ ਇੰਨੇ ਦਿਨਾਂ ਤੋਂ ਖਰਾਬ ਪਈ ਆ ਬੇਬੇ ਮੈਨੂੰ ਲੱਗਦਾ ਸਰਫ ਵੀ ਮੁੱਕਿਆ ਹੋਣਾ ਆਪਾਂ ਕੱਲ ਨੂੰ ਧੋਲਾਂਗੇ ਨਾ ਪੁੱਤ ਸਾਰਾ ਕੁਛ ਹੈਗਾ ਚੰਗਾ ਮੈਂ ਚੱਲਦੀ ਆ ਓ ਰੱਬਾ ਦੇ ਮੈਨੂੰ ਥਾਪੀ ਬਸ ਮੈਂ ਅੱਜ ਥਾਪੀ ਪਰੇਡ ਕਰਨ ਜੋਗਾ ਹੋ ਜਾਂ ਸਾਲੇ ਕੱਪੜੇ ਧੋਣੇ ਕਿਹੜਾ ਸੌਖੇ ਪਏ ਆ ਸਭ ਸਾਲੇ ਝੂਠੇ ਆ ਕੇ ਦੁੱਧ ਜੀ ਸਫੇਦੀ ਬਿਨਾ ਮਲੇ ਹੈ ਆ ਗਈ ਮੇਰਾ ਮਜ਼ਾਕ ਉਡਾਉਣ ਨੂੰ ਤੂੰ ਕੱਪੜੇ ਧੋ ਰਿਹਾ ਨਹੀਂ ਕੱਪੜੇ ਬੇਹੋਸ਼ ਹੋ ਗਏ ਸੀਗੇ ਜੀ ਪਾਣੀ ਚ ਡਿੱਬੋ ਡਿੱਬੋ ਇਹਨਾਂ ਨੂੰ ਹੋਸ਼ ਚ ਲਿਆ ਰਿਹਾ ਜੀ ਤੂੰ ਤਾਂ ਚੇਂਜ ਕਰਨ ਗਈ ਸੀ ਨਾਲੇ ਮੈਂ ਮਾਈਂਡ ਚੇਂਜ ਕਰ ਲਿਆ ਸਾਡੀ ਵਾਰੀ ਨਾ ਕਰੀ ਕਦੇ ਕੁਛ ਨਹੀਂ ਅੱਛਾ ਸੁਣ ਮੈਂ ਤੇਰੀ ਹੈਲਪ ਕਰਾ ਦਾਂ ਕਰਾ ਸਕਦੀ ਹਾਂ ਬਿਲਕੁਲ ਕਰਾ ਸਕਦੀ ਹਾਂ ਪਿੱਕ ਮੋਗਰੀ ਥਾਪੀ I mean this bat. Oh, this yes, bat. Yes, now hit that kapda. Marna mera chagga tu. You said hit it. Rehne de tu. Eh kar, ab paani di pipe chak. Mainu dassi chal, vi daag kithe kithe aa. Daag ta tere muh te vi bahut ne. Thoda. Achha. ਨਾ ਮੈਡਮ ਜੀ ਤੁਹਾਡਾ ਤਾਂ ਸਪੇਅਰ ਪਾਰਟ ਵੀ ਨਹੀਂ ਮਿਲਣਾ ਇੱਥੋਂ ਹੈਲੋ ਨਿਹਾਲ ਛੇਤੀ ਕਰੇ ਆ ਜਾ ਓ ਯਾਰ ਮੈਂ ਤਾਂ ਹਲੇ ਇੱਕ ਬੇਬੇ ਦੀ ਚੁੰਨੀ ਧੋਣੀ ਆ ਤੇ ਦੋ ਮਰੀਆਂ ਬਣਾਣਾ ਇਡੀਅਟ ਚੁੰਨੀਆਂ ਤੇ ਬਣਾਣਾ ਨੂੰ ਛੱਡ ਪਾਪਾ ਦੇ ਦੋਸਤ ਸ਼ਾਮ ਨੂੰ ਤੈਨੂੰ ਘਰੇ ਮਿਲਣ ਆ ਰਹੇ ਨੇ ਤੂੰ ਬਸ ਜਲਦੀ ਆ ਜਾ ਅੱਛਾ ਫਿਰ ਮੈਂ ਛੇਤੀ ਤੋਂ ਪਹਿਲਾਂ ਆਇਆ ਨਿਹਾਲ ਬੇਟਾ ਇਹ ਅਮਰੀਕ ਹੋਣੇ ਮੇਰੇ ਬਹੁਤ ਪੁਰਾਣੇ ਮਿੱਤਰ ਅੱਛਾ ਜੀ ਇਹਨਾਂ ਦਾ ਸਭ ਜ਼ਿਆਦਾ ਸਮਰ ਹੈਲੋ ਕਿੱਦਾਂ ਜੀ ਹੈਲੋ ਪੁੱਤ ਲਿਓ ਹਾਂ ਸਾਰਿਆਂ ਨੂੰ ਪਿਆਰ ਰੱਖੋ ਬੇਟਾ ਤੇ ਚਲੋ ਜੀ ਅਸੀਂ ਖਾਣਾ ਬਣਾ ਲਈਏ ਓ ਵਾਹ ਬਈ ਜਰਨੈਲ ਉਹ ਬੱਚੇ ਕਿੰਨੇ ਵੱਡੇ ਹੋ ਗਏ ਉਹ ਜੀ ਕੱਲ ਦੀਆਂ ਗੱਲਾਂ ਨੇ ਸਾਡੇ ਵਿਆਹ ਹੋ ਰਹੇ ਸੀ ਤੂੰ ਆਏ ਘਰ ਪੁੱਤ ਜਿੰਨੀ ਦੇਰ ਤੱਕ ਬੁੜੀਆਂ ਰੋਟੀ ਰੋਟੀ ਲੈ ਕੇ ਆਉਣਗੀਆਂ ਨਾ ਤੁਸੀਂ ਜਾਓ ਆਪਣੀਆਂ ਗੱਲਾਂ ਬਾਤਾਂ ਮਾਰੋ ਬਾਈ ਜੀ ਕਿਸਮਤ ਵਾਲੇ ਹੋ ਜਿਹੜਾ ਸਿਮਰਤ ਵਰਗੀ ਕੁੜੀ ਦਾ ਪਿਆਰ ਤੁਹਾਨੂੰ ਮਿਲਿਆ ਅੱਛਾ ਥੈਂਕ ਯੂ ਨਾਲੇ ਬਾਈ ਜੀ ਨੂੰ ਬੰਦਾ ਚਾਹੁੰਦਾ ਹੋਵੇ ਉਹਦੇ ਨਾਲੇ ਵਿਆਹ ਹੋ ਜਾਵੇ ਹੋਰ ਕੀ ਚਾਹੀਦਾ ਜ਼ਿੰਦਗੀ ਤੋਂ ਸਹੀ ਗੱਲ ਹੈ ਫੇਰ ਤਾਂ ਅਸ਼ਕ ਦਾ ਦਿਲ ਕਰਦਾ ਵੀ ਉਹਨੂੰ ਲੈ ਕੇ ਨਾ ਕਿਤੇ ਉੱਡ ਜਾਵਾਂ ਕਦੇ ਦਿਲ ਕਰਦਾ ਵੀ ਉਹਦਾ ਪਰਛਾਵਾਂ ਹੋ ਜਾਂ ਕਦੇ ਦਿਲ ਕਰਦਾ ਉਹਨੂੰ ਆਪਣਾ ਪਰਛਾਵਾਂ ਕਰ ਲਵਾਂ ਕਦੇ ਜੀ ਕਰਦਾ ਉਹਦੇ ਨਾਲ ਕੱਪੜੇ ਧੋਵਾਂ ਕਦੇ ਕਚੱਲਾਂ ਕਦੇ ਸੁੱਕਣੇ ਪਵਾਵਾਂ ਇੱਕ ਥਾਪੀ ਉਹਦੇ ਹੱਥ 'ਚ ਹੋਵੇ ਇੱਕ ਥਾਪੀ ਮੇਰੇ ਹੱਥ 'ਚ ਹੋਵੇ ਇੱਕ ਥਾਪੀ ਮੈਂ ਮਾਰਾਂ ਇੱਕ ਥਾਪੀ ਉਹ ਮਾਰੇ ਸਲੀਆਂ ਮਾਰ ਮਾਰ ਥਾਪੀਆਂ ਝੱਗਾ ਬਾਈ ਤੈਨੂੰ ਨਹੀਂ ਲੱਗਦਾ ਆਪਾਂ ਗੱਲ ਕਿਸੇ ਹੋਰੇ ਪਾਸੇ ਲੈ ਗਏ ਪਤਾ ਨਹੀਂ ਯਾਰ ਗੱਲ ਕਿਹੜੇ ਪਾਸੇ ਗਈ ਆ ਪਰ ਗੱਲ ਦਾ ਸਵਾਦ ਬਹੁਤ ਆਇਆ ਹਾਂਜੀ ਕੀ ਗੱਲਾਂ ਚੱਲਦੀਆਂ ਨੇ ਕੀ ਹਾਲ ਹੈ ਸਮਰ ਬਸ ਵਧੀਆ ਜੀ
ਬਾਈ ਮੈਂ ਚੱਲਦਾ ਯਾਰ। ਕਿੰਨੇ ਕੁ ਚਿਰ ਤੋਂ ਜਾਣਦੀ ਇਹਨੂੰ ਤੂੰ? ਬਚਪਨ ਤੋਂ ਕਲਾਸਮੇਟ ਸੀ ਮੇਰਾ। ਪਰ ਕਿਉਂ? ਨਹੀਂ ਨਹੀਂ ਵੈਸੇ ਪੁੱਛਿਆ। ਫੇਰ ਵੀ ਕਿਉਂ? ਪਿਆਰ ਕਰਦਾ ਤੈਨੂੰ। ਪਾਗਲ ਹੋ ਗਿਆ ਨਿਹਾਲ ਤੂੰ। ਵਾਹ ਓਏ ਮੇਰੇ ਰੱਬਾ, ਆਸ਼ਕ ਤਾਂ ਜਮਾ ਸਿੱਧੇ ਬਣਾਤੇ ਤੇ ਮਸ਼ੂਕਾਂ ਜਲੇਬੀ ਵਰਗੀਆਂ। ਹਮਟੀ ਡਮਟੀ ਸੈਟ ਔਨ ਅ ਵਾਲ, ਹਮਟੀ ਡਮਟੀ ਹੈਡ। ਮੇਰੇ ਤੋਂ ਨਹੀਂ ਹਮਟੀ ਡਮਟੀ ਸਿੱਖੇ ਜਾਂਦੇ, ਨਾਲੇ ਮੇਰੇ ਤੋਂ ਨਹੀਂ ਕਿਸੇ ਵਾਸਤੇ ਆਪਦੇ ਆਪ ਨੂੰ ਬਦਲਿਆ ਜਾਂਦਾ। ਜਿਹਨੇ ਮੇਰੇ ਪਸੰਦ ਕਰਨਾ ਹੋ ਏਦਾਂ ਦੀ ਉਹ ਕਰ ਲੂ। ਤੈਨੂੰ ਕਿਹਨੇ ਪਸੰਦ ਕਰਨਾ? ਚੌਥੀ ਜਮਾਤ ਤੋਂ ਲੈ ਕੇ ਤਾਂ ਤੂੰ ਨਿਹਾਲ 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 ਦੇ ਜਾਪ ਕਰਦੀ ਆ ਰਹੀ। ਅਨਮੋਲ, ਤੂੰ ਮੈਨੂੰ ਚੌਥੀ ਜਮਾਤ ਤੋਂ ਵੀ ਦੇਖਦਾ ਹੁੰਦਾ ਸੀ। ਹਾਂ ਮੈਂ ਤੈਨੂੰ ਦੇਖਦਾ ਹੁੰਦਾ ਸੀ। ਤੇਰੇ ਪਿੱਛੇ ਤਾਂ ਖਮਾਣੋ ਸਕੂਲ ਦੇ ਦੋ ਮੁੰਡਿਆਂ ਦਾ ਮੈਂ ਖੜਕੈਂਤਾ ਚਾੜਦਾ ਸੀ। ਕਿਉਂ? ਉਹ ਸਾਲੇ ਤੈਨੂੰ ਮੋਟੀ ਮੋਟੀ ਕਹਿ ਕੇ ਬੁਲਾਉਂਦੇ ਸੀ। ਮੋਟੀ ਤਾਂ ਮੈਨੂੰ ਕਹਿੰਦੇ ਸੀ, ਫਿਰ ਤੈਨੂੰ ਕਾਹਦਾ ਦੁੱਖ ਲੱਗਦਾ ਸੀ? ਮੈਂ ਤੈਨੂੰ ਪਸੰਦ ਕਰਦਾ ਸੀ। ਤੇ ਅੱਜ ਨਹੀਂ ਪਸੰਦ ਕਰਦਾ? ਕਰਦਾ, ਅੱਜ ਵੀ ਕਰਦਾ। ਹਾਏ ਅਨਮੋਲ, ਤੂੰ ਤਾਂ ਮੈਨੂੰ ਬਹੁਤ ਹੀ ਚੰਗਾ ਲੱਗਦਾ। ਗੋਲੀ ਮਾਰ ਨਿਹਾਲ ਨੂੰ। ਆਈ ਲਵ ਯੂ ਵੈਰੀ ਮੱਚ ਅਨਮੋਲ। ਓਏ, ਤੈਨੂੰ ਤਾਂ ਅੰਗਰੇਜ਼ੀ ਆਉਣ ਲੱਗ ਗਈ। ਇੰਨੀ ਕੁ ਤਾਂ ਮੈਨੂੰ ਸ਼ੁਰੂ ਤੋਂ ਹੀ ਆਉਂਦੀ ਸੀ ਅੰਗਰੇਜ਼ੀ। ਅਨਮੋਲ, ਤੂੰ ਦੱਸ, ਤੂੰ ਮੇਰੇ ਨਾਲ ਵਿਆਹ ਕਰਾਏਗਾ ਨਾ? ਕਰਾਏਗਾ ਨਾ ਅਨਮੋਲ? ਦੱਸ ਅਨਮੋਲ, ਤੂੰ ਮੇਰੇ ਨਾਲ ਵਿਆਹ ਕਰਾਏਗਾ ਨਾ? ਕਰਾਏਗਾ ਨਾ ਅਨਮੋਲ? ਨਹੀਂ ਤਾਂ ਮੈਂ ਟੈਂਕੀ ਤੇ ਚੜ ਕੇ ਜਾਊਂਗਾ। ਬੇਬੇ ਜੀ, ਤੁਸੀਂ ਬਹੁਤ ਸਵੀਟ ਹੋ। ਪੁੱਤ, ਸਵੀਟ ਸਾਈਡ ਦਾ ਤਾਂ ਨਹੀਂ ਮੈਨੂੰ ਪਤਾ, ਬਸ ਮੈਨੂੰ ਤਾਂ ਇੰਨਾ ਪਤਾ ਕਿ ਮੇਰੀ ਹੋਣ ਵਾਲੀ ਨੂੰ ਰੱਬ ਦਾ ਰੂਪ ਹੋਏਗੀ ਜਦੋਂ ਮੈਂ ਤੇਰਾ ਫੋਟੋ ਦੇਖਿਆ। ਮੇਰੀ ਫੋਟੋ? ਲੈ ਮੈਂ ਕੀ, ਫੋਟੋ ਤਾਂ ਤੇਰੀ ਸਾਰੇ ਪਿੰਡ ਨੇ ਦੇਖੀ ਸੀ ਪੁੱਤ। ਸਾਰੇ ਪਿੰਡ ਨੇ ਮੇਰੀ ਫੋਟੋ ਵੇਖੀ ਸੀ? ਤੈਨੂੰ ਨੀ ਪਤਾ ਪੁੱਤ, ਸਰਪੰਚ ਆਪਣੇ ਘਰੇ ਸਪਨਾ ਦਾ ਰਿਸ਼ਤਾ ਲੈ ਕੇ ਆਇਆ ਸੀ, ਨਿਹਾਲ ਨੇ ਨਾ ਕਰਤੀ, ਸਪਨਾ ਜਾ ਕੇ ਟੈਂਕੀ ਤੇ ਚੜ ਗਈ।
ਫੇਰ ਕਿਤੇ ਜਾ ਕੇ ਨਿਹਾਲ ਨੇ ਤੇਰਾ ਫੋਟੋ ਦਿਖਾਇਆ ਸਾਨੂੰ। ਇਹਦਾ ਮਤਲਬ ਤੁਸੀਂ ਮੇਰੀ ਫੋਟੋ ਮੇਰੇ ਆਉਣ ਤੋਂ ਪਹਿਲਾਂ ਵੇਖ ਲਈ ਸੀ? ਹਾਂ ਪੁੱਤ, ਤੇਰਾ ਫੋਟੋ ਦੇਖਣ ਤੋਂ ਬਾਅਦ ਹੀ ਤਾਂ ਨਿਹਾਲ ਸਾਰੇ ਪਿੰਡ ਦੇ ਕਹਿਣ ਤੇ ਤੈਨੂੰ ਇੱਥੇ ਲੈ ਕੇ ਆਇਆ। ਨਿਹਾਲ, ਮੈਂ ਤੇਰੇ ਤੇ ਕਿੰਨਾ ਭਰੋਸਾ ਕੀਤਾ ਤੇ ਤੂੰ। ਤਾਈ, ਹੈਲੋ। ਹਾਂ ਤਾਰੀ, ਕਿੱਥੇ ਚੱਲੇ ਜੀ? ਭੂੜ ਤੇ ਬਹਿ ਕੇ ਜਾਂ ਫੇਸਬੁੱਕ ਤੇ ਫੋਟੋ ਲਾਉਣੀ ਆ ਵੀ ਪੜਦੀ ਸੈਰ ਇਨ ਪੌਂਡ। ਫੇਸਬੁੱਕ ਤਾਂ ਬੜਾ ਪਤਾ ਹੈ ਤੈਨੂੰ, ਮੇਰੀ ਫੋਟੋ ਫੇਸਬੁੱਕ ਤੋਂ ਹੀ ਕੱਢ ਕੇ ਬੇਬੇ ਨੂੰ ਦਿਖਾਈ ਸੀ ਨਾ ਕਿ ਇਹ ਤੁਹਾਡੀ ਨੂੰ ਹੈ। ਕਿਹੜੀ ਫੋਟੋ? ਮੇਰੀ ਫੋਟੋ, ਬੇਬੇ ਨੇ ਦੱਸਤਾ ਮੈਨੂੰ ਸਭ ਕੁਛ। ਬੇਬੇ ਵੀ ਗੱਲ ਨੂੰ ਬੜੀ ਛੇਤੀ ਲੀਕ ਆਊਟ ਕਰ ਦਿੰਦੀ ਆ। ਚਲੋ ਜੇ ਬੇਬੇ ਨੇ ਤੁਹਾਨੂੰ ਦੱਸ ਹੀ ਦਿੱਤਾ ਨਾ, ਬਾਕੀ ਦਾ ਸੱਚ ਤੁਹਾਨੂੰ ਮੈਂ ਦੱਸਦਾ। ਉਹ ਬਸ ਕਰ ਤੂੰ, ਮੈਂ ਕੋਈ ਹੋਰ ਝੂਠ ਨਹੀਂ ਸੁਣਨਾ ਚਾਹੁੰਦੀ। ਉਹ ਮੇਰੇ ਰੈਪੂਟੇਸ਼ਨ ਤੇ ਨਾ ਜਾ, ਮੈਂ ਸੱਚ ਬੋਲ ਰਿਹਾ ਵਾਂ। ਯਾਰ, ਪਿੰਡ ਵਾਲੇ ਮੇਰਾ ਵਿਆਹ ਇੱਕ ਇਹੋ ਜਿਹੀ ਕੁੜੀ ਨਾਲ ਕਰਨ ਨੂੰ ਫਿਰਦੇ ਸੀਗੇ ਜਿਹਨੂੰ ਮੈਂ ਪਿਆਰ ਹੀ ਨਹੀਂ ਸੀ ਕਰਦਾ। ਧਾਰੀ ਨੇ ਸਾਲੇ ਨੇ ਨੈੱਟ ਤੋਂ ਕੱਢ ਕੇ ਤੇਰੀ ਫੋਟੋ ਦਿਖਾਤੀ, ਫਿਰ ਮੈਂ ਕੈਨੇਡਾ ਆ ਗਿਆ। ਬਾਕੀ ਦੀ ਸਟੋਰੀ ਯੂ ਨੋ ਬੈਟਰ। ਹੈਲੋ, ਚੱਲ ਕਰ ਚੱਲੀ ਨਾ। ਜਸਟ ਸ਼ਟ ਅਪ, ਹਾਊ ਡੇਅਰ ਯੂ। ਤੂੰ ਆਪਣੀ ਪ੍ਰੋਬਲਮ ਸੋਲਵ ਕਰਨ ਲਈ ਮੇਰਾ ਯੂਜ਼ ਕੀਤਾ ਹੈ? ਨਹੀਂ 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 ਨਹੀਂ, ਗੱਲ ਇਦਾਂ ਦੀ ਨਹੀਂ ਕਿ ਟ੍ਰਾਈ ਟੂ ਅੰਡਰਸਟੈਂਡ, ਮੇਰੀ ਗੱਲ ਸੁਣ ਪਲੀਜ਼। ਚੱਲ, ਮੈਂ ਬੇਬੇ ਨੂੰ ਕੀ ਦੱਸੂਗਾ? ਨੋ ਡਰਾਈਵਰ, ਲੈਟਸ ਗੋ ਪਲੀਜ਼। ਆ ਯਾਰ, ਤੇਰਾ ਯੈਲੋ ਟਿਕਟ ਟੁੱਟ ਨਾ ਜਾਵੇ। ਮੇਕ ਯੂ ਨੋ ਵੇ ਡਰਾਈਵਰ, ਚਲੋ ਨਾ। ਡਰਾਈਵਰ, ਇੱਕ ਮਿੰਟ, ਜਸਟ ਗੇਟ ਆਊਟ ਆਫ ਮਾਈ ਲਾਈਫ ਯਾਰ, ਜਸਟ ਗੋ ਵੇ। ਅੱਛਾ, ਭੂੰਡ ਵਾਲੇ ਨੂੰ 25 ਰੁਪਏ ਦੇ ਵੱਧ ਨਾ ਦੇਈ। ਮੈਂ 50 ਦੂੰਗੀ, ਐਨੀ ਪ੍ਰੋਬਲਮ, ਜਸਟ ਗੇਟ ਲੋਸਟ। ਤੋਦੀ 50 ਲੈ ਲਈ ਓਏ, 25 ਤੇਰੇ ਭਾਪੇ ਨਾਲ ਕਰ ਲੂੰ ਮੈਂ। ਡਰਾਈਵਰ ਚਲੋ, ਟੇਕ ਕੇਅਰ, ਆਉਣਾ। ਇਹ ਤਾਂ ਚੱਲੀ ਕੈਨੇਡੇ, ਹੁਣ ਬੇਬੇ ਨੂੰ ਕੀ ਜਵਾਬ ਦਊ? ਉੱਤੋਂ ਦੀ ਪਿੰਡ ਵਾਲਿਆਂ ਨੇ ਤਾਨੇ ਮਾਰ 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 ਦੇਣਾ। ਟਾਇਰ ਦਾ ਪੈ ਗਿਆ ਪਟਾਕਾ ਓਏ। ਗੱਲ ਨਿਹਾਲ ਸਿੰਘ ਨਹੀਂ, ਤੇਰਾ ਬੋਡੀਗਾਰਡ ਕਹਿ ਰਿਹਾ।
ਉਹਨੂੰ ਸਭ ਸੱਚ ਸੱਚ ਦੱਸਦਾ। ਦੋ ਚਾਰ ਦਿਨਾਂ 'ਚ ਉਹਨੇ ਵੈਸੇ ਵੀ ਤਾਂ 21 ਸਾਲਾਂ ਦੀ ਹੋ ਹੀ ਜਾਣਾ, ਆਪਣਾ ਮਕਸਦ ਤਾਂ ਹੱਲ ਹੋ ਗਿਆ ਨਾ। ਪਿੰਡ ਵਾਲਿਆਂ ਨੂੰ ਤਾਂ ਕੁੜੀ ਲਿਆ ਕੇ ਦਿਖਾ ਦਿੱਤੀ, ਬੇਬੇ ਨੇ ਵੀ ਸਮਝਾਇਆ ਸਮਝ ਜਾਣਾ ਹੈ। ਪਰ ਹੁਣ ਮੈਂ ਨਹੀਂ ਚਾਹੁੰਦਾ ਕਿ ਜਸਮੀਤ ਇੱਥੋਂ ਜਾਵੇ। ਕਿਉਂ? ਮੈਂ ਸੋਚਿਆ ਵੀ ਨਹੀਂ ਸੀ ਮੇਰਾ ਬੋਲਿਆ ਹੋਇਆ ਇੱਕ ਝੂਠ ਮੇਰੀ ਜ਼ਿੰਦਗੀ ਦਾ ਐਡਾ ਵੱਡਾ ਸੱਚ ਬਣ ਜਾਊਗਾ। ਤੂੰ ਤਾਂ ਜਾਣਦਾ ਹੀ ਹੈ ਉਹ ਕਿਸੇ ਹੋਰ ਨੂੰ ਚਾਹੁੰਦੀ ਹੈ, ਇਹ ਗੱਲ ਸੋਚਣ ਦਾ ਕੀ ਫਾਇਦਾ ਫਿਰ? ਪਿਆਰ ਉਸ ਵਗਦੇ ਪਾਣੀ ਦੇ ਬਹਾਉ ਵਰਗਾ ਹੁੰਦਾ ਜਿਸ ਨੂੰ ਆਪਾਂ ਰੋਕ ਨਹੀਂ ਸਕਦੇ। ਤੇਰੀਆਂ ਗੱਲਾਂ ਨਾ ਮੇਰੀ ਸਮਝ ਤੋਂ ਬਾਹਰ ਨੇ। ਰੱਬ ਤੇ ਪਿਆਰ ਨੂੰ ਗੱਲਾਂ ਨਾਲ ਨਹੀਂ ਸਮਝਿਆ ਜਾਂਦਾ, ਜੇ ਸਮਝਣਾ ਹੈ ਤੇ ਜਾ ਕੇ ਸਮਰ ਦੀਆਂ ਅੱਖਾਂ 'ਚ ਦੇਖ। ਸਮਰ ਕੀ ਮਤਲਬ? ਸੱਚੇ ਸੰਤ ਤੇ ਪੱਕੇ ਆਸ਼ਕ ਦੀ ਤਾਂ ਅੱਖ ਦੱਸ ਦਿੰਦੀ ਹੈ। ਜਾ ਕੇ ਉਹਦਾ ਹੱਥ ਫੜ ਲੈ, ਤੇਰੀ ਜ਼ਿੰਦਗੀ ਬਣ ਜਾਊ, ਬਾਕੀ ਤੇਰੇ ਘਰਦਿਆਂ ਨੂੰ ਉਹਨੇ ਆਪੇ ਮਨਾ ਲੈਣਾ। ਸਾਲੇ ਆਸ਼ਕਾਂ ਨੂੰ ਗੱਲਾਂ ਬਹੁਤ ਆਉਂਦੀਆਂ ਹੁੰਦੀਆਂ ਨੇ। ਬਹੁਤ ਬਹੁਤ ਵਧਾਈਆਂ ਹੋਣ ਜੀ ਅੱਜ ਤੁਹਾਡੀ ਨੂੰਹ ਰਾਣੀ ਦੀ ਆਉਣ ਦੀ ਖੁਸ਼ੀ 'ਚ। ਮੈਂ ਅਖੰਡ ਪਾਠ ਰਖਵਾਇਆ, ਬੜੇ ਦਿਨਾਂ ਬਾਅਦ ਇਸ ਘਰ ਨੂੰ ਭਾਗ ਲੱਗੇ ਨੇ। ਨਿਹਾਲ ਦੇ ਬਾਪੂ ਜੀ, ਅੱਜ ਤੁਹਾਡੀ ਕਮੀ ਬਹੁਤ ਮਹਿਸੂਸ ਹੋ ਰਹੀ ਆ। ਜੇ ਇਸ ਖੁਸ਼ੀ ਦੇ ਮੌਕੇ 'ਤੇ ਤੁਸੀਂ ਸਾਡੇ ਨਾਲ ਹੁੰਦੇ ਤਾਂ ਬੇਬੇ ਜੀ ਕੀ ਹੋ ਗਿਆ, ਤੁਸੀਂ ਅੱਖਾਂ ਕਿਉਂ ਭਰ ਲਈਆਂ? ਪੁੱਤਰ, ਅੱਜ ਨਿਹਾਲ ਦੇ ਬਾਪੂ ਜੀ ਦੀ ਬਹੁਤ ਯਾਦ ਆ ਰਹੀ ਹੈ। ਨਿਹਾਲ ਛੋਟਾ ਜਿਹਾ ਹੁੰਦਾ ਸੀ ਜਦੋਂ ਸਾਨੂੰ ਦੋਹਾਂ ਨੂੰ ਇਕੱਲਿਆਂ ਨੂੰ ਛੱਡ ਕੇ ਇਸ ਦੁਨੀਆਂ ਤੋਂ ਚਲੇ ਗਏ। ਬੇਬੇ ਜੀ, ਆਈ ਐਮ ਸੌਰੀ। ਮੈਂ ਕੋਈ ਨਹੀਂ ਪੁੱਤ, ਉਹਨਾਂ ਦੇ ਜਾਣ ਤੋਂ ਬਾਅਦ ਸਾਡੇ ਮਾਂ ਪੁੱਤ ਦੀ ਜ਼ਿੰਦਗੀ ਵਿੱਚ ਪਹਿਲੀ ਵਾਰ ਕੋਈ ਖੁਸ਼ੀਆਂ ਲੈ ਕੇ ਆਇਆ। ਬਸ ਹੁਣ ਤਾਂ ਰੱਬ ਅੱਗੇ ਇਹੀ ਅਰਦਾਸ ਹੈ ਕਿ ਇਸ ਘਰ ਨੂੰ ਕਿਸੇ ਦੀ ਨਜ਼ਰ ਨਾ ਲੱਗੇ। ਹੁਣ ਤਾਂ ਛੇਤੀ ਦੇਣੇ ਤੇਰਾ ਤੇ ਨਿਹਾਲ ਦਾ ਵਿਆਹ ਹੋ ਜਾਵੇ, ਨਾਲੇ ਅੱਜ ਤੋਂ ਬਾਅਦ ਨਿਹਾਲ ਦੀ ਜ਼ਿੰਮੇਦਾਰੀ ਤੇਰੀ। ਹੁਣ ਤਾਂ ਮੇਰਾ ਪੋਤੇ ਪੋਤੀਆਂ ਨਾਲ ਖੇਡਣ ਨੂੰ ਬੜਾ ਹੀ ਜੀ ਕਰਦਾ। ਨਾਲੇ ਇੱਕ ਗੱਲ ਹੋਰ, ਮੁੰਡਾ ਹੋਵੇ ਜਾਂ ਕੁੜੀ, ਮੇਰੇ ਨਿਹਾਲ ਤੇ ਨਹੀਂ ਜਾਣਾ ਚਾਹੀਦਾ। ਬੇਬੇ ਨੂੰ ਤਾਂ ਮੈਂ ਆਪੇ ਮਨਾ ਲੂੰਗਾ। ਹੋ ਜੰਨਤ ਵੱਲ ਨੂੰ ਜਾਣ ਲੱਗੇ ਸੀ, ਰੋਈਆਂ ਵੱਲ ਨੂੰ ਮੁੜ ਕੇ ਆ ਗਏ। ਹਾਏ ਪਤਾ ਨਾ ਲੱਗਿਆ ਦਰਦ ਦਿਲਾਂ ਦੇ ਕਿੱਥੋਂ ਕਿੱਥੋਂ ਜੁੜ ਕੇ ਆ ਗਏ। ਹੋਏ ਤੂੰ ਤੇ ਸੌਂ ਗਿਆ ਚੁੱਪ ਵੱਟ ਕੇ,
ਦੇ ਤਾਰਿਆ ਜ਼ਖਮੀ ਹੈ ਦਿਲ ਸ਼ੇਰ ਦਾ ਹਿਰਨੀ ਨੇ ਮਾਰਿਆ ਜ਼ਖਮੀ ਹੈ ਦਿਲ ਸ਼ੇਰ ਮੈਂ ਹਮੇਸ਼ਾ ਤੈਨੂੰ ਦੁੱਖ ਹੀ ਦਿੱਤੇ ਨੇ, ਕਦੇ ਵੀ ਤੇਰਾ ਬੀਬਾ ਪੁੱਤ ਨਾ ਬਣ ਸਕਿਆ, ਪਰ ਇਹ ਵੀ ਸੱਚ ਹੈ ਕਿ ਤੇਰਾ ਨਲਾਇਕ ਪੁੱਤ ਤੈਨੂੰ ਪਿਆਰ ਬਹੁਤ ਕਰਦਾ। ਜ਼ਖਮੀ ਹੈ ਦਿਲ ਸ਼ੇਰ ਦਾ ਹਿਰਨੀ ਨੇ ਮਾਰਿਆ ਜ਼ਖਮੀ ਹੈ ਦਿਲ ਸ਼ੇਰ ਦਾ ਹਿਰਨੀ ਨੇ ਮਾਰਿਆ ਏਕ ਓਂਕਾਰ ਸਤਨਾਮ ਕਰਤਾ ਪੁਰਖ मैं ठीक हां बेबे, पर पहले मेरे सवाल दा जवाब दे। पुत सब तो पक्की तन तो प्यार ते विश्वास दी हुंदी आ, रिश्ता पावे जेड़ा मर्जी होवे, पर जे किसी बद नसीब तो तन टुट जाए बेबे। पोते तंदा एक बारी टुट जान तो फिर बहुत औखियां जुड़दियां ने, ते जे जुड़ भी जान तो गंढ जरूर पैंदी है, पर जे उस अकाल पुरख की मेहर होवे तो माफी दी तन नाल रिश्ता जरूर जुड़ सकता। बस फिर बेबे अपने इस नलायक पुत नूं माफ कर दे। की होया निहाल? मैं सारी जिंदगी तेरे नाल झूठ बोलिया बेबे, मेरा जिस रीत नाल विआह नहीं होया ਉਹਨੂੰ ਮੈਂ ਝੂਠ ਬੋਲ ਕੇ ਲੈ ਕੇ ਆਇਆ। ਨਿਹਾਲ ਮੈਨੂੰ ਮਾਫ ਕਰ ਦੇ ਬੇਬੇ, ਨਹੀਂ ਤਾਂ ਤੇਰੇ ਬਦਨਸੀਬ ਪੁੱਤ ਨੂੰ ਰੱਬ ਨੇ ਵੀ ਮਾਫ ਨਹੀਂ ਕਰਨਾ। ਤੇਰੇ ਝੂਠ ਨੇ ਮੇਰਾ ਦਿਲ ਤਾਂ ਬਹੁਤ ਦੁਖਾਇਆ ਪੁੱਤ, ਪਰ ਮਾਂ ਦੀ ਖੁਸ਼ੀ ਲਈ ਇੰਨਾ ਕੁਛ ਕਰਨ ਵਾਲਾ ਪੁੱਤਰ ਕਿਹੜਾ ਰੱਬ ਸਾਰਿਆਂ ਨੂੰ ਦਿੰਦਾ। ਨਾ ਮੇਰਾ ਪੁੱਤ, ਸ਼ਾਇਦ ਜੇ ਤੂੰ ਇਹ ਝੂਠ ਨਾ ਬੋਲਦਾ ਤਾਂ ਮੈਨੂੰ ਜਸਨੀਤ ਵਰਗੀ ਧੀ ਦਾ ਪਿਆਰ ਨਾ ਮਿਲਦਾ। ਉਹਨੇ ਵੀ ਮੈਨੂੰ ਖੁਸ਼ ਰੱਖਣ ਲਈ ਬਹੁਤ ਕੁਛ ਕੀਤਾ। ਨਿਹਾਲ ਦੇ ਬਾਪੂ ਜੀ, ਨਿਹਾਲ ਨੂੰ ਮਾਫ ਕਰ ਦੇਣਾ, ਉਹਨੇ ਮੇਰੀ ਖੁਸ਼ੀ ਖਾਤਰ ਝੂਠ ਬੋਲਿਆ ਸੀ। ਮੈਨੂੰ ਨਿਹਾਲ ਨੇ ਸਭ ਕੁਛ ਸੱਚ ਸੱਚ ਦੱਸ ਦਿੱਤਾ ਬੇਟਾ, ਜੇ ਮੈਥੋਂ ਕਦੇ ਉੱਚਾ ਨੀਵਾਂ ਬੋਲਿਆ ਗਿਆ ਹੋਵੇ ਤਾਂ ਮੈਨੂੰ ਮਾਫ ਕਰ ਦੇ। ਨਾ ਬੇਬੇ, ਨਾ ਇੱਦਾਂ ਦੀਆਂ ਗੱਲਾਂ ਨਾ ਕਰੋ ਬੇਬੇ, ਮੈਨੂੰ ਆਪਣੀ ਪੂਰੀ ਜ਼ਿੰਦਗੀ 'ਚ ਕਿਸੇ ਨੇ ਇੰਨਾ ਪਿਆਰ ਨਹੀਂ ਦਿੱਤਾ ਜਿੰਨਾ ਤੁਸੀਂ ਇੰਨੇ ਥੋੜ੍ਹੇ ਦਿਨਾਂ 'ਚ ਦਿੱਤਾ। ਮੈਂ ਤਾਂ ਆਪ ਦੇਣਾ ਚਾਹੁੰਦਾ। ਤੈਨੂੰ ਕੋਈ ਬਾਹਰ ਮਿਲਣ ਆਇਆ? Happy birthday to you, happy birthday to you. Oh gosh, I missed you so much. I love you, my sweetheart. Oh, ki ho gaya, kithe gawachi hai? Apna hi birthday bhuli baithi hai. Jassi? Nihal. Nihal. ਰੂਪ। ਹਾਈ ਨਿਹਾਲ, ਨਾਈਸ ਟੂ ਮੀਟ ਯੂ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਮੇਰੀ ਬੈਨਾ। ਜੀ ਦੇ ਰੋ। ਚਲੀਏ ਆਪਾਂ।
पुत्र पहली बारी घर आए हो कोई चाह पानी पी के जाओ बेबी जी थैंक यू सो मच एक्चुअली वी आर गेटिंग वेरी लेट शैल वी लीव नहीं यू गो आई विल कम ओके आई विल वेट नियर द कार चंगा जी सत श्री अकाल पुत्र जे फिर कदे इंडिया आई तो मिलके जरूर जाई थैंक यू निहाल एक गल होर पग बन के रखा कर सोना लगता है रूप वेट कर दा थैंक यू सो मच सरदार जी तुसी मेरी जस्सी का बड़ा ख्याल रखे मैं तो कहना तुसी भी कोई सोनी जी कुड़ी लभ लो और ब्याह करा लो क्यों जस्सी मेरी चिंता ना कर हर सरदार नू कुड़ी मिल जाती है पर हर कुड़ी नू सरदार नहीं मिलता ठीक है जी चलिए आओ जी बैठो Stop the car, Ruth. What happened, darling? तू गड्डी तो थली क्यों उतराई? I hope everything is okay. Come on, let's go. एक मिनट. Okay, okay. I don't want to leave, Ruth. I don't know, but I just don't want to leave this place and go. Have you gone mad? मैं इतनी दूर तेन लैन आया थे तू कह रही तू मेरे नाल नहीं जा सकती I don't know what's wrong with me, Rup. Just confused that all I know is मैं कनाडा नहीं वापस जाना चाहती I just feel I'm missing something. Excuse me? Hello? Look at me. Look at me. Don't tell me that you're in love with Nihal. Oh my God. Oh my. Don't tell me that you're in love with Nihal. तू उन्हें एक बारी रुकने लगी क्या कहता है देखना सी? की फायदा? उतार रूप नू प्यार कर दिया। वेखी निहाल कितने पुले खेचने रह जी? कुड़ी दे ऐता पता लग जान्दा हुंदा कि रुस्सी की दे नाले। पर ए कहना बहुत मुश्किल हुंदा है कि प्यार की दे नाल कर दिया। ऐता मैनू पता नहीं। बस मैं तो यही जानता भी बंदा जिनू प्यार करता होवे ओदा कदे दिल नहीं तोड़ सकता निहाल ने तेनू कुछ कहा ओदा झूठा है कुछ नहीं कहता बस गल्ला ही करी जांदा है ओके लिसन टू मी निहाल इज अ वेरी नाइस गाय जे तुसी दोनों एक दूजे नू प्यार करदे हो तां डोंट बॉदर अबाउट मी I will do anything for your happiness, Jesse. Trust me. Thank you so much, Rup. Thanks a lot for that. नले मैं तेरे घर देनूं आज सारा कुछ सच सच दस देना कि मैं वो मुंडा नहीं जिन्हें तेनूं धोखे नाल कनेडा बुलाया सी। मैनूं इह सच बारे तो पहले ही पता सी बेटा जी मैं ये भी जानदा कि तू आ सारा कुछ साडी खुशी लई कर रहे हैं ते मैं अपने परिवार की खुशी लई तेनूं अपना जवाई मन के तेरा वेलकम किया सी पर मेरियां अखां हाले भी इस कंजर नूं लब रहियां ने जिन्हें मेरी बेटी नूं धोखा दित्ता सी रहन दो पापा ओ देख तां लैण दे किन्ना क सोहणा मेरे नाल प्लीज ओ ले आओ रे आई हेट हिम हुण तैनूं ते निहाल नूं मिलाना मेरी
ਇਹ ਉਹੀ ਆ ਜਿਹੜਾ ਜਸਨੀਤ ਨੂੰ ਮੇਰੇ ਤੋਂ ਲੈ ਕੇ ਗਿਆ। ਓ ਨੋ, ਜਸਨੀਤ ਕੁਛ ਬੋਲੀ ਨਾ, ਮੇਰੀ ਗੱਲ ਧਿਆਨ ਨਾ ਸੁਣ। ਇਹ ਰੂਪ ਉਹੀ ਮੁੰਡਾ ਵਾ ਜਿਹਨੇ ਸਿਮਰਤ ਦੀ ਜ਼ਿੰਦਗੀ ਬਰਬਾਦ ਕੀਤੀ ਆ। ਮੈਨੂੰ ਲੱਗਦਾ ਤੇਰੇ 'ਤੇ ਜਿਹੜੇ ਅਟੈਕ ਹੋ ਰਹੇ ਨੇ ਨਾ, ਇਹ ਵੀ ਇਹੀ ਕਰਾ ਰਿਹਾ। ਬਚਾ ਰਿਹਾ ਸੀ ਜਦ ਮੈਂ ਉਹਨੂੰ ਮਾਰਨਾ ਨਹੀਂ ਚਾਹੁੰਦਾ ਸੀ, ਪਰ ਅੱਜ ਮੈਂ ਉਹਨੂੰ ਜ਼ਰੂਰ ਮਾਰਾਂਗਾ। ਜੇ ਸਿੰਘ ਤਾਂ ਮੈਂ ਨਾ ਤਾਂ ਬਚਾ ਲਿਆ ਆਪਣੀ ਕੌਰ ਨੂੰ। ਜਸਨੀਤ, ਉਹ ਲੁਕਾ ਚੁੱਪੀ ਦਾ ਖੇਡ ਖੇਡਣਾ ਤਾਂ ਕੋਈ ਗੱਲ ਨਹੀਂ, ਖੇਡ ਲੈਂਦੇ ਆ। ਕੁੱਕ ਲੱਛੂ ਪਾਕੀ ਜੁਮੇ ਰਾਤ ਆਈ ਹੈ, ਜਿਹੜਾ ਅੱਗੇ ਪਿੱਛੇ ਦੇਖੇ ਉਹਦੀ ਸ਼ਾਹ ਬਤਾਈ ਹੈ। ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਤੂੰ ਇਹੋ ਜਿਹਾ ਨਿਕਲੇਗਾ ਰੂਪ। ਤੂੰ ਮੇਰੇ ਸਾਰੇ ਪਲੈਨ ਤੇ ਪਾਣੀ ਫੇਰ ਦਿੱਤਾ। ਤੇਰੇ ਤੇ ਮੈਂ ਇੰਨੇ ਅਟੈਕ ਕਰਵਾਏ, ਪਰ ਤੂੰ ਹਰ ਵਾਰੀ ਬਚਦੀ ਰਹੀ। ਜਾਣਦੀ ਹੈ ਕਿਉਂ? ਕਿਉਂਕਿ ਮੈਂ ਤੈਨੂੰ ਮਾਰਨਾ ਨਹੀਂ ਚਾਹੁੰਦਾ ਸੀ, ਸਿਰਫ ਡਰਾਉਣਾ ਚਾਹੁੰਦਾ ਸੀ ਤਾਂ ਕਿ ਸਾਰੀ ਦੁਨੀਆ ਤੇਰੀ ਫੈਮਿਲੀ ਤੇ ਸ਼ੱਕ ਕਰੇ। ਮੇਰੇ ਤੇ ਨੇ ਫਿਰ ਜਦੋਂ ਤੂੰ 21 ਸਾਲਾਂ ਦੀ ਕਰੋੜਪਤੀ ਬਣ ਜਾਂਦੀ, ਸਾਰੀ ਪ੍ਰਾਪਰਟੀ ਤੇਰੇ ਨਾਂ ਹੋ ਜਾਂਦੀ, ਤਾਂ ਮੈਂ ਤੇਰੇ ਨਾਲ ਵਿਆਹ ਕਰਦਾ। ਫਿਰ ਹੌਲੀ ਹੌਲੀ ਮੈਂ ਤੈਨੂੰ ਮਾਰਦਾ। ਆਟੋਮੈਟਿਕਲੀ ਸਾਰੀ ਪ੍ਰਾਪਰਟੀ ਮੇਰੇ ਨਾਂ ਹੋ ਜਾਂਦੀ।
पर तो सन्याल नू दिल दे के मेरी सारी उम्मीदा ते पानी फेर दिता। पर हुण हुण तू मेरे कब्जे च है, कौन बचाएगा तेनु? ओ सिंह, ओ निहाल सिंह, ओ ता डर गया। आश्क चो आश्क ही कर दिए था फट, बंदे चो डर कट दिए था जट। बाकी लात लाओ जी, तुहाडे रूप दा काम तां निबड़ गया, हुण दसो की प्लान आ।
मैं की दसना बना ले अपने बेबी दी नू दस मंजूर है जे मंजूर नहीं ते उही तेरे पीछे तपड़ तपड़ी होया फिरदा गल सुन गो बैक होम कपड़े धोने वाले पहने हां कपड़े ता तू ही धोएगा क्या एक्सपीरियंस ता तेरा ही ज्यादा है ते रोटी रोटी भी तू ही बनाएगा होय गुरुद्वारे हो लेनी है